बाबा बलवीर सिंह जी सीचेवाल राज्यसभा के मैंबर ने जो तुम गूगल करोगे, पर नहीं राज्यसभा के मैंबर तो हुण बने हैं, पर पिछले लंबे समय का दहाकियां का जिहड़ा उन्हां दा ओह काम बोलदा है तुसीं इमेजिन नहीं कर सकते। इहो जिहे हालातां च बाबा जी लंघे जो चीज़ देख रहे हैं ये तो इमेजिन नहीं कर सकते। राज्यसभा के मैंबर बन गए की वातावरण का मुद्दा पानी का मुद्दा इंपोर्टेंट रहेगा या कुछ होर मुद्दे भी आएंगे? ना तो कदे जीवन दे विच राज मंगया सी कुछ जी, ते सानू ते ओह लगदा वी रब ने सानू दित्ता क्यों, ते असी असी ये की कर पावांगे कि नहीं कर पावांगे, निभा पावांगे? हाँ, क्योंकि साडा मकसद है कि असी इहदी एनवायरमेंट नू होर जिहड़ी असी इस पंजाब लैवल ते सी जी, हुण पूरे इंडिया लैवल ते नहीं देश दुनिया दे विच जी उहदी गल कीती जावे, क्योंकि साडा तां जीवन इहो जिहा कि जिथे जिथे जो जो समस्या हुंदी है ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਦੇ ਵਿੱਚ ਅਸੀਂ ਉਹਨੂੰ ਕਿੱਦਾਂ ਘਟਾ ਸਕਦੇ ਹਾਂ ਜਾਂ ਇਹਦਾ ਕੀ ਬਦਲ ਹੋ ਸਕਦਾ। ਬੱਚੇ ਜਿਹੜੇ ਆ ਕੂੜੇ ਕਰਕਟ ਦੇ ਢੇਰ ਦੇ ਵਿੱਚੋਂ ਸਮਾਨ ਇਕੱਠਾ ਕਰਦੇ ਸੀ, ਉੱਥੇ ਸਕੂਲ ਖੋਲ੍ਹ ਦਿੱਤਾ, ਉਹ ਥਾਂ ਕਿੱਥੇ ਕੱਜ? ਇੱਥੇ ਛੋਟਾ ਸਕੂਲ ਸ਼ੁਰੂ ਕੀਤਾ ਜਿਹਦਾ ਉਦਘਾਟਨ ਵੀ ਏ ਪੀ ਜੇ ਅਬਦੁਲ ਕਲਾਮ ਨੇ ਕੀਤਾ। ਸਾਡੇ ਬੱਚੇ ਸ਼ਾਂਤੀ ਨਾਲ ਰਹਿਣ, ਸ਼ਾਂਤੀ ਤਾਂ ਹੀ ਆਊਗੀ ਨੇੜੇ ਝੁੱਗੀ ਵਾਲਾ ਵੀ ਸ਼ਾਂਤੀ ਨਾਲ ਬੈਠਾ ਹੋਊਗਾ। ਹਾਂ, ਫਿਰ ਹੀ ਉਹ ਸ਼ਾਂਤੀ ਰਹੂਗੀ। ਤੇ ਇਹ ਝਲਾਰ ਉਹ ਆ ਕਿ ਨਹਿਰ ਨਦੀ ਵੇਈ ਵਗਦੀ ਹੈ ਤੇ ਉੱਥੋਂ ਫਿਰ ਪਾਣੀ ਕੱਢਿਆ ਜਾਂਦਾ, ਤੇ ਉਹ ਝਲਾਰ ਆ, ਤੇ ਪੰਜਾਬੀ ਦੇ ਵਿੱਚ ਸ਼ੁੱਧ ਲਿਖਣਾ ਕਿੱਦਾਂ ਬਾਬਾ ਜੀ ਨੇ ਇਹ ਵੀ ਦੱਸਿਆ ਜੀ। ਬਾਬਾ ਜੀ ਕਈ ਲੋਕ ਪੁੱਛੀਦਾ, ਕਈਆਂ ਨੂੰ ਕਹਿੰਦੇ ਜੀ ਅਸੀਂ ਪਿੰਡ 'ਚ ਕੁਛ ਕਰਨਾ ਤਾਂ ਚਾਹੁੰਦੇ ਹਾਂ ਪਰ ਲੋਕ ਵਿਰੋਧ ਬੜਾ ਕਰਦੇ ਆ ਜੀ, ਥਾਂ ਥੂੰ ਕਈਆਂ ਨੇ ਦੱਬੇ ਦੁੱਬੇ ਹੁੰਦੇ ਆ ਜਾਂ ਹੋਰ ਕਈ ਕੁਛ ਆ ਜੀ, ਕਿਤੇ ਬੂਟਾ ਲਾਤਾ ਉਹਨੂੰ ਐਂ ਕਰਕੇ ਤੋੜ ਗਏ, ਲੋਕ ਨਿਰਾਸ਼ ਹੋ ਜਾਂਦੇ ਆ, ਘਟਨਾਵਾਂ ਤਾਂ ਵਾਪਰੀਆਂ ਹੀ ਹੋਣੀਆਂ। ਬਹੁਤ ਕੁਛ ਬਹੁਤ ਕੁਛ ਮੁੱਦਾ ਕੌਮਨ ਆ ਸਾਰਿਆਂ ਦਾ, ਪਰ ਕਿਸੇ ਨੇ ਹੁਣ ਤੱਕ ਪੋਲੀਟੀਸ਼ਨਾਂ ਨੇ ਹਰ ਚੀਜ਼ ਨੇ ਇਹਦੇ ਵੱਲ ਧਿਆਨ ਹੀ ਨਹੀਂ ਆਉਣ ਦਿੱਤਾ, ਕਿਉਂਕਿ ਜੋ ਨੁਕਸਾਨ ਰੀਅਲੀ ਹੋ ਰਿਹਾ ਉਹ ਤਾਂ ਖਰਬਾਂ ਦੇ ਵਿੱਚ ਵੀ ਨਹੀਂ। ਪਵਿੱਤਰ ਕਾਲੀ ਬਾਈ ਦੇ ਕੰਢੇ ਤੇ ਖੜੇ ਆ ਤੇ ਜਦੋਂ ਪਵਿੱਤਰ ਕਾਲੀ ਬਾਈ ਦਾ ਚੇਤਾ ਆਉਂਦਾ ਤੇ ਉਦੋਂ ਪੰਜਾਬ ਦੇ ਵਾਤਾਵਰਣ ਦਾ, ਪੰਜਾਬ ਦੇ ਪਾਣੀ ਦਾ ਚੇਤਾ ਆਉਂਦਾ, ਸਾਡੇ ਗੁਰੂ ਸਾਹਿਬਾਨਾਂ ਦੀ ਉਸ ਬਖਸ਼ਿਸ਼ ਸਾਨੂੰ ਦਿੱਤੇ ਦਿਸ਼ਾ ਨਿਰਦੇਸ਼ ਦਾ ਚੇਤਾ ਆਉਂਦਾ ਕਿ ਵਾਤਾਵਰਣ ਦਾ ਬਹੁਤ ਜ਼ਿਆਦਾ ਖਿਆਲ ਰੱਖਣਾ। ਪਰ ਅੱਜ ਜਦੋਂ ਆਪਾਂ ਇਹ ਪ੍ਰੋਗਰਾਮ ਕਰਨ ਜਾ ਰਹੇ ਹਾਂ ਤੇ ਉਸ ਵੇਲੇ ਸਭ ਤੋਂ ਭਖਦੀਆਂ ਖਬਰਾਂ ਕੀ ਨੇ ਕਿ 2,000 ਕਰੋੜ ਦਾ ਜੁਰਮਾਨਾ ਇਸ ਪੰਜਾਬ ਸੂਬੇ ਨੂੰ ਲੱਗ ਰਿਹਾ ਕਿ ਪਿਛਲੇ ਸਾਲਾਂ ਦੇ ਵਿੱਚ ਪਾਣੀ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਜੀਵਨ ਨੂੰ ਬਚਾਉਣ ਵਾਲੇ ਤੱਤ ਨੇ ਅਸੀਂ ਉਹਨਾਂ ਨੂੰ ਗੰਧਲੇ ਕਰ ਦਿੱਤਾ, ਤਰਲ ਅਤੇ ਠੋਸ ਦੋਨਾਂ ਤਰ੍ਹਾਂ ਦਾ ਜਿਹੜਾ ਕੂੜਾ ਕਰਕਟ ਪ੍ਰਦੂਸ਼ਣ ਉਹ ਵਧਾ ਦਿੱਤਾ। ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਰਾਜਸਭਾ ਦੇ ਮੈਂਬਰ ਨੇ ਜੇ ਤੁਸੀਂ ਗੂਗਲ ਕਰੋਗੇ, ਪਰ ਨਹੀਂ ਰਾਜਸਭਾ ਦੇ ਮੈਂਬਰ ਤਾਂ ਹੁਣ ਬਣੇ ਆ, ਪਰ ਪਿਛਲੇ ਲੰਬੇ ਸਮੇਂ ਦਾ ਦਹਾਕਿਆਂ ਦਾ ਜਿਹੜਾ ਉਹਨਾਂ ਦਾ ਉਹ ਕੰਮ ਬੋਲਦਾ ਉਹ ਵੱਧ ਇੰਪੋਰਟੈਂਟ ਹੈ ਉਹਨਾਂ ਦੇ ਰਾਜਸਭਾ ਮੈਂਬਰ ਜਾਂ ਕਿਸੇ ਵੀ ਅਵਾਰਡ ਤੋਂ ਵੱਡਾ, ਕਿਉਂਕਿ ਇਹ ਸਾਰੀਆਂ ਚੀਜ਼ਾਂ ਬਾਅਦ ਵਿੱਚ ਮਿਲੀਆਂ ਨੇ ਉਹਨਾਂ ਦੇ ਕੰਮ ਨੂੰ ਵੇਖਦੇ ਹਾਂ। ਅੱਜ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਨੀਆਂ ਕਿ ਪਵਿੱਤਰ ਕਾਲੀ ਬਾਈ ਦਾ ਜਿਹੜਾ ਕੰਮ ਉਹਨਾਂ ਨੇ ਪ੍ਰੋਜੈਕਟ ਸ਼ੁਰੂ ਕੀਤਾ ਸੀ, ਇੰਨਾ ਬਿਖੜਾ ਪੈਂਡਾ ਤੈਅ ਕਿਵੇਂ ਹੋ ਗਿਆ, ਉਹਦੇ ਤੋਂ ਬਾਅਦ ਪੰਜਾਬ ਦੇ ਵਿੱਚ ਇਹ ਪ੍ਰੋਜੈਕਟ ਬਾਕੀ ਕਿੱਥੇ ਕਿੱਥੇ ਚੱਲਣ ਦੀ ਸੰਭਾਵਨਾ ਜਾਂ ਲੋੜ ਹੈ, ਅਤੇ ਜਿਹੜੇ ਹੁਣ ਜੁਰਮਾਨੇ ਲੱਗ ਰਹੇ ਨੇ, ਕਿਉਂਕਿ ਬਾਬਾ ਜੀ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਸੀ ਕਿ ਭਾਈ ਕਿੱਥੋਂ ਕਿੱਥੋਂ ਬੁੱਢੇ ਨਾਲੇ ਦੇ ਵਿੱਚ ਵੀ ਜਿਹੜਾ ਉਹ ਪ੍ਰਦੂਸ਼ਿਤ ਪਾਣੀ ਪੈਂਦਾ ਹੈ, ਉਹਦਾ ਹੱਲ ਕਿਉਂ ਨਹੀਂ ਹੋ ਸਕਿਆ, ਕਿੱਥੇ ਕੁ ਪੰਜਾਬ ਇਸ ਵੇਲੇ ਖੜਾ, ਅਗਲੀਆਂ ਨਸਲਾਂ ਅਤੇ ਸਾਡਾ ਭਵਿੱਖ ਬਚਾਉਣ ਦੀ ਗੱਲ ਹੈ। ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਸਾਹਿਬ ਨਾਲ ਗੱਲ ਕਰਦੇ ਹਾਂ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਤੁਹਾਡਾ। ਬਾਬਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਜ਼ਰੂਰ ਜਾਣਨਾ ਚਾਹੁੰਦਾ, ਤੁਸੀਂ ਪਾਣੀ ਦਾ ਗਲਾਸ ਭਰਿਆ ਜੀ, TDS ਚੈੱਕ ਕੀਤਾ ਅਤੇ ਦੱਸ ਦਿੱਤਾ ਕਿ ਭਾਈ 2 ਦਿਨ ਹੋ ਗਿਆ ਮੀਂਹ ਪੈਂਦਾ ਤਾਂ ਕਰਕੇ ਰੰਗ ਹੋਰ ਤਰ੍ਹਾਂ ਦਾ, ਪਾਣੀ ਠੀਕ ਹੈ ਜੀ ਜੀ ਜੀ। ਅੱਜ ਪੰਜਾਬ ਦੇ ਵਿੱਚ ਉਂਗਲੀ ਪਾਣੀ ਨਹੀਂ ਕਿਤੇ ਪਾਉਣ ਨੂੰ ਜੀ ਕਰਦਾ ਕਿ ਉਂਗਲੀ ਪਾ ਲਈਏ ਪਾਣੀ ਦੇ ਵਿੱਚ, ਇਹ ਸਾਰਾ ਕੁਝ ਕਿਵੇਂ ਸੰਭਵ ਹੋ ਗਿਆ? ਜਾਣੀ ਜਦੋਂ ਸ਼ੁਰੂਆਤ ਕੀਤੀ ਸੀ ਤਾਂ ਪੈਂਡਾ ਬੜਾ ਵਿਖੜਾ ਹੋਣਾ, ਕਿਉਂਕਿ ਜੋ ਵੀ ਹਾਲਾਤ ਬਣੇ ਆ ਇਹ ਬਹੁਤ ਹੀ ਤਰਸਯੋਗ ਆ ਕਿ ਉਹ ਪਾਕ ਪਵਿੱਤਰ ਵੇਈ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਚਰਨ ਪਾਏ, 14 ਸਾਲ 9 ਮਹੀਨੇ 13 ਦਿਨ ਦੱਸਦੇ ਇਸ ਧਰਤੀ 'ਤੇ ਰਹੇ, ਅਤੇ ਇੱਥੋਂ ਰੱਬੀ ਬਾਣੀ ਉਚਾਰਨ ਕੀਤੀ ਅਤੇ ਜਿਹੜਾ ਸਾਨੂੰ ਸਾਰੇ ਵਿਸ਼ਵ ਨੂੰ ਸੰਦੇਸ਼ ਦਿੱਤਾ
ਜਿਹਦੀ ਅੱਜ ਬੜੀ ਅਹਿਮੀਅਤ ਆ ਸਾਰੇ ਵਿਸ਼ਵ ਨੂੰ। ਉਹ ਪਹਿਲਾ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਦਾਈ ਦਾ ਖੇਲੇ ਸਗਲ ਜਗਤ। ਉਹ ਜੋ ਖੇਲੇ ਸਗਲ ਜਗਤ ਦਾ ਸੰਕਲਪ ਗੁਰੂ ਪਾਤਸ਼ਾਹ ਨੇ ਸਾਨੂੰ ਦਿੱਤਾ, ਸੋ ਅਸੀਂ ਉਹਨੂੰ ਵਿਸਾਰ ਦਿੱਤਾ। ਉਹਦੇ ਨਾਲ ਅਸੀਂ ਪਿੰਡਾਂ ਸ਼ਹਿਰਾਂ ਦੇ ਗੰਦੇ ਪਾਣੀ ਜਿਹੜੇ ਹੈਗੇ ਸਾਡੇ ਨੈਚੁਰਲ ਸੋਰਸ, ਚਾਹੇ ਸਾਡੀਆਂ ਡਰੇਨਾਂ ਸੀ, ਚਾਹੇ ਨਦੀਆਂ ਸੀ, ਚਾਹੇ ਦਰਿਆ ਸੀ, ਅਸੀਂ ਇਹ ਪੰਜਾਬ ਦੀ ਨਹੀਂ ਸਾਰੇ ਭਾਰਤ ਦੀ ਗੰਗਾ ਜਮੁਨਾ ਵਰਗੀਆਂ ਪਵਿੱਤਰ ਨਦੀਆਂ ਜਿਹੜੀਆਂ ਹੋਰ ਵੀ ਜਿੱਥੇ ਵੀ ਸੀ ਅਸੀਂ ਕੋਈ ਕਸਰ ਨਹੀਂ ਛੱਡੀ ਜੀ ਉਹਦੇ ਵਿੱਚ ਪਿੰਡਾਂ ਸ਼ਹਿਰਾਂ ਦੀ ਵੇਸਟੇਜ ਪਾਈ। ਸੋ ਜਿਹੜਾ ਇੱਕ ਤਾਂ ਇਹ ਸਾਡੇ ਗੁਰੂ ਦਾ ਬਚਨ ਆ ਵੀ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ, ਧਰਤੀ ਨੂੰ ਮਾਂ, ਅਸੀਂ ਉਹ ਤਿੰਨਾਂ ਦੀ ਜਿਹੜੀ ਹੈਗੀ ਆ ਜੋ ਇਹਨਾਂ ਦਾ ਸਤਿਕਾਰ ਕਰਨਾ ਸੀ, ਸਨਮਾਨ ਕਰਨਾ ਸੀ, ਉਹ ਨਹੀਂ ਕੀਤਾ। ਅਤੇ ਅੱਜ ਉਹਨਾਂ ਦੇ ਕਰਕੇ ਹੀ ਅੱਜ ਵਿਸ਼ਵ ਜਿਹੜਾ ਹੈ ਉਹ ਗਲੋਬਲ ਵਾਰਮਿੰਗ ਦੇ ਖਤਰਿਆਂ ਦੇ ਨਾਲ, ਇਹ ਵਿਗਿਆਨੀ ਦੱਸ ਰਿਹਾ ਜੋ ਪੜ੍ਹਿਆ ਲਿਖਿਆ ਵਰਗ ਦੱਸ ਰਿਹਾ ਕਿ ਇਹ ਸਮੱਸਿਆ ਆਉਣ ਵਾਲੀ ਆ। ਸੋ ਇਹਦੀ ਜਿਹੜੀ ਬਹੁਤ ਵੱਡੀ ਪਾਣੀ ਦੀ, ਹਵਾ ਦੀ, ਧਰਤੀ ਦੀ ਸਾਡੇ ਵਾਸਤੇ ਨਹੀਂ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ। ਸੋ ਇਸ ਵਾਸਤੇ ਬਾਣੀ ਦੇ ਦਾ ਪਵਿੱਤਰ ਸਥਾਨ ਹੋਵੇ ਅਤੇ ਇੱਥੇ ਹੀ ਜਿਹੜੀ ਆ ਕਿ ਪਾਣੀ ਦੀ ਗੱਲ ਕੀਤੀ ਹੋਵੇ ਸਤਿਕਾਰ ਦੀ, ਅਤੇ ਉਹ ਨਦੀ ਦਾ ਇਹ ਹਾਲ ਹੋ ਜਾਵੇ, ਇਹ ਬੜੀ ਮਾੜੀ ਗੱਲ ਸੀ। ਅਤੇ ਜਿਹਦੇ ਤੋਂ ਜਿਹੜੀ ਹੈਗੀ ਆ ਇਹ ਗੱਲ ਸ਼ੁਰੂ ਹੋਈ ਲੋਕਾਂ ਦੇ ਵਿੱਚ, ਗਈ ਮੀਟਿੰਗ ਸੀਗੀ ਜਲੰਧਰ ਦੇ ਵਿੱਚ ਧਰਤ ਸਾਹਿਬ ਜੀ ਵੱਲੋਂ ਰੱਖੀ ਹੋਈ, ਜਿਹਦੇ ਵਿੱਚ ਹੋਰ ਵੀ ਮਹਾਂਪੁਰਸ਼ ਸੀ। ਉੱਥੇ ਪਵਿੱਤਰ ਵੇਈ ਦੀ ਗੱਲ ਚੱਲੀ ਕਿ ਜਿਸ ਤਰ੍ਹਾਂ ਚਿੱਟੀ ਵੇਈ ਇਹ ਪ੍ਰਦੂਸ਼ਿਤ ਹੋ ਗਈ ਹੈ, ਕਾਲੀ ਵੇਈ ਵੀ ਜਿਹੜੀ ਹੈਗੀ ਉਹ ਤਾਂ ਬੁਰਾ ਹਾਲ ਆ। ਜੇ ਅਸੀਂ ਨਾ ਸੰਭਾਲਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਲਾਂਹਤਾਂ ਪਾਉਣਗੀਆਂ ਜੀ, ਕਿ ਸਾਡੇ ਵੱਡਿਆਂ ਨੇ ਸਾਡਾ ਇਤਿਹਾਸ, ਸਾਡਾ ਵਿਰਸਾ ਸੰਭਾਲਿਆ ਨੇ ਜੀ। ਸੋ ਉਹਦੇ ਵਾਸਤੇ ਜਦੋਂ ਇਹ ਸਾਰੀਆਂ ਗੱਲਾਂ, ਕਿਉਂਕਿ ਸਾਡਾ ਤਾਂ ਜੀਵਨ ਇਹੋ ਜਿਹਾ ਕਿ ਜਿੱਥੇ ਜੋ ਜੋ ਸਮੱਸਿਆ ਹੁੰਦੀ ਹੈ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਦੇ ਵਿੱਚ ਅਸੀਂ ਉਹਨੂੰ ਕਿੱਦਾਂ ਘਟਾ ਸਕਦੇ ਹਾਂ ਜਾਂ ਇਹਦਾ ਕੀ ਬਦਲ ਹੋ ਸਕਦਾ। ਹੁਣ ਤੱਕਰ ਰਾਹਾਂ ਤੋਂ ਲੈ ਕੇ ਪਿੰਡਾਂ ਵਿੱਚ ਸੀਵਰੇਜ ਸਿਸਟਮ, ਹਰ ਤਰ੍ਹਾਂ ਦੀ ਜਿੱਥੇ ਉਹ ਸਮੱਸਿਆ ਸੀ, ਸਮੱਸਿਆ ਦਾ ਹੱਲ ਕੱਢਿਆ ਜੀ। ਸੋ ਇਹ ਵੀ ਇੱਕ ਜਿਹੜੀ ਹੈਗੀ ਆ ਵੱਡੀ ਜਿਹੜੀ ਹੈਗੀ ਆ ਸਮੱਸਿਆ ਜੀ। ਤੋ ਸਮੱਸਿਆ ਦਾ ਜਿਹੜਾ ਹੈਗਾ ਹੱਲ ਬਦਲ ਜੇ ਅਸੀਂ ਦੇ ਦਾਂਗੇ, ਫਿਰ ਉਹ ਜਿਹੜੀ ਹੈਗੀ ਹੈ ਉਹਨੂੰ ਬਦਲ ਨੂੰ ਲੋਕ ਧਾਰਨ ਕਰ ਲੈਣਗੇ ਜੀ। ਸੋ ਅੱਜ ਦੀ ਸਮੱਸਿਆ ਦਾ ਹੱਲ ਤਾਂ ਬਾਬੇ ਨਾਨਕ ਨੇ ਦੇ ਦਿੱਤਾ, ਪਰ ਅਸੀਂ ਉਹਨੂੰ ਅਪਣਾਇਆ ਲਾਗੂ ਨਹੀਂ ਕੀਤਾ। ਜੇ ਨਾ ਅਸੀਂ ਬਾਬੇ ਨਾਨਕ ਦੀ ਗੱਲ ਮੰਨੀ, ਨਾ ਅਸੀਂ ਸੰਵਿਧਾਨ ਦੀ ਗੱਲ ਮੰਨੀ, ਨਾ ਅਸੀਂ ਵਿਗਿਆਨ ਦੀ ਗੱਲ ਮੰਨੀ ਜੀ, ਇਹ ਜੋ ਕੁਛ ਵੀ ਵਰਤਾਰਾ ਹੋਇਆ ਨਦੀਆਂ ਦਰਿਆਵਾਂ ਦੇ ਨਾਲ, ਚਾਹੇ ਸਾਡੇ ਪਵਿੱਤਰ ਦਰਿਆਵਾਂ ਦੇ ਨਾਲ, ਇਹ ਨਾ ਸੰਵਿਧਾਨਕ ਆ ਜੀ, ਨਾ ਵਿਗਿਆਨਕ ਆ ਜੀ, ਤੇ ਨਾ ਹੀ ਜਿਹੜਾ ਹੈਗਾ ਸਾਡੇ ਗੁਰੂਆਂ ਦੇ ਉਪਦੇਸ਼ ਤੋਂ ਉਲਟਾ। ਅੱਜ ਇਸ ਜਗ੍ਹਾ ਦੀ, ਇਸ ਪਾਣੀ ਦੀ ਅੱਜ ਵਿਸ਼ਵ ਨੂੰ ਜਿਹੜੀ ਹੈਗੀ ਆ ਲੋੜ ਆ, ਇਹ ਸੰਦੇਸ਼ ਇੱਥੋਂ ਆਇਆ, ਇਸ ਕਰਕੇ ਇਸ ਨੂੰ ਉਸ ਵੇਲੇ ਇੱਕ ਚੈਲੰਜ ਦੇ ਤੌਰ ਤੇ ਵੀ ਇਹ ਹੋਣਾ ਚਾਹੀਦਾ ਜੀ, ਤੇ ਬਹੁਤ ਵੱਡੀ ਚੁਣੌਤੀ ਸੀ ਉਸ ਵੇਲੇ ਵੀ ਜੀ, ਕਿਉਂਕਿ ਪਾਣੀ ਜਿਹਨਾਂ ਦੇ ਬਾਰਿਸ਼ ਹੋ, ਕਹਿੰਦੇ ਸਾਡਾ ਅਧਿਕਾਰ ਆ ਤੇ ਪਿੰਡਾਂ ਦੇ ਸ਼ਹਿਰਾਂ ਦੇ, ਤੇ ਜੋ ਕੁਛ ਸੀ ਉਹ ਸਮਝਦੇ ਸੀ ਉਸ ਵੇਲੇ। ਸੁਲਤਾਨਪੁਰ ਦਾ ਪਾਣੀ ਵੀ ਉੱਥੋਂ ਪੈ ਰਿਹਾ ਸੀ, ਇਹਦੇ ਵਿੱਚ ਸਾਰਾ ਸੀਵਰੇਜ ਦਾ ਪਾਣੀ, ਹਾਂ ਨਹੀਂ ਸੀਵਰੇਜ ਦੇ ਸਾਰਾ ਜਿੰਨਾ ਨਾਲ ਇਹਦੇ ਪਰਲੇ ਬੰਨੇ, ਹੁਣ ਤਾਂ ਦਰਖਤਾਂ ਵਿੱਚ ਕੁਛ ਨਹੀਂ ਦਿਖਦਾ ਜੀ। ਇਹਦੇ ਨਾਲ ਹੈਗਾ ਰੈਸਟ ਹਾਊਸ, ਫਿਰ ਐਸਡੀਐਮ ਦੀ ਕਚਹਿਰੀ ਆ, ਜੱਜ ਸਾਹਿਬਾਨ ਇੱਥੇ ਪੈਂਦੇ ਆ, ਦੂਸਰੀਆਂ ਅਦਾਲਤਾਂ, ਫਿਰ ਤਹਿਸੀਲਦਾਰ, ਜਿੰਨਾ ਵੀ ਇਹ ਕੰਪਲੈਕਸ ਆ ਜੀ, ਇੱਥੇ ਸਾਰੇ ਆ, ਪੰਚਾਇਤ, ਬੀ ਡੀ ਓ ਵਗੈਰਾ, ਇਹ ਤਾਂ ਸਾਰਾ ਪਾਣੀ ਇਹਦੇ ਵਿੱਚ ਉੱਥੇ ਪੈਂਦਾ ਸੀ। ਤਾਂ ਬਾਬਾ ਜੀ ਹੁਣ ਉਹ ਪਾਣੀ ਕਿੱਥੇ ਪੈਂਦਾ? ਹੁਣ ਉਹ ਇੱਥੋਂ, ਫਿਰ ਉਹਨਾਂ ਨੇ ਜਦੋਂ ਅਸੀਂ ਇੱਥੋਂ ਬੰਦ ਕਰ ਦਿੱਤਾ ਜੀ, ਤੇ ਫਿਰ ਹੁਣ ਉੱਥੇ ਸਭ ਤੋਂ ਪਹਿਲਾਂ ਟ੍ਰੀਟਮੈਂਟ ਪਲਾਂਟ ਸੁਲਤਾਨਪੁਰ ਤੇ ਕਪੂਰਥਲੇ ਲੱਗਾ ਪੰਜਾਬ 'ਚ। ਹਾਂ, ਜਦੋਂ ਇਹਨੂੰ ਬੰਦ ਕੀਤਾ, ਫਿਰ ਤੁਸੀਂ ਬਾਈ ਲਾਓ, ਇਹਦੇ ਵਿੱਚ 1976 ਦੇ ਐਕਟ ਦੀ ਲੰਘਣਾ, ਪਹਿਲਾਂ ਸੁਰਤ ਨਹੀਂ ਆਈ ਕਿਸੇ ਨੂੰ, ਨਹੀਂ ਕਿਸੇ ਨੇ ਦੱਸਣਾ ਸੀ, ਉਹੀ ਤਾਂ ਪਾ ਰਹੇ ਸੀ ਤੁਹਾਨੂੰ, ਤੁਸੀਂ ਪੁਰਾਣੇ ਪੱਥਰ ਦੇਖ ਲਓ ਲੱਗੇ, ਵੀ ਜਿਹੜੇ ਮੰਤਰੀ ਸੀ ਜਾਂ ਜੋ ਵੀ ਡਿਵੈਲਪਮੈਂਟ ਵਾਸਤੇ ਪੈਸੇ ਆਉਂਦੇ ਸੀ ਜੀ, ਵੀ ਪਿੰਡ ਵਿੱਚ ਛੱਪੜ ਸੀ, ਉਹ ਕਹਿੰਦੇ ਭਾਈ ਇਹ ਛੱਪੜ ਬੜਾ, ਤੇ ਉਹ ਫਿਰ ਕਹਿੰਦੇ ਤੁਹਾਨੂੰ ਗ੍ਰਾਂਟ ਦੇ ਦਿੰਦੇ ਆ ਜੀ, ਤੇ ਉਹ ਗ੍ਰਾਂਟ ਦੇ ਦਿੰਦੇ ਸੀ, ਉਹ ਜਿਹੜਾ ਪੈਪ ਪਾ ਕੇ ਪਾਣੀ ਜਿਹੜਾ ਵੇਂ ਚ ਪਾ ਦਿੰਦੇ ਸੀ, ਛੱਪੜ ਬੂਰ ਲੈਂਦੇ ਸੀ। ਅੱਛਾ, ਗੰਦਾ ਪਾਣੀ ਸਿੱਧਾ ਵੇਂ ਚ ਆਉਂਦਾ ਸੀ? ਇੱਦਾਂ ਹੀ ਸਾਰਾ ਸੀ, ਉੱਥੇ ਗ੍ਰਾਂਟਾਂ ਲੱਗੀਆਂ, ਇਸ ਉਦਘਾਟਨ ਹੋ ਚੁੱਕੇ ਸੀ, ਅਸੀਂ ਉਹਦੇ ਉੱਤੇ ISPC ਅਧਿਕਾਰੀਆਂ ਦੇ, ਅਸੀਂ ਵੇਈ ਗੰਦਾ ਕਰਨ ਦਾ ਕੰਮ ਅਸੀਂ ਕੀਤਾ ਜੀ, ਕਿਸੇ ਨੂੰ ਜਿਹਨਾਂ ਨੇ ਦੱਸਣਾ ਉਹਨਾਂ ਦੇ ਕੀਤੇ ਹੋਏ, ਉਹਨਾਂ ਦੇ ਕੀਤੇ ਹੋਏ ਸੀ। ਉਹਦੇ ਵਿੱਚ IAS ਅਧਿਕਾਰੀ ਵੀ ਸੀ ਜੀ, ਜਿਹਨਾਂ ਦੇ ਨਾਂ ਦੇ ਉੱਤੇ ਪੱਥਰ ਲੱਗਦਾ ਸੀ, ਮੰਤਰੀ ਵੀ ਉਹਦੇ ਵਿੱਚ ਸੀ ਜੀ। ਸੋ ਉਹ ਗੱਲਾਂ ਤਾਂ ਜਦੋਂ ਅਸੀਂ ਚੱਕਿਆ ਮੁੱਦਾ, ਫਿਰ ਅਸੀਂ ਪਿੰਡਾਂ ਦੇ ਵਿੱਚ ਰੋਕਣ ਵਾਸਤੇ ਵੀ ਭਾਈ ਅਸੀਂ ਪੈਣ ਨਹੀਂ ਦੇਵਾਂਗੇ ਪਵਿੱਤਰ ਵੇਈ ਦੇ ਵਿੱਚ, ਉੱਥੇ ਲੋਕ ਅੰਮ੍ਰਿਤ ਜਲ ਸਕਦੇ ਜੀ। ਫਿਰ ਹੌਲੀ ਹੌਲੀ ਜਿਹੜੀ ਹੈਗੀ ਆ ਸਰਕਾਰ 'ਤੇ ਕੋਸ਼ਿਸ਼ ਕੀਤੀ
ਲੋਕਾਂ ਦਾ ਜਿਹੜੀ ਹੈਗੀ ਹੈ ਸਮਾਜ ਦਾ ਵੀ ਪ੍ਰੈਸ਼ਰ ਬਣਿਆ। ਫਿਰ ਪਵਿੱਤਰ ਵੇਈ ਦੇ ਉੱਤੇ ਜਿਹੜਾ ਹੈਗਾ ਇਹਦੇ ਵਿੱਚ ਸਾਫ਼ ਪਾਣੀ ਛੁਡਵਾਇਆ ਜੀ, ਅਤੇ ਉਹ ਪਹਿਲਾਂ ਪਾਣੀ ਛੱਡਿਆ, ਉਹ ਇੱਧਰ ਨੂੰ ਆਉਂਦਾ ਨਹੀਂ ਸੀ, ਵੇਹ ਨਹੀਂ ਸੀ ਜੀ। ਦੂਸਰੀ ਵਾਰੀ ਫਿਰ ਇੱਥੋਂ ਉਸ ਵੇਲੇ ਇੱਥੇ ਸੇਵਾ ਚੱਲਦੀ ਸੀ, ਫਿਰ ਸੁਲਤਾਨਪੁਰ ਲੋ ਉੱਥੇ ਜਾ ਕੇ ਉੱਧਰੋਂ ਪਾਣੀ ਜੀ ਛੱਡਿਆ ਲਿਆਂਦਾ ਇੱਧਰ। ਹੁਣ ਇਹਦੇ ਵਿੱਚ 200-300 ਕੁਸਕ ਪਾਣੀ ਚੱਲ ਰਿਹਾ ਉਹਦੇ ਕਰਕੇ ਹੀ ਇਹਦੇ ਵਿੱਚ ਜੋ ਵੀ ਕੁਛ ਨੇਚਰਲੀ ਨਦੀ ਦੇ ਵਿੱਚ ਹੋਣਾ ਚਾਹੀਦਾ, ਭੋਗੇ ਸਿੱਪੀਆਂ ਮੱਸੀਆਂ ਉਹ ਸਾਰਾ ਕੁਛ ਇਹਦੇ ਵਿੱਚ ਆ। ਬਾਬਾ ਜੀ, ਆਮ ਤੌਰ ਦੇ ਉੱਤੇ ਹੁੰਦਾ ਕਿ ਸਾਫ਼ ਸੁਥਰੇ ਕੱਪੜੇ ਜਿਹੜੇ ਧਾਰਮਿਕ ਤੌਰ ਦੇ ਉੱਤੇ ਪ੍ਰਚਾਰ ਕੀਆਂ ਦਿੱਤਾ, ਪਰ ਤੁਹਾਨੂੰ ਪੰਜਾਬੀਆਂ ਨੇ ਨਹੀਂ ਸਮੁੱਚੀ ਦੁਨੀਆਂ ਦੇ ਲੋਕਾਂ ਨੇ ਦੇਖਿਆ ਕਿ ਕੱਪੜੇ ਨਿਚੜਦੇ ਹੁੰਦੇ ਸੀ, ਤੁਸੀਂ ਆ ਜਿਹੜੀ ਬੂਟੀ ਆ ਵਿੱਚ ਸਾਰੀ ਐਂ ਫੜੇ ਵਿੱਚ ਸੱਪ ਤੁਰੇ ਫਿਰਦੇ ਹੁੰਦੇ ਸੀ, ਜਾਣੀ ਐਂ ਨਹੀਂ ਲੱਗਿਆ ਕਿ ਭਾਈ ਸੇਵਾਦਾਰਾਂ ਤੋਂ ਕਰਾ ਲੈਂਦੇ ਹਾਂ, ਬਾਕੀ ਸੰਗਤ ਨੂੰ ਕਹਿ ਦਿੰਦੇ ਆ ਬਾਹਰ ਖੜਦੇ ਆਰਾਮ ਨਾਲ। ਅਸੀਂ ਤਾਂ ਸੇਵਾਦਾਰ ਹੀ ਹਾਂ, ਸੇਵਾ ਕੋ ਸੇਵਾ ਬਣਾਈ ਜੀ। ਅਸੀਂ ਤਾਂ ਕਹਿੰਦੇ ਗੁਰੂ ਮਹਾਰਾਜ ਨੇ ਕਿਰਪਾ ਦੇ ਕੀਤੀ ਹੈ, ਸਾਨੂੰ ਸੇਵਾ ਦਿੱਤੀ ਜੀ, ਉਹ ਸੇਵਕ ਬਣਾਈ ਰੱਖੇ ਜੀ, ਸੇਵਾ ਦੇਈ ਰੱਖੇ, ਇਹ ਤੋਂ ਵੱਡੀ ਸੰਤੁਸ਼ਟੀ ਨਹੀਂ, ਰੂਹ ਦੀ ਸੰਤੁਸ਼ਟੀ ਹੈ। ਇੱਕ ਤਾਂ ਹੁੰਦਾ ਨਾ ਵੀ ਕਿਸੇ ਕੋਲ ਹੈਗਾ ਸਾਨੂੰ ਉਸ ਕੰਮ ਤੋਂ, ਇਹ ਤਾਂ ਸਾਡੇ ਪਵਿੱਤਰ ਸਥਾਨ ਆ, ਗੁਰੂ ਮਹਾਰਾਜ ਨੇ ਚਰਨ ਪਾਇਆ ਜੀ, ਚਲੋ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਸੇਵਾ, ਪਹਿਲੀ ਗੱਲ ਤਾਂ ਹੋਣਾ ਹੀ ਨਹੀਂ ਚਾਹੀਦਾ ਸੀ, ਕਹਿੰਦਾ ਜੋ ਕੁਛ ਕੀਤਾ ਅਨੈਤਿਕਤਾ, ਨਾ ਇਹ ਧਾਰਮਿਕ ਤੌਰ 'ਤੇ ਨਾ ਸਮਾਜਿਕ ਤੌਰ 'ਤੇ, ਪਰ ਜੇ ਹੁਣ ਉਹ ਕੀਤਾ ਵਾ ਉਹਨੂੰ ਅਸੀਂ ਕਹਿੰਦੇ ਆਪਣਾ ਹੱਥੀ ਆਪਣਾ ਆਪੇ ਹੀ ਕਾਸਵਾਰੀ, ਸਰਕਾਰ ਕੀ ਕਰ ਸਕਦੀ ਹੈ, ਅਸੀਂ ਰਲ ਰਲ ਕੇ ਕੀ ਕਰ ਸਕਦੇ ਹਾਂ। ਅਤੇ ਜਿਹਦੇ ਨਾਲ ਬਹੁਤ ਵੱਡਾ ਜਿਹੜਾ ਪਰਿਵਰਤਨ ਹੈਗਾ ਪਾਣੀਆਂ ਪ੍ਰਤੀ ਇੱਕ ਚੇਤਨਾ, ਜਿੱਥੋਂ ਗੁਰਬਾਣੀ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੀ ਗੱਲ ਕੀਤੀ ਸੀ, ਉਹ ਗੱਲ ਅੱਜ ਵਿਸ਼ਵ ਦੇ ਵਿੱਚ ਜਾ ਰਹੀ ਹੈ, ਪੂਰੀ ਦੁਨੀਆਂ ਦੇ ਵਿੱਚ ਜਾ ਰਹੀ ਹੈ ਕਿ ਜਿਹੜੀ ਜਿਹੜਾ ਪਾਣੀ ਹੈ ਇਹਦੀ ਕਿੰਨੀ ਜ਼ਰੂਰੀ ਹੈ। ਗੁਰਬਾਣੀ ਸਾਨੂੰ ਪਾਣੀ ਹਵਾ ਪਾਣੀ ਧਰਤੀ ਨਾਲ ਇਨਵਾਇਰਮੈਂਟ ਨਾਲ ਕਿਵੇਂ ਜੋੜਦੀ ਹੈ, ਸੋ ਉਹ ਸ਼ਬਦ ਜਿਹੜੇ ਸਾਡੇ ਗੁਰੂਆਂ ਨੇ 500 ਸਾਲ ਤੋਂ ਵੱਧ ਸਮਾਂ ਪਹਿਲਾਂ ਜਿਹੜੇ ਹੈਗੇ ਆ ਲਿਖ ਦਿੱਤੇ ਸੀ, ਜਦੋਂ ਇਨਵਾਇਰਮੈਂਟ ਕਲੀਨ ਸੀ, ਕਲੀਨ ਸੀ, ਹਵਾ ਸ਼ੁੱਧ ਸੀ, ਪਾਣੀ ਸ਼ੁੱਧ ਸੀ, ਸਮਾਜਿਕ ਪ੍ਰਦੂਸ਼ਣ ਸੀ ਜੀ, ਪਰ ਇਹ ਇਨਵਾਇਰਮੈਂਟਲੀ ਪੋਲਿਊਸ਼ਨ ਨਹੀਂ ਸੀ। ਪਰ ਜਦੋਂ ਜਿਵੇਂ ਜਿਵੇਂ ਉਹ ਤਾਂ ਜਿਹੜਾ ਸਾਰਾ ਕੁਛ ਬਦਲ ਗਿਆ, ਮਨੁੱਖ ਬਦਲਿਆ, ਉਹਦੇ ਨਾਲ ਜੋ ਇਨਵਾਇਰਮੈਂਟ ਦਾ ਕਾਰਨ ਹੋਇਆ ਇਹ ਇਸ ਦੁਨੀਆਂ ਦੇ ਇਤਿਹਾਸ ਵਿੱਚ ਜਾਂ ਇਸ ਧਰਤੀ ਦੇ ਉੱਤੇ ਇਹ ਪਹਿਲੀ ਉਦਾਹਰਣ ਆ ਕਿ ਅਸੀਂ ਜਿੱਥੇ ਮੱਥਾ ਟੇਕਦੇ ਸੀ, ਜਿੱਥੇ ਨਮਸਕਾਰ ਕਰਦੇ ਸੀ, ਅਸੀਂ ਉੱਥੇ ਜਾ ਕੇ ਆਪਣੇ ਗੰਦੇ ਪਾਉਣੇ ਪਾਉਂਦੇ। ਹੁਣ ਜਿਹਨੂੰ ਜਿਹਦੇ ਆਪਾਂ ਪੈਰੀ ਹੱਥ ਲਾਉਂਦੇ ਹਾਂ, ਮਾਂ ਬਾਪ ਦੇ ਜਿਹੜਾ ਆਸ਼ੀਰਵਾਦ ਦਿੰਦਾ, ਇਹਦੇ ਉੱਥੇ ਜਾ ਕੇ ਸਮਝਦੇ ਵੀ ਸਾਡੇ ਜਾਣ ਦੇ ਨਾਲ ਸਾਡੀ ਮਨ ਦੀ ਇੱਛਾ ਪੂਰੀ ਹੋ ਗਈ ਜੀ। ਸੋ ਉਹ ਜਿਹੜੀ ਜਦੋਂ ਅਸੀਂ ਉੱਥੇ ਕੂੜਾ ਸੁੱਟਦੇ ਹਾਂ, ਫਿਰ ਵੀ ਤਾਂ ਦੇਣ ਵਾਲਾ ਬਾਬਾ ਉਹੀ ਹੈ, ਉਹੀ ਹੈ ਫਿਰ। ਅੱਛਾ ਬਾਬਾ ਜੀ, ਮੈਨੂੰ ਇੱਕ ਚੀਜ਼ ਦੱਸਿਓ, ਇਹ ਤਾਂ ਸਾਫ਼ ਹੋ ਗਿਆ, ਉੱਦਮ ਕਰ ਦਿੱਤਾ ਦਹਾਕਿਆਂ ਦੀ ਜਦੋਂ ਜਦ ਚੱਲੀ, ਇੱਦਾਂ ਬੁੱਢਾ ਨਾਲਾ ਜਾਂ ਬੁੱਢਾ ਦਰਿਆ ਜੋ ਵੀ ਸ਼ਬਦ ਵਰਤ ਲਈਏ, ਉਹ ਬਹੁਤ ਪਲੀਤ ਹੈ ਜੀ, ਉੱਥੇ ਖੜਿਆ ਨਹੀਂ ਜਾਂਦਾ, ਸੜਿਆਂ ਦੇ ਬੁਰੇ ਤਰੀਕੇ। ਤੁਸੀਂ ਉਸ ਮੁੱਦੇ ਦੇ ਉੱਤੇ ਵੀ ਨਿੱਠ ਕੇ ਕੰਮ ਕਰ ਰਹੇ ਹੋ, ਕਾਰਨ ਕੀ ਹੈ? ਤੁਸੀਂ ਪ੍ਰੋਜੈਕਟ ਵੀ ਇੱਕ ਤਿਆਰ ਕੀਤਾ ਸੀ, ਫਾਈਲਾਂ ਸਬਮਿਟ ਕੀਤੀਆਂ, ਕਿੱਥੋਂ ਆਉਂਦਾ ਪਾਣੀ, ਬੰਦ ਕਿਉਂ ਨਹੀਂ ਹੁੰਦਾ, ਜਿਨ੍ਹਾਂ ਦੀਆਂ ਡਿਊਟੀਆਂ ਨੇ, ਅੱਖਾਂ ਮੀਚ ਕੇ ਕਿਉਂ ਬੈਠੇ ਆ? ਉਹਦੇ ਉੱਤੇ ਬਹੁਤ ਕੰਮ ਹੋਇਆ, ਤੁਸੀਂ ਦੇਖੋਗੇ ਜਿਹੜੀ ਹੈ ਨਾ, ਬਹੁਤ ਦੂਰੋਂ ਬਦਬੂ ਮਾਰਦਾ, ਹੁਣ ਤੁਸੀਂ ਜਾ ਕੇ ਦੇਖੋ ਕਿਤੇ ਰੱਖਣਾ ਪੈਂਦਾ, ਪਰ ਉਹਦੇ ਹਜੇ ਬਹੁਤ ਹੋਣ ਵਾਲਾ ਕਿਉਂਕਿ ਜਿਹੜੀ ਇਹ ਸਫਾਈ ਸੀ ਇਹਨੂੰ ਸਾਫ਼ ਕਰਨ ਦਾ ਸੀ ਮੁੱਦਾ ਜੀ, ਇਹਦੇ ਪਾਣੀ ਜਿਹੜੇ ਬੰਦ ਕਰਨ ਲਈ ਉਹ ਸਾਰੇ ਹੋਏ ਆ, ਜਿੱਥੇ ਜਿੱਥੇ ਪਾਣੀ ਪੈਂਦੇ ਸੀ, ਸਿਰਫ ਇੱਕ ਟ੍ਰੀਟਮੈਂਟ ਪਲਾਂਟ ਹਜੇ ਲੱਗਿਆ ਨਹੀਂ ਜੀ, ਬਾਕੀ ਸਾਰੇ ਬੰਦ ਹੋਏ, ਉਹਨਾਂ ਦਾ ਉਹਦਾ ਆਲਟਰਨੇਟਰ ਬਦਲ ਦਿੱਤਾ, ਉਹ ਪਾਣੀ ਜਿਹੜਾ ਵੇਂ ਚ ਡਿੱਗਦਾ ਸੀ ਉਹ ਛੱਪੜ ਪਟਾ ਕੇ ਖੇਤਾਂ ਨੂੰ ਲੱਗਾ, ਠੀਕ ਹੈ, ਜਿੱਦਾਂ ਸੁਲਤਾਨਪੁਰ ਦਾ ਪਾਣੀ 13 ਕਿਲੋਮੀਟਰ 'ਚ ਖੇਤੀ ਨੂੰ ਲੱਗਦਾ, ਜਿਹੜਾ ਇੱਥੇ ਡਿੱਗਦਾ ਸੀ ਸਾਫ਼, ਹੁਣ 13-13 ਕਿਲੋਮੀਟਰ 'ਚ ਖੇਤੀ ਨੂੰ ਲੱਗਦਾ, ਠੀਕ ਹੈ ਜੀ। ਇਸੇ ਤਰ੍ਹਾਂ ਹੀ ਦਸੋਏ ਦਾ ਪਾਣੀ 5 ਕਿਲੋਮੀਟਰ 'ਚ ਲੱਗਦਾ, ਉਹ ਮੈਂ ਦੇਖਿਆ ਜੀ ਪਲਾਟ, ਹਾਂ, ਇਸੇ ਤਰ੍ਹਾਂ ਹੀ ਜਿਹੜਾ ਸੁਲਤਾਨਪੁਰ ਦਾ ਪਲਾਸ ਦਾ ਬੇਗੋਵਾਲ ਦਾ, ਇਹਦਾ ਸਾਰੇ ਬਦਲ ਦਿੱਤੇ ਆ ਜੀ, ਵੀ ਪਾਣੀ ਜਿਹੜਾ ਇੱਥੇ ਪੈਂਦਾ ਸੀ ਉਹ ਖੇਤੀ ਨੂੰ ਲੱਗਣਾ ਪਿਆ, ਤਾਂ ਨੈਚੁਰਲੀ ਪਾਣੀ ਇਹਦੇ ਵਿੱਚ ਛੁਡਵਾ ਦਿੱਤਾ ਜੀ, ਉਹ ਜਿਹੜਾ ਹੈਗਾ ਸਭ ਤੋਂ ਵੱਡਾ, ਜੇ ਪਾਣੀ ਥੋੜ੍ਹਾ ਬਹੁਤ ਸਾਡਾ ਰਲਦਾ ਅਤੇ ਜਦੋਂ ਨੈਚੁਰਲੀ ਪਾਣੀ ਉਹਦੇ ਹੋ ਜਾਂਦਾ, ਇਹ ਡਿਲੂਟ ਕਰ ਦਿੰਦਾ ਪਾਣੀ ਨੂੰ, ਜਿਹੜਾ ਅਕੋਲੋਜੀ ਜਿਹਦੇ ਵਿੱਚ ਡਿਵੈਲਪ ਹੋ ਜਾਂਦੀ ਹੈ, ਜਦੋਂ ਅਕੋਲੋਜੀ ਡਿਵੈਲਪ ਹੋ ਜਾਂਦੀ ਹੈ ਪਾਣੀ ਨੂੰ ਆਪੇ ਟ੍ਰੀਟ ਕਰਦੀ ਜੀ। ਅਤੇ ਬੁੱਢੇ ਨਾਲੇ ਦਾ ਥੋੜ੍ਹਾ ਜਿਹਾ ਦੱਸਿਓ ਕਿ ਉੱਥੇ ਸੌਦਾ ਆਉਂਦਾ ਕਿੱਥੋਂ ਜੀ, ਮਾੜਾ ਚੰਗਾ ਵਿੱਚ ਕਿਹੜੀ ਕਿਹੜੀ ਥਾਂ ਆਉਂਦਾ? ਇੱਕ ਤਾਂ ਮਿਊਂਸੀਪਲ ਕਮੇਟੀ ਦਾ ਪੈ ਰਿਹਾ, ਸਰਕਾਰੀ ਪਾਣੀ, ਹਾਂ ਪਾਣੀ ਸਭ ਤੋਂ ਜ਼ਿਆਦਾ ਅਸੀਂ ਕਹਿੰਦੇ ਉਹ ਹੋਇਆ ਜਿਹੜੇ ਫੈਕਟਰੀਆਂ ਵਾਲੇ ਸੀ ਜੀ, ਉਹ ਆਪਣਾ ਜਿਹੜਾ ਹੈਗਾ ਬਦਮਾਸ਼ੀ ਕਰਦੇ ਸੀਗੇ ਕਿ ਸੀਵਰੇਜ ਦੇ ਵਿੱਚ ਉਹ ਪਾਣੀ ਪਾ ਦਿੰਦੇ, ਜਿਹਦੇ ਨਾਲ 222 MLD ਟ੍ਰੀਟਮੈਂਟ ਪਲਾਂਟ ਹੁਣ ਉੱਥੇ ਲੁਧਿਆਣੇ ਲੱਗ ਰਿਹਾ, ਠੀਕ ਹੈ ਜੀ, ਅਤੇ ਜਿਹੜੇ ਉਸ ਫੈਕਟਰੀਆਂ ਵਾਲਿਆਂ ਦੇ 2 ਟ੍ਰੀਟਮੈਂਟ ਪਲਾਂਟ ਲੱਗ ਗਏ, ਠੀਕ ਹੈ ਜੀ, 62 MLD ਦਾ ਅਤੇ 1 45 MND ਦਾ, ਠੀਕ ਹੈ ਜੀ, ਅਤੇ 50 MLD ਦਾ ਜੀ,
ਉਹ ਲੱਗਣ ਦੇ ਨਾਲ ਜਿਹੜਾ ਫੈਕਟਰੀਆਂ ਦਾ ਪਾਣੀ ਜਿਹੜਾ ਅਨਟ੍ਰੀਟਡ ਚੋਰੀ ਪਾਉਂਦੇ ਸੀ ਉਹ ਲੀਗਲ ਹੋ ਗਿਆ। ਠੀਕ ਹੈ ਜੀ। ਸੋ ਉਹਦੇ ਨਾਲ ਜਿਹੜੇ ਸ਼ਹਿਰ ਦਾ ਪਾਣੀ ਹੈ ਉਹ 222 ਐਮਐਲਡੀ ਤੇ ਸੁਲਤਾਨਪੁਰ ਦਾ ਕੀ ਸਿਰਫ 2 ਐਮਐਲਡੀ ਹੈ। ਠੀਕ ਹੈ ਜੀ। ਤੇ ਉੱਥੇ ਉਹ 222 ਐਮਐਲਡੀ 222 ਉਹ ਵੱਡਾ ਟ੍ਰੀਟਮੈਂਟ ਪਲਾਂਟ ਆ, ਜੇ ਉਹ ਚੱਲ ਗਿਆ ਤਾਂ ਉਹਦੇ ਨਾਲ ਉਹ ਪਾਣੀ ਟ੍ਰੀਟ ਹੋਣ ਲੱਗ ਪਿਆ ਜੀ। ਤੇ ਅਸੀਂ ਕਹਿੰਦੇ ਸੀ ਟ੍ਰੀਟ ਹੋ ਕੇ ਵੀ ਉਹ ਅੱਗੇ ਜਾ ਕੇ ਪਵੇ, ਉਹ ਪਾਣੀ ਅੱਗੇ ਖੇਤੀ ਨੂੰ ਲੱਗੇ, ਖੇਤੀ ਨੂੰ ਲੱਗੇ, ਉਹਦੇ ਵਾਸਤੇ ਪ੍ਰੋਜੈਕਟ ਹਜੇ ਚਲੋ ਕਿਸ ਤਰ੍ਹਾਂ, ਪਰ ਪਹਿਲੀ ਧਾਰ ਦੇ ਉੱਤੇ ਟ੍ਰੀਟਮੈਂਟ ਪਲਾਂਟ ਤਾਂ ਚੱਲਣ ਨਾ ਜਿੰਨੇ ਹੈਗੇ ਸਾਰੇ ਜੀ। ਉਹ ਚੱਲਣ ਨਾਲ ਜਿਹੜਾ ਲੋਡ ਆ ਜੀ ਗੰਦਗੀ ਦਾ ਉਹ ਘੱਟ ਜੂਗਾ। ਦੂਸਰਾ ਹੁਣ ਰੈਗੂਲਰ ਜਿਹੜਾ ਹੈਗਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜੀ, ਉਹ ਲਗਾ ਤੋਂ ਸਮੇਂ ਪਿਛਲੇ ਸਮਿਆਂ ਤੋਂ ਸੀ, ਕੋਈ 1996 ਦੇ ਵਿੱਚ ਕੋਈ ਕੇਸ ਸੁਪਰੀਮ ਕੋਰਟ 'ਚ ਲੱਗਾ ਜੀ, ਉਹਦਾ ਕੋਈ ਜਿਹੜੇ ਜਾਗਰੂਕ ਲੋਕ ਸੀ ਉਹਨਾਂ ਨੇ ਲਾਇਆ ਕਿ ਸਾਡਾ ਫੰਡਾਮੈਂਟਲ ਰਾਈਟ ਆ ਰਾਈਟ ਟੂ ਲਿਵ ਜੀ, ਜਿਉਣ ਦਾ ਹੱਕ, ਉਹਨੂੰ ਜਿਹੜਾ ਹੈਗਾ ਫੰਡਾਮੈਂਟਲ ਰਾਈਟ ਨੂੰ ਸੁਰੱਖਿਅਤ ਕਰਨ ਵਾਸਤੇ 1976 ਦਾ ਐਕਟ ਬਣਿਆ। ਠੀਕ ਹੈ ਜੀ। 1981 ਦਾ ਐਕਟ, 86 ਦਾ ਐਕਟ, ਜਿਹੜੇ ਕਿ ਇਹਨਾਂ ਨੂੰ ਇਨਵਾਇਰਮੈਂਟ ਨੂੰ ਕਿੱਦਾਂ, ਜੇ ਲੋਕ ਨਹੀਂ ਹਟਦੇ ਤਾਂ ਉਹਨਾਂ 'ਤੇ ਕੀ ਕਾਰਵਾਈ ਹੋਵੇ ਜੀ। ਉਹ ਐਕਟ ਤਾਂ ਬਣ ਗਿਆ ਪਰ ਉਹ ਲਾਗੂ ਨਹੀਂ ਹੋਏ। ਸੋ ਉਹ ਜਿਹੜੇ ਹੈਗੇ ਆ ਇਸ ਵੇਲੇ ਜਿਹੜੇ ਹੈਗੇ ਆ, ਫਿਰ ਕੋਰਟ ਨੇ ਇਹਨਾਂ ਨੂੰ 1996 ਤੋਂ ਲੈ ਕੇ ਸੁਪਰੀਮ ਕੋਰਟ 'ਚ ਪਿਆ ਰਿਹਾ ਕੇਸ, ਲਾਗੂ ਕਿਹਨੇ ਕਰਨਾ, ਪੁਰਾਣਾ ਹੀ ਮਸਲਾ ਚੱਲਿਆ। ਫਿਰ 2014 ਦੇ ਵਿੱਚ ਸੁਪਰੀਮ ਕੋਰਟ ਨੇ ਉਹਨੂੰ ਕੇਸ ਦੇ ਦਿੱਤਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਜੀ, 11 ਸ਼ਾਇਦ ਬਣਿਆ ਤਾਂ ਉਹਨਾਂ ਨੇ 14 'ਚੋਂ ਕੇਸ ਦੇ ਦਿੱਤਾ ਵੀ ਤੁਸੀਂ ਇਹਨੂੰ ਦੇਖੋ ਲਾਗੂ ਕਰਾਓ। ਉਦੋਂ ਤੋਂ ਲੈ ਕੇ ਉਹਨਾਂ 4 ਸਾਲ ਪਹਿਲਾਂ ਇਹਨੂੰ ਆਪਣੇ ਨੂੰ ਕੋਰਟ ਨੇ ਵਾਚਿਆ, ਪਰ ਪਾਣੀ ਜੋ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਫਾਈਲਾਂ 'ਚ ਦਿਖਾਇਆ ਜੀ ਵੀ ਅਸੀਂ ਆਹ ਕਰ ਲਿਆ ਉਹ ਕਰ ਲਿਆ, ਤੇ ਪਾਣੀ 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 ਗੰਦਾ ਉਦੋਂ, ਜਿਹੜੇ ਜਿਹੜੇ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਲੈਂਦਾ, ਗੱਲਾਂ ਹੋਰ ਸੀ, ਅਸਲੀਅਤ ਹੋਰ ਸੀ ਜੀ। ਫਿਰ ਉਸ ਵੇਲੇ ਜਦੋਂ ਕਿਸੇ ਨੇ ਦੱਸਿਆ ਸਾਨੂੰ ਕਿ ਬਾਬਾ ਜੀ ਉੱਥੇ ਇੱਦਾਂ ਕਾਲੀ ਬੇਈ ਤੇ ਚਿੱਟੀ ਕੰਮ ਕਰ ਰਿਹਾ, ਫਿਰ ਉਹਨਾਂ ਨੇ ਸਾਨੂੰ ਨਿਗਰਾਨ ਕਮੇਟੀ ਬਣਾਈ, ਉਹਦਾ ਮੈਂਬਰ ਬਣਾ ਲਿਆ। ਠੀਕ ਹੈ ਜੀ। ਉਹ ਜਿਹੜੀ ਪਹਿਲੀ ਮੀਟਿੰਗ ਜਿਹੜੀ ਹੋਈ ਉਹਦੇ ਵਿੱਚ ਅਸੀਂ ਇਹਨਾਂ ਨੂੰ 50 ਕਰੋੜ ਰੁਪਇਆ ਸਰਕਾਰ ਨੂੰ ਜੁਰਮਾਨਾ ਹੋਇਆ, 50 ਕਰੋੜ ਉਸ ਵੇਲੇ, ਤੇ ਉਦੋਂ ਮਗਰੋਂ ਫਿਰ ਸਰਕਾਰ ਨੂੰ ਟਾਈਮ 19 ਤੋਂ ਲੈ ਕੇ 21 ਤੱਕ ਕੋਰਟ ਨੇ ਇੱਕ ਬਣਾ ਕੇ ਪਲੈਨਿੰਗ ਪੂਰੇ ਇੰਡੀਆ ਦੀ ਜੀ ਇੱਕ ਦਿੱਤਾ ਕਿ ਤੁਸੀਂ 2 ਸਾਲ ਤੁਹਾਨੂੰ ਦਿੱਤੇ ਜੀ, ਹੈ ਤਾਂ ਜ਼ੁਲਮ ਆ, ਤੁਸੀਂ ਗੰਦੇ ਪਾਣੀ ਨਹੀਂ ਪਾ ਸਕਦੇ ਜੀ, ਪਰ 2 ਸਾਲ ਤੁਹਾਨੂੰ ਫਿਰ ਵੀ ਦਿੱਤੇ, ਤੁਸੀਂ ਇਹਦਾ ਪ੍ਰਬੰਧ ਕਰੋ। ਪ੍ਰਬੰਧ ਵੀ ਇੱਦਾਂ ਕਰਨਾ ਕਿ ਤੁਸੀਂ ਅੱਜ ਤੋਂ ਸ਼ੁਰੂ ਕਰਕੇ ਅੱਜ ਅਸੀਂ ਆਹ ਕਰ ਲਿਆ ਅੱਜ ਆਹ ਕਰ ਲਿਆ ਇੰਨੇ ਚਿਰ 'ਚ ਸਾਡਾ ਮੁਕੰਮਲ ਹੋਵੇ, ਇਹਨੇ ਵੀ ਤੁਸੀਂ 2 ਸਾਲ ਮਗਰੋਂ ਦੱਸੋ ਜੀ, ਅਤੇ ਜੇ ਤੁਸੀਂ ਇਹ ਨਹੀਂ ਕਰਦੇ ਤਾਂ ਤੁਹਾਨੂੰ ਇਨਵਾਇਰਮੈਂਟ ਕੰਪਨਸੇਸ਼ਨ ਪਊਗਾ। ਜਿਹੜੀ ਲਗੇਸੀ ਵੇਸਟ ਦੇ ਢੇਰ ਸੀਗੇ ਜੀ ਵੀ ਤੁਸੀਂ ਇਹਨਾਂ ਨੂੰ ਸਮੇਟੋ, ਜੇ ਲਾਅ ਬਾਹਰ ਵਾਲਾ ਹੈ ਜੋ ਕੈਨੇਡਾ ਅਮੈਰੀਕਾ ਜਿੱਥੇ ਵੀ ਸਾਰੇ ਆ, ਲਾਅ ਸੇਮ ਆ, ਲਾਗੂ ਨਹੀਂ, ਹਾਂ ਲਾਗੂ ਨਹੀਂ ਇੱਥੇ ਹੁੰਦਾ ਜੀ, ਤਾਂ ਕੋਰਟ ਨੇ ਕਿਹਾ ਇਹਨੂੰ ਲਾਗੂ ਕਰੋ, ਘਰ ਦੀ ਜਿਹੜੀ ਹੈਗੀ ਹੈ ਵੇਸਟੇਜ ਇਹਨੂੰ 2-3 ਖਾਨਿਆਂ 'ਚ ਪਾਓ ਜੀ, ਗਿੱਲਾ ਵੱਖਰਾ ਕਰੋ, ਸੁੱਕਾ ਵੱਖਰਾ ਕਰੋ, ਸਾਰਾ ਕੁਛ ਜੀ। ਫਿਰ ਉਹਨਾਂ ਨੇ ਜੋ ਮੰਗਿਆ ਸਰਕਾਰ ਕੋਲੋਂ ਸੈਂਟਰ ਜਾਂ ਸਵੱਛ ਭਾਰਤ ਦੇ ਵਿੱਚ, ਉਹਨਾਂ ਨੇ ਉਹ ਸਾਰੀ ਚੀਜ਼ ਪ੍ਰੋਵਾਈਡ ਕਰਵਾਈ, ਜਾਂ ਮਸ਼ੀਨਾਂ ਚਾਹੀਦੀਆਂ, ਜਾਂ ਲਗੇਸੀ ਵੇਸਟ ਸਾਂਭਣ ਵਾਸਤੇ ਉਹ ਸਾਰਨ ਵਾਸਤੇ ਸਾੜਨੇ ਜੇ ਚਾਹੀਦੇ ਆ ਜਾਂ ਕੁਛ ਵੀ ਆ, ਜਾਂ ਉਹਨਾਂ ਨੂੰ ਰੇਹੜੀਆਂ ਚਾਹੀਦੀਆਂ, ਜੋ ਮੰਗਿਆ ਉਹਨਾਂ ਨੂੰ ਦੇ ਦਿੱਤਾ ਜੀ, ਪਰ ਉਹਦੀ ਆਊਟਪੁੱਟ 0। ਸੋ ਇਸ ਵਾਸਤੇ ਹੁਣ ਉਸ ਵੇਲੇ 21 ਤੋਂ ਬਾਅਦ ਜੇ 1 ਸਾਲ ਤੋਂ ਪਾਣੀ ਪੈਂਦਾ ਉਹਨੂੰ 5 ਲੱਖ ਇਨਵਾਇਰਮੈਂਟ ਕੰਪਨਸੇਸ਼ਨ ਆ, 5 ਲੱਖ 5 ਲੱਖ ਜੀ। ਜੇ ਲੁਧਿਆਣੇ ਦਾ ਨਵਾਂ ਸਮਾਂ ਤੋਂ ਪਹਿਲੇ 45 ਲੱਖ ਹਰ ਮਹੀਨੇ ਪਈ ਜਾਣਾ, ਉਹ ਉਦੋਂ ਰੁਕੂਗਾ ਜਿਸ ਦਿਨ ਇਹ ਕਰਕੇ ਬੰਦ ਕਰਕੇ ਵੀ ਰਿਪੋਰਟ ਲਾਓ ਜੀ ਹੁਣ ਸਾਡਾ ਕਿਤੋਂ ਨਹੀਂ ਪੈਂਦਾ, ਉਦੋਂ ਬੰਦ ਹੋਊਗੀ। ਠੀਕ ਹੈ ਜੀ। ਜਿਹੜੀ ਲਗੇਸੀ ਵੇਸਟ ਆ, ਚਾਹੇ ਉਹ ਲੁਧਿਆਣੇ ਪਈ ਹੈ, ਚਾਹੇ ਉਹ ਜਲੰਧਰ ਪਈ ਹੈ, ਚਾਹੇ ਉਹ ਦਿੱਲੀ ਲੱਗੀ ਹੈ, ਚਾਹੇ ਉਹ ਕਿਤੇ ਵੀ ਆ, ਇਹ ਸਾਰੇ ਪੂਰੇ ਇੰਡੀਆ ਦੇ ਵਿੱਚ ਲਾਗੂ ਹੋ ਰਿਹਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਡਿਸਟ੍ਰਿਕਟ ਇਨਵਾਇਰਮੈਂਟ ਪਲਾਨ ਬਣੇ ਹੋਏ ਆ। ਸੋ ਉਹਨਾਂ ਨੇ ਕੱਲ੍ਹ ਵੀ ਸਾਨੂੰ ਜੱਜ ਸਾਹਿਬ ਮਿਲੇ ਸੀ, ਅਸੀਂ ਇਕੱਠੇ ਸੀਗੇ, ਪਰਸੋਂ ਵੀ ਇਕੱਠੇ ਸੀਗੇ, ਕੱਲ੍ਹ ਪੌਂਟਾ ਸਾਹਿਬ ਸੀ, ਪਰਸੋਂ ਅਸੀਂ ਹੈਦਰਾਬਾਦ ਸੀਗੇ, ਉੱਥੇ ਫਰੀਦਾਬਾਦ, ਬਿਲਕੁਲ ਠੀਕ ਹੈ, ਉੱਥੇ ਯੂਨੀਵਰਸਿਟੀ 'ਚ ਉਹਨਾਂ ਨੇ ਦੱਸਿਆ ਕਿ ਜਿਹੜਾ ਇਨਵਾਇਰਮੈਂਟ ਕੰਪਨਸੇਸ਼ਨ ਆ ਇਹ ਤਾਂ ਬਹੁਤ ਥੋੜ੍ਹਾ ਜੀ, ਕਿਉਂਕਿ ਜੋ ਨੁਕਸਾਨ ਰੀਅਲੀ ਹੋ ਰਿਹਾ ਉਹ ਤਾਂ ਖਰਬਾਂ ਦੇ ਵਿੱਚ ਵੀ ਨਹੀਂ। ਠੀਕ ਹੈ। ਪਰ ਇਹਦਾ ਮਕਸਦ ਇਹ ਹੈ ਕਿ ਇਹੀ ਪੈਸਾ ਜਿਹੜਾ ਕਹਿੰਦੇ ਨੇ ਸਾਡੇ ਕੋਲ ਹੈ ਨਹੀਂ, ਇਹਦੇ ਵਾਸਤੇ ਕੱਢਣਗੇ, ਇਹੀ ਪੈਸਾ ਇਹਨਾਂ
ਕੰਮਾਂ ਦੇ ਉੱਤੇ ਲੱਗ ਜੇ ਬਿਲਕੁਲ ਠੀਕ ਹੈ ਜੀ ਜਿਹੜਾ ਇਨਵਾਇਰਨਮੈਂਟ ਕੰਪਨਸੇਸ਼ਨ ਉਹ ਬੰਦ ਹੋ ਜਾਊਗਾ ਬਿਲਕੁਲ ਠੀਕ ਤੇ ਨਾਲ ਇਨਵਾਇਰਨਮੈਂਟ ਵੀ ਠੀਕ ਹੋ ਜਾਊਗਾ ਬਿਲਕੁਲ ਸੋ ਉਹਦੇ ਵਾਸਤੇ ਜਿਹੜੀ ਹੈਗੀ ਹੈ ਕਿਉਂਕਿ ਕੋਰਟ ਨੇ ਤਾਂ ਉਹਨੂੰ ਲਾ ਨੂੰ ਲਾਗੂ ਕਰਾਉਣਾ ਲਾਗੂ ਕਰਾਉਣਾ ਉਹਦੇ ਵਾਸਤੇ ਕਿਸ ਤਰ੍ਹਾਂ ਹੈਗਾ ਜੇ ਉਹਨਾਂ ਨੂੰ ਸਮਾਂ ਦਿੱਤਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਸੀਰੀਅਸ ਲਊ ਅਸੀਂ ਮਾਨ ਸਾਹਿਬ ਨੂੰ ਵੀ ਮਿਲੇ ਕਿ ਇੱਧਰ ਜਿਹੜਾ ਹੈਗਾ ਤੇ ਉਹ ਵੀ ਕਹਿੰਦੇ ਕਿ ਹੁਣ ਅਸੀਂ ਇਹਨੂੰ ਇਹਦੇ ਤੇ ਸੀਰੀਅਸ ਹੋ ਕੇ ਲੈ ਕੇ ਕਿਉਂਕਿ ਜੇ ਸੀਰੀਅਸ ਹੋਣਗੇ ਤੇ ਜਿਹੜੇ ਜੁਰਮਾਨੇ ਦੇ ਰੂਪ ਵਿੱਚ ਜਾਂ ਕਹਿ ਲਈਏ ਇਨਵਾਇਰਮੈਂਟ ਕੰਪਨਸੇਸ਼ਨ ਦੇ ਰੂਪ ਵਿੱਚ ਉਹ ਸਾਡੇ ਉੱਥੇ ਉਹਨੇ ਲੱਗ ਕੇ ਤੇ ਅਸੀਂ ਸਾਰਾ ਕੁਛ ਕਰ ਸਕਦੇ ਹਾਂ ਬਿਲਕੁਲ ਠੀਕ ਪਰ ਇਹਦੇ ਵਿੱਚ ਜਿਹੜੀ ਹੈਗੀ ਹੈ ਸਭ ਤੋਂ ਸਮੇਂ ਤੋਂ ਜਿਹੜੀਆਂ ਦੋ ਗੱਲਾਂ ਅਸੀਂ ਚੱਕਦੇ ਆਏ ਹਾਂ ਕਿ ਇੱਕ ਤਾਂ ਜਵਾਬਦੇਹੀ ਤੈਅ ਹੋਵੇ ਪੈਸੇ ਕਰੋੜਾਂ ਸਰਕਾਰਾਂ ਲਾਉਣ ਦੀ ਹੁਣ ਵੀ ਲੱਗ ਜਾਣਗੇ ਜੀ ਅਦਾਲਤ ਕਹਿੰਦੇ ਲੱਗ ਜਾਣਗੇ ਪਰ ਜਵਾਬਦੇਹੀ ਕਿਹਦੀ ਹੈ ਇਹ ਇੱਕ ਨੰਬਰ ਜ਼ਿੰਮੇਵਾਰ ਕੌਣ ਆ ਪੈਸਾ ਤਾਂ ਲੱਗ ਗਿਆ ਸਰਕਾਰ ਤਾਂ ਗਾਂ ਵੀ ਲੈ ਦੂਗੀ ਸੋ ਇੱਕ ਤਾਂ ਜਵਾਬਦੇਹੀ ਤੈਅ ਹੋਵੇ ਦੂਸਰਾ ਹੈ ਕਿ ਜਿਹੜਾ ਜਿੰਨੇ ਟ੍ਰੀਟਮੈਂਟ ਪਲਾਂਟ ਆ ਜਾਂ ਸ਼ਹਿਰਾਂ ਦਾ ਪਾਣੀ ਹੁਣ ਤੱਕ ਟ੍ਰੀਟ ਕਿਉਂ ਨਹੀਂ ਹੋ ਰਿਹਾ ਉਹਦਾ ਸਭ ਤੋਂ ਵੱਡਾ ਕਾਰਨ ਆ ਜਿਹੜਾ ਅਸੀਂ ਲਗਾਤਾਰ ਅੱਜ ਨਹੀਂ ਜਿਸ ਵੇਲੇ ਤੋਂ ਇਹ ਮਹਿਮ ਦੇ ਵਿੱਚ ਲੱਗੇ ਹਾਂ ਅਸੀਂ ਪ੍ਰਸ਼ਾਸਨ ਦੇ ਸਾਹਮਣੇ ਰੱਖਦੇ ਆਏ ਹਾਂ ਉਹ ਇਹ ਆ ਕਿ ਪਰ ਹੈੱਡ ਦੇ ਨਾਲ ਪਰ ਹੈੱਡ 135 ਲੀਟਰ ਦੇ ਹਿਸਾਬ ਨਾਲ ਟ੍ਰੀਟਮੈਂਟ ਪਲਾਂਟ ਲੱਗਣਾ ਜਿੰਨੇ ਲੋਕ 135 ਜੇ ਪਲੈਨ ਆ ਵੀ ਇੰਨੇ ਦਸਾਂ ਸਾਲਾਂ ਦੇ ਵਿੱਚ ਕਿੰਨੀ ਹੋ ਜੂਗੀ ਉਹਦੇ ਹਿਸਾਬ ਦੇ ਨਾਲ ਉਹ ਟ੍ਰੀਟਮੈਂਟ ਪਲਾਂਟ ਇੱਕ ਦਿਨ ਦਾ 135 ਲੀਟਰ ਠੀਕ ਹੈ ਜੀ ਅਤੇ ਉਹ ਜਿਹੜਾ ਹੈਗਾ ਉਹਦੇ ਹਿਸਾਬ ਦੇ ਨਾਲ ਟ੍ਰੀਟਮੈਂਟ ਪਲਾਂਟ ਲੱਗਾ ਜਾਂ 10 ਸਾਲਾਂ ਲਈ ਲਾਇਆ ਜਾਂ 15 ਸਾਲਾਂ ਲਈ ਲਾਇਆ ਜਾਂ ਕਿੰਨੀ ਕਪੈਸਿਟੀ ਹੈ ਜੀ ਅਤੇ ਇਸੇ ਤਰ੍ਹਾਂ ਹੀ ਤੁਸੀਂ ਕਾਲਾ ਸੰਘਿਆ ਡਰੇਨ 'ਤੇ ਟ੍ਰੀਟਮੈਂਟ ਪਲਾਂਟ ਲੱਗਾ 2008 'ਚ ਬੰਨ ਲਾਇਆ 2011 'ਚ ਬੰਨ ਲਾਇਆ ਟ੍ਰੀਟਮੈਂਟ ਪਲਾਂਟ ਲੱਗ ਗਿਆ ਲੋਕਾਂ ਦੇ ਪ੍ਰੈਸ਼ਰ ਦੇ ਨਾਲ ਮੈਂ ਇੱਕ ਮਿੰਟ ਬੰਨ ਲਾਏ ਤੋਂ ਭਾਵ ਕੀ ਜੀ ਪਾਣੀ ਨੂੰ ਰੋਕਿਆ ਤੁਸੀਂ ਰੋਕਿਆ ਹਾਂ ਸੰਗਤ ਨੇ ਰੋਕਿਆ ਵੀ ਜਾਣੀ ਵੀ ਆਹ ਪਾਣੀ ਗੰਦਾ ਪਾਣੀ ਅਸੀਂ ਨਹੀਂ ਆਉਣ ਦੇਵਾਂਗੇ ਰਾਜਸਥਾਨ ਤੱਕ ਲੋਕ ਆਏ ਜੀ ਉਹਦਾ ਕੀ ਹੋਇਆ ਕਿ 2 ਵਾਰੀ ਰੋਕਣ ਦੇ ਨਾਲ ਲੋਕ ਪ੍ਰਸ਼ਾਸਨ ਅਤੇ ਸਿਸਟਮ 'ਤੇ ਪ੍ਰਭਾਵ ਪਿਆ 14 'ਚ ਟ੍ਰੀਟਮੈਂਟ ਪਲਾਂਟ ਲੱਗ ਗਿਆ ਅਤੇ ਉਹ 24 ਤੱਕ ਸ਼ਾਇਦ 10 ਸਾਲ ਵਾਸਤੇ ਉਹ ਜਿਹੜਾ ਸੀਗਾ ਵੀ 10 ਸਾਲਾਂ ਦੀ ਇਹਦੀ ਕਪੈਸਿਟੀ ਹੈ 10 ਤੱਕ ਉਹ ਕੰਮ ਕਰੂਗਾ ਉਹ 14 'ਚ ਲੱਗਾ ਅਤੇ 16 'ਚ ਜਾ ਕੇ ਉਹ ਜਵਾਬ ਦੇ ਗਿਆ ਨਹੀਂ ਜਾਣੀ ਖਰਾਬ ਹੋ ਗਿਆ ਜਾਂ ਕਪੈਸਿਟੀ ਵੱਧ ਗਿਆ ਪਾਣੀ ਜਿਹੜਾ ਸੀਗਾ ਚਾਹੀਦਾ ਤੇ 24 'ਚ ਜਿਹੜਾ ਹੈਗਾ 50 ਐਮਐਲਡੀ ਚਾਹੀਦਾ ਸੀ ਜੀ 24 ਤੱਕ ਸਾਂਭਦਾ ਤੇ ਉਹ 16 ਜੀ ਕਾਰਨ ਕੀ ਹੈ 135 ਐਮਐਲਡੀ ਦੇ ਲੀਟਰ ਦੇ ਹਿਸਾਬ ਨਾਲ ਸਾਡੇ ਟ੍ਰੀਟਮੈਂਟ ਪਲਾਂਟ ਆ ਤੇ ਕੱਢ ਕਿੰਨਾ ਰਹੇ 300 ਲੀਟਰ ਜੀ ਇੱਕ ਤਾਂ ਤਿੱਗਣਾ ਪਾਣੀ ਕੱਢ ਰਹੇ ਹਾਂ ਤੇ ਸਾਡੇ ਕੋਲ ਉਹਨੂੰ ਟ੍ਰੀਟ ਕਰਨ ਦੀ ਸਮਰੱਥਾ ਨਹੀਂ ਸਿੱਧਾ ਜਾਈ ਜਾਂਦਾ ਅਸੀਂ ਬਹੁਤ ਵਾਰੀ ਕਹਿ ਚੁੱਕੇ ਹਾਂ ਵੀ ਜੀ ਇਸ ਤਰੀਕੇ ਦੇ ਨਾਲ ਜਿੰਨੇ ਮਰਜ਼ੀ ਲਾਈ ਜਾਓ ਫਾਇਦਾ ਹੀ ਕੋਈ ਨਹੀਂ ਪਾਣੀ ਤੈਨੂੰ ਗੁਣਾ ਵਾ ਤੇ ਉਹਨੇ ਵਧਣਾ ਹੀ ਵਧਣਾ ਇੱਕ ਤਾਂ ਪਾਣੀ ਮੁੱਕ ਰਹੇ ਹਾਂ ਜੀ ਪਾਣੀ ਸੁੱਕ ਰਹੇ ਹਾਂ ਦੂਸਰਾ ਸਾਡੇ ਕੋਲ ਟ੍ਰੀਟਮੈਂਟ ਪਲਾਂਟ ਨਹੀਂ ਜੀ ਤੀਸਰਾ ਪਾਣੀ ਨੂੰ ਅਸੀਂ ਬਰਬਾਦ ਕਰ ਰਹੇ ਹਾਂ ਉਸ ਧਰਤੀ ਤੋਂ ਜਲੰਧਰ ਤੋਂ ਜਿੱਥੇ ਜਾ ਕੇ ਤੀਸਰੇ ਪੱਤਣ ਤੋਂ ਪਾਣੀ ਪੀ ਰਹੇ ਹਾਂ ਜੀ ਲੁਧਿਆਣੇ ਤੋਂ ਜਿੱਥੇ ਤੀਸਰੇ ਪੱਤਣ ਤੋਂ ਪਾਣੀ ਪੀ ਰਹੇ ਹਾਂ ਪਰ ਹਜੇ ਤੱਕ ਬਾਬਿਆਂ ਦੀ ਗੱਲ ਦੋ ਗੱਲਾਂ ਹਜੇ ਸਮਝ ਨਹੀਂ ਆਈਆਂ ਜੀ ਅਸੀਂ ਕਰਦੇ ਹਾਂ ਤੇ ਇਹਨਾਂ ਦੇ ਆਉਣਾ ਪਊਗਾ ਪਾਣੀ ਨੂੰ ਰੋਕ ਲੈਣ ਜੀ ਜਲੰਧਰ ਦਾ 24 ਤੱਕ 50 ਐਮਐਲਡੀ ਤੇ ਚੱਲਣ ਰਿਹਾ 24 ਤੋਂ ਮਗਰੋਂ 15 ਐਮਐਲਡੀ ਉਹਦੇ ਮਗਰ ਹੋਰ ਲੱਗ ਰਿਹਾ ਜੀ ਤੇ ਉਹ ਆਪਣੇ ਆਪ ਜਿਹੜਾ ਵਧੂਗਾ ਉਹਨੂੰ ਸਾਂਭ ਲਊਗਾ ਜੀ ਪਰ ਜਦੋਂ ਅਸੀਂ ਕੱਢਾਂਗੇ ਦੁੱਗਣਾ ਪਾਣੀ ਭਾਵੇਂ ਜਿੰਨੇ ਮਰਜ਼ੀ ਹੋਰ ਲੱਗ ਜਾਵੇ ਉਦੋਂ ਮਗਰੋਂ ਅੱਧਾ ਪਾਣੀ ਤੋਂ ਉੱਤੇ ਵਧਣਾ ਹੀ ਵਧਣਾ ਤੇ ਉਹਨੂੰ ਕਿੰਨਾ ਸਾਂਭਾਂਗੇ ਇਹ ਜਿਹੜੀ ਚੀਜ਼ ਹੈ ਜਿੰਨਾ ਚਿਰ ਪ੍ਰਸ਼ਾਸਨ ਤੀਸਰਾ ਇਹ ਪਾਣੀ ਤੁਸੀਂ ਕਹੋਗੇ ਵੀ ਪਾਣੀ ਬਾਬਾ ਜੀ 300 ਲੀਟਰ ਛੱਡਦੇ ਕਿਉਂ ਉਹਦਾ ਵੀ ਕਾਰਨ ਆ ਜੀ ਉਹਦਾ ਇਹ ਕਾਰਨ ਆ ਕਿ ਜੋ ਅਸੀਂ ਸਟੱਡੀ ਕੀਤਾ ਕਿ ਜਿਹੜਾ ਸਾਰਾ ਪਹਿਲਾਂ ਟੈਂਕੀਆਂ ਤੋਂ ਪਾਣੀ ਆਉਂਦਾ ਸੀ ਜੀ ਤੇ ਜਿਹਨੇ ਜਿਹਨੂੰ ਲੋੜ ਸੀ ਖੋਲ੍ਹ ਲੈਂਦਾ ਸੀ ਤੇ ਨਹੀਂ ਹੁਣ ਪਾਣੀ ਜਿਹੜਾ ਹੈਗਾ ਟੈਂਕੀਆਂ ਨੇਗੀਆਂ ਸਮਰਸੀਬਲ ਮੋਟਰ ਸਿੱਧਾ ਪੈਪ ਟੂ ਪੈਪ ਪਈ ਜਾਂਦਾ ਤੇ ਨਾਲ ਦੀ ਨਾਲ ਅਸੀਂ ਹੋਰ ਜੋੜੀ ਜਾਂਦੇ ਉਹਦੇ ਨਾਲ ਜੁਆਇੰਟ ਕਰ ਦਿੰਦੇ ਹੋਰ ਪਾਣੀ ਦੀ ਲੋੜ ਆ ਜੀ ਇੱਕ ਜਿਹੜਾ ਹੈਗਾ ਵਾ ਮਹੱਲਾ ਜਿਹੜਾ ਉਹ 15 ਫੁੱਟ ਡੂੰਘਾਈ ਤੇ ਆ ਜੀ ਇੱਕ 20 ਫੁੱਟ ਉਚਾਈ ਤੇ ਆ ਹੁਣ ਜਿਹੜਾ ਥੱਲੇ 15 ਫੁੱਟ ਆ ਉਹਨੂੰ ਪਾਣੀ ਦੇ ਕੇ ਉੱਪਰ ਜਾਊਗਾ ਜੀ ਜਦੋਂ ਉੱਪਰ ਉੱਥੇ ਪਹੁੰਚਣ ਲੱਗਣਾ ਉਦੋਂ ਪਹਿਲਾਂ ਪਾਣੀ ਜਿਹੜੀ ਹੈਗੀ ਆ ਟਾਈਮ ਹੋ ਜਾਣਾ ਸਾਹ ਲੈ ਜਾਣਾ ਹਾਂ ਜਿਹੜੇ ਉੱਪਰਲੇ ਉਹਨਾਂ ਨੇ ਫੇਰ ਵਾਲਾ ਪਾਉਣਾ ਜੀ ਤੇ ਫਿਰ ਇਹਨਾਂ ਨੇ ਕੀ ਕਰਨਾ ਇੱਕ ਮੋਟਰ ਉਹਦੇ ਨਾਲ ਹੋਰ ਜੋੜ ਦੇਣੀ ਪਾਣੀ ਜਿਹੜੀ ਹੈਗੀ ਆ ਉਹ ਪਾਣੀ ਨੂੰ ਮੋਰੋ ਰੋਕ ਨਹੀਂ ਸਕਦੇ ਜੀ ਜੇ ਉਹਦੇ ਮੋਰੇ ਕਹੋ ਪਾਣੀ ਟੂਟੀਆਂ ਲਾਉਣ ਤੋਂ ਨਹੀਂਗੀਆਂ ਕਿਉਂਕਿ ਜਦੋਂ ਆਪਾਂ ਸਾਰੀਆਂ ਬੰਦ ਕਰ ਦੇਵਾਂਗੇ ਲੋਕਾਂ ਨੂੰ ਪਾਣੀ ਨਹੀਂ ਚਾਹੀਦਾ ਪੈਪ ਪੜੂਗਾ ਜੀ ਉਹਦੇ ਵਾਸਤੇ ਟੈਂਕੀ ਚਾਹੀਦੀ ਹੈ ਜਿਸ ਤਰ੍ਹਾਂ ਸੀਚੇਵਾਲ ਦੇ ਵਿੱਚ 24 ਘੰਟੇ 12 ਮਹੀਨੇ ਪਾਣੀ
ਅਭੀ ਲੋੜ ਮੁਤਾਬਕ ਖੋਲੋ ਖੋਲੋ ਇਹ ਨਹੀਂ ਕਿ ਉਹ 2 ਘੰਟੇ ਦੇ ਵਿੱਚ ਆਲਾ ਆਲਾ ਹੋ ਜਾਵੇ ਉਹਦੇ ਵਾਸਤੇ ਜਦੋਂ ਜਿੱਥੇ ਜਿਹਨੂੰ 2 ਘੰਟੇ ਨਹੀਂ ਮਿਲੇ ਉਹਨੇ ਤਾਂ ਰੌਲਾ ਪਾਉਣਾ ਹੀ ਪਾਉਣਾ ਅਤੇ ਜਦੋਂ ਉਹਨੂੰ 2 ਘੰਟੇ ਉੱਪਰਲੇ ਨੂੰ ਪਜਾਉਣਾ ਤਾਂ ਥੱਲੇ ਦੇ 8 ਘੰਟੇ ਹੋ ਜਾਂਦੇ 60 ਘੰਟੇ ਹੋ ਜਾਂਦੇ ਆ ਤਾਂ ਪਾਣੀ ਆਪਣੇ ਆਪ ਵੇਸਟ ਜਾਊਗਾ ਟੈਕਨੀਕਲੀ ਆ ਨੁਕਸ ਜਿਹਨਾਂ ਦੇ ਉੱਤੇ ਅਸੀਂ ਸਾਡੀਆਂ ਬਹੁਤ ਰਿਕਾਰਡਾਂ ਪ੍ਰਸ਼ਾਸਨ ਦੇ ਨਾਲ ਪ੍ਰਸ਼ਾਸਨ ਨੂੰ ਕਦੀ ਲਿਖਤੀ ਵੀ ਦੱਸਣ ਦੀ ਕੋਸ਼ਿਸ਼ ਸਾਰਾ ਕੁਝ ਬਹੁਤ ਕੁਛ ਤੁਹਾਨੂੰ ਦਿਖਾ ਦਾਂਗੇ ਲਿਖਤੀ ਵੀ ਰਿਕਾਰਡ ਵੀ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਵੀ ਇਹ ਦੋਵਾਂ ਦੇ ਉੱਤੇ ਤੁਸੀਂ ਜਿੰਨਾ ਚਿਰ ਨਹੀਂ ਕਰਦੇ ਜੀ ਆਊਟਪੁੱਟ ਨਹੀਂ ਆਊਗੀ ਨਹੀਂ ਆਊਗੀ ਹਾਂ ਉਹਦੇ ਵਾਸਤੇ ਕਿੰਨੇ ਕੁ ਜਿਹੜੀ ਹੈਗੀ ਹੈ ਜੀ ਹੁਣ ਉਹਦੇ ਵਿੱਚ ਜੇ ਨਹੀਂ ਅਸੀਂ ਕਰਦੇ ਇੱਕ ਥਾਂ ਤੋਂ 5 ਲੱਖ ਜੀ ਅਤੇ ਫਿਰ ਸਰਕਾਰ ਦੇਈ ਜਾਵੇ ਇਨਵਾਇਰਮੈਂਟ ਕੰਪਨਸੇਸ਼ਨ ਤਾਂ ਪਈ ਜਾਊਗਾ ਸੋ ਸਾਨੂੰ ਲੱਗਦਾ ਕਿ ਜਿਸ ਤਰ੍ਹਾਂ ਦਾ ਸਟੈਪ ਜਿਹੜੀ ਹੈਗੀ ਹੈ ਤਾਂ ਸਾਡੇ ਜੀਵਨ ਦਾ ਹੱਕ ਫੰਡਾਮੈਂਟਲ ਰਾਈਟ ਉਸੇ ਦੇ ਵਿੱਚ ਤੁਸੀਂ ਸਾਹ ਲੈਣੇ ਉਸੇ ਦੇ ਬਾਹਰੋਂ ਆ ਗਿਆ ਉਹਨੇ ਵੀ ਉਹਦੇ ਵਿੱਚ ਸਾਹ ਲੈਣਾ ਪਸ਼ੂਆਂ ਦਾ ਵੀ ਅਧਿਕਾਰ ਪੰਛੀਆਂ ਦਾ ਇੱਥੇ ਗੱਲ ਘੁੱਟਿਆ ਹੋਇਆ ਇਨਵਾਇਰਮੈਂਟ ਦੀ ਗੱਲ ਹੀ ਨਹੀਂ ਕਰਦੇ ਜੀ ਬਾਬਾ ਜੀ ਇੱਕ ਮੈਨੂੰ ਜ਼ਰੂਰ ਦੱਸਿਓ ਕਿ ਜਿਹੜਾ ਇਹ ਸਾਰਾ ਸਿਸਟਮ ਹੈ ਜਾਣੀ ਤੁਹਾਨੂੰ ਸਮਝ ਆ ਗਿਆ ਤੁਸੀਂ ਸਟੱਡੀ ਕਰ ਲਈ ਤੁਸੀਂ ਅੱਗੇ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਦੱਸ ਦਿੱਤਾ ਜੀ ਕਾਰਨ ਕੀ ਲੱਗਦਾ ਉਹਨਾਂ ਦੇ ਬੱਚੇ ਵੀ ਇੱਥੇ ਹੀ ਆ ਉਹਨਾਂ ਦੇ ਬਜ਼ੁਰਗ ਵੀ ਇੱਥੇ ਆਪ ਵੀ ਉਹਨਾਂ ਨੇ ਇੱਥੇ ਹੀ ਸਾਹ ਲੈਣਾ ਉਹੀ ਪਾਣੀ ਦੀਆਂ ਜਿਹੜੀਆਂ ਦਿੱਕਤਾਂ ਸਾਨੂੰ ਸਾਰਿਆਂ ਨੂੰ ਉਹੀ ਉਹਨਾਂ ਨੂੰ ਹੈ ਅੱਖਾਂ ਮੀਚ ਕੇ ਕਿਉਂ ਬੈਠੇ ਲੱਗਦੇ ਮਾਨਸਿਕਤਾ ਕੀ ਲੱਗਦੀ ਹੈ ਕਿਉਂਕਿ ਅਸਲ ਵਿੱਚ ਜਿਹੜੀ ਹੁਣ ਤੱਕ ਅਸੀਂ ਸਾਰਿਆਂ ਦਾ ਪੜ੍ਹਿਆ ਜੀ ਅਸੀਂ ਲੰਬੇ ਸਮੇਂ ਤੋਂ ਆਵਾਜ਼ ਵੀ ਉਠਾਉਂਦੇ ਹਾਂ ਇਲੈਕਸ਼ਨਾਂ ਦੇ ਵਿੱਚ ਵੀ ਅਸੀਂ ਮੁੱਦਾ ਉਠਾਇਆ ਸੀ ਕਿ ਇਨਵਾਇਰਮੈਂਟ ਹਜੇ ਵੋਟ ਮੁੱਦਾ ਨਹੀਂ ਬਣੇ ਜੀ ਆ ਤੁਸੀਂ ਸੈਮੀਨਾਰ ਵੀ ਕੀਤੇ ਬਹੁਤ ਕੁਛ ਕੀਤਾ ਨਹੀਂ ਉਹਦੇ ਵਿੱਚ ਇਹ ਬਣਿਆ ਨਹੀਂ ਬਹੁਤ ਲੋਕਾਂ ਨੇ ਇਸ ਗੱਲ ਨੂੰ ਐਪਰੀਸ਼ੀਏਟ ਕੀਤਾ ਜੀ ਕਿਉਂਕਿ ਹੁਣ ਤੱਕ ਅਸੀਂ ਇਹੀ ਕਹੀ ਜਾਂਦੇ ਸੀ ਜੇ ਸਰਕਾਰਾਂ ਉਹ ਬਣਦੀਆਂ ਜੇ ਪੈਸੇ ਲੈ ਕੇ ਬਣ ਜਾਂਦੇ ਜਾਂ ਸ਼ਰਾਬ ਪੀ ਕੇ ਅਸੀਂ ਉਹਦਾ ਅਨਾਲਿਸਿਸ ਕੀਤਾ ਕਈ ਵਾਰ ਆਪਾਂ ਛੋਟੀ ਛੜਾਈ ਗੱਲ ਨੂੰ ਗਾਂਹ ਤੁਰੇ ਜਾਂਦੇ ਅਸੀਂ ਕਿਹਾ 50% ਸਾਡੀਆਂ ਬੀਬੀਆਂ ਜੀ ਅਤੇ ਫਿਰ ਜਿੰਨੇ ਸਾਡੇ ਪੁਲਿਸ ਅਫਸਰ ਆ ਸਾਡੇ ਫੋਰਸਾਂ ਦੇ ਅਫਸਰ ਆ ਟੀਚਰ ਆ ਪ੍ਰੋਫੈਸਰ ਆ ਇਹਨਾਂ ਤੋਂ ਕਿਹੜਾ ਵਾ ਵੀ ਸ਼ਰਾਬ ਪੀ ਕੇ ਤਾਂ ਵੋਟਾਂ ਪਾਉਂਦਾ ਜਾਂ ਜਿਹੜਾ ਪੈਸੇ ਲੈ ਕੇ ਹਾਂ ਉਹ ਥੋੜ੍ਹੀ ਗਿਣਤੀ ਆ 25% 10% 25 ਨਹੀਂ ਅਸੀਂ ਕਹਿੰਦੇ 10 ਹੋ ਸਕਦੇ ਹਰ ਪਿੰਡ 'ਚ ਹੁੰਦੇ ਹਰ ਗੀਤ ਤੋਂ ਜਿਹੜੇ ਉਹ ਕਿਹੜੇ ਮਜਬੂਰ ਆ ਜਿਹਨਾਂ ਨੂੰ ਕਹਿੰਦੇ ਸਾਨੂੰ ਤਾਂ ਅੱਜ ਹੀ ਸਾਡੀ ਸੁਣਨੀ ਆ ਮਗਰੋਂ ਕਿਹਨੇ ਸੁਣਨਾ 5 ਸਾਲ ਬਾਅਦ ਬਾਤ ਨਹੀਂ ਪੁੱਛਣੀ ਕੁਛ ਪੁੱਛਣੀ ਉਹ ਤਾਂ ਉਹਨਾਂ ਨੂੰ ਕਹਿੰਦਾ ਹੁੰਦਾ ਸਾਡੀ ਕਿਹੜਾ ਕੋਈ ਹੈਗੀ ਉਹ ਆਪਦਾ ਵੱਟ ਲੈਂਦੇ ਆ ਜੀ ਪਰ ਪ੍ਰੋਬਲਮ ਇਹ ਸਾਰੇ ਸਿਸਟਮ ਦੀ ਹੈ ਕਿ ਜਿਹੜੇ 75% ਜਾਗਰੂਕ ਆ ਉਹ ਆਪਣੀ ਭੂਮਿਕਾ ਨਹੀਂ ਨਿਭਾਉਂਦੇ ਚੁੱਪ ਨੇ ਜ਼ਿਆਦਾ ਤਾਂ ਜਿਹੜੇ ਪੜ੍ਹੇ ਲਿਖੇ ਵੋਟ ਨਹੀਂ ਪਾਉਂਦੇ ਜੀ ਅਤੇ ਜਿਹੜੇ ਹੈਗੇ ਆ ਉਹ ਵੋਟ ਤਾਂ ਪਾਉਂਦੇ ਆ ਪਰ ਉਹ ਮੋਹਰੇ ਹੋ ਕੇ ਆਵਾਜ਼ ਨਹੀਂ ਉਠਾਉਂਦੇ ਜਦੋਂ ਕਿ ਉਹਦਾ ਫਾਕਾ ਜਿਉਣ ਦਾ ਹੱਕ ਉਹਨੂੰ ਨਹੀਂ ਦਿੱਤਾ ਬਿਲਕੁਲ ਠੀਕ ਚਾਹੇ ਅਫਸਰ ਆ ਚਾਹੇ ਉਹ ਜਿਹੜਾ ਹੈਗਾ ਕੋਈ ਪੋਲੀਟੀਸ਼ੀਅਨ ਆ ਚਾਹੇ ਉਹ ਧਾਰਮਿਕ ਲੀਡਰ ਆ ਜੀ ਸੋ ਹਰ ਇੱਕ ਨੂੰ ਪੁੱਛਣਾ ਚਾਹੀਦਾ ਵੀ ਵੋਟ ਅਸੀਂ ਤੁਹਾਨੂੰ ਤਾਂ ਪਾਵਾਂਗੇ ਜੇ ਸਾਨੂੰ ਜਿਹੜਾ ਹੈਗਾ ਇਨਸਾਫ ਇਨਵਾਇਰਮੈਂਟ ਦਿਓ ਇਹਦੇ ਵਿੱਚ ਕਿਹੜੀ ਦੋ ਗੱਲਾਂ ਪਰ ਅਸੀਂ ਇਸ ਨੂੰ ਬਣਾਉਂਦੇ ਹੀ ਨਹੀਂ ਜੀ ਨਾ ਪੱਤਰਕਾਰ ਬਣਾਉਂਦੇ ਆ ਉਹ ਵੀ ਕਹਿੰਦੇ ਆ ਵੀ ਉਹਨੇ ਕੀ ਕਹਿਤਾ ਉਹਨੇ ਕੀ ਕਹਿਤਾ ਅਸੀਂ ਸਾਰੇ ਵੇਸਲੇ ਹਨ ਉਹਦੇ ਵਿੱਚ ਸਾਰੇ ਸਾਰੇ ਨੇ ਸਾਰੇ ਜੇ ਹਨ ਹਰ ਬੰਦਾ ਤੁਹਾਡੇ ਆਗੂ ਲੈ ਕੇ ਸਾਲੇ ਵੀ ਦੱਸੋ ਇਨਵਾਇਰਮੈਂਟ ਦਾ ਮੁੱਦਾ ਮੈਂ ਤਾਂ ਤੁਹਾਨੂੰ ਤਾਂ ਪਾਊਂਗਾ ਜੀ ਫਿਰ ਇੱਕ ਮੁੱਦਾ ਬਣ ਜੂਗਾ ਮੁੱਦਾ ਬਣ ਜੂਗਾ ਤੇ ਲੋਕ ਸੋਚਣਗੇ ਲੈ ਵੀ ਲੋਕ ਵੋਟਾਂ ਐਸ ਤੇ ਪਾਉਣਗੇ ਲੋਕ ਜਿਉਣਾ ਚਾਹੁੰਦੇ ਆ ਸਾਨੂੰ ਜਿਹੜਾ ਕਿਹੜਾ ਵਿਗਿਆਨ ਕਹਿ ਰਿਹਾ ਵੀ ਇਸ ਸ਼ਹਿਰ ਵਿੱਚ ਰਹਿਣ ਨਾਲ 5 ਸਾਲ ਤੁਹਾਡੀ ਉਮਰ ਘੱਟ ਜਾਣੀ ਹੈ ਕੋਈ ਇਹਨੂੰ ਜਰਨ ਨੂੰ ਤਿਆਰ ਹੈ ਇਹ ਮੁੱਦਾ ਕੋਮਨ ਆ ਸਾਰਿਆਂ ਦਾ ਪਰ ਕਿਸੇ ਨੇ ਹੁਣ ਤੱਕ ਪੋਲੀਟੀਸ਼ੀਅਨਾਂ ਨੇ ਹਰ ਚੀਜ਼ ਨੇ ਇਹਦੇ ਹੱਲ ਧਿਆਨ ਹੀ ਨਹੀਂ ਆਉਣ ਦਿੱਤਾ ਠੀਕ ਹੈ ਕੋਈ ਮੰਗੇ ਕੋਈ ਕਵੇ ਕੋਈ ਇਹਦੀ ਗੱਲ ਕਰੇ ਕਿਸੇ ਨੇ ਨਹੀਂ ਕੀਤੀ ਅਤੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜ਼ਰੂਰ ਮੁੱਦਾ ਦੁਨੀਆਂ ਦਾ ਬਣੂਗਾ ਵਿਸ਼ਵ ਦਾ ਬਣੂਗਾ ਕਿਉਂਕਿ ਵਿਸ਼ਵ ਦਾ ਤਾਂ ਪਹਿਲਾਂ ਹੀ ਬਣ ਚੁੱਕਾ ਜੀ ਪਰ ਅਸੀਂ ਉਹਦੇ ਨਾਲ ਨਹੀਂ ਸੀ ਹੁਣ ਇਹ ਜਿਹੜੀ ਗੱਲ ਹੈ ਜੇ ਇਸ ਧਰਤੀ 'ਤੇ ਹੋ ਰਹੀ ਹੈ ਇਹ ਸਾਰੀ ਦੁਨੀਆਂ ਦੇ ਵਿੱਚ ਦੁਨੀਆਂ 'ਤੇ ਹੋ ਰਹੀ ਹੈ ਅੱਛਾ ਬਾਬਾ ਜੀ ਇੱਕ ਚੀਜ਼ ਮੈਨੂੰ ਜ਼ਰੂਰ ਤੁਸੀਂ ਦੱਸਣ ਦੀ ਕੋਸ਼ਿਸ਼ ਕਰਿਓ ਆਪਾਂ ਨਾਲ ਨਾਲ ਤੁਰ ਕੇ ਕਿਉਂਕਿ ਆਲਾ ਦੁਆਲਾ ਵੀ ਸਾਰੀ ਦੁਨੀਆਂ ਦੇ ਪੰਜਾਬੀਆਂ ਨੂੰ ਨਜ਼ਰ ਆ ਜਾਵੇ ਅੱਜ ਜਿੱਥੇ ਆਪਾਂ ਖੜੇ ਹਾਂ ਜਦੋਂ ਪ੍ਰੋਜੈਕਟ ਸ਼ੁਰੂ ਕੀਤਾ ਸੀ ਕਿ ਭਾਈ ਪਵਿੱਤਰ ਕਾਲੀ ਬਾਈ ਨੂੰ ਆਪਾਂ ਸਾਫ਼ ਕਰਨਾ ਇੱਥੇ ਸਾਰਾ ਕੁਛ ਇੱਦਾਂ ਹੀ ਸੀ ਪਰਲੇ ਪਾਸੇ ਇੱਟਾਂ ਲੱਗੀਆਂ ਸੀ ਜਾਂ ਮਾਹੌਲ ਕੀ ਸੀ ਜੀ ਉਸ ਵੇਲੇ ਉਹਦਾ ਸਾਰਾ ਕੁਛ ਸਾਡੀ ਸਾਰੀ ਰਿਕਾਰਡਿੰਗ ਹੈਗੀ ਠੀਕ ਹੈ ਜੀ ਗੰਦਗੀ ਦੇ ਨਾਲ ਇੱਧਰ ਇੱਥੇ ਪੂਰਾ ਇੱਦਾਂ ਹੀ ਸੀ ਕੰਮ ਨਹੀਂ ਨਹੀਂ ਇੱਧਰ ਤਾਂ ਕੋਈ ਆਉਂਦਾ ਹੀ ਨਹੀਂ ਸੀ ਠੀਕ ਹੈ ਇੱਧਰ ਤਾਂ ਕੋਈ ਆਵਾਜਾਈ ਨਹੀਂ ਨਾ ਪੁਲ ਵਗੈਰਾ ਬਾਅਦ 'ਚ ਬਣਿਆ ਠੀਕ ਹੈ ਜੀ ਇਧਰਲੇ ਉੱਧਰਲੇ ਬੰਨੋ ਜਿਹੜੇ ਦਫ਼ਤਰੋਂ ਨਿਕਲਦੇ ਸੀ ਜੀ ਉਹ ਟੋਇਲਟ ਬਾਥਰੂਮ ਵਾਸਤੇ ਬਾਹਰ ਨੂੰ ਨਿਕਲਦੇ ਸੀ ਬੂਹਾ ਛੱਡਿਆ ਸੀ ਅੱਛਾ ਜੀ ਇੱਧਰ ਇਹਨਾਂ ਦਾ ਗੰਦਾ ਪਾਣੀ ਸੀਗਾ ਅਤੇ ਜੇ ਬਾਕੀ ਜਿਹੜਾ ਹੈਗਾ ਕੋਈ ਸਮਾਨ ਸਮੂਨ ਕੂੜਾ ਛੱਡਣ ਵਾਸਤੇ ਉੱਥੇ ਸਾਹਮਣੇ ਮਿਊਂਸੀਪਲ ਕਮੇਟੀ ਦਾ ਕੂੜਾ ਜਿੱਥੇ ਘਰ ਬਣਾਏ ਜਾਂਦੇ ਸੀ ਉਹਦੇ ਵਿੱਚ ਲਿਆਣ ਕੇ ਛੱਡਦੇ ਸੀ ਸਾਰਾ ਕੁਛ ਸਾਡੇ ਕੋਲ ਰੁਕਾਉਂਦਾ ਠੀਕ ਹੈ ਜੀ ਸੋ ਉਦੋਂ ਮਗਰੋਂ ਕੋਈ ਰਸਤਾ ਨਹੀਂ ਸੀ ਕੁਛ ਨਹੀਂ ਇੱਧਰ ਤਾਂ ਕੁਛ ਵੀ ਨਹੀਂ ਸੀ ਠੀਕ ਹੈ ਜੀ ਫਿਰ ਆ ਪੁਲ ਬਣਿਆ ਇੱਧਰਲੇ ਬੰਨੇ ਜਿਹੜਾ ਹੈਗਾ ਇੱਥੇ ਜਦੋਂ ਇੱਥੇ ਸ਼ੁਰੂ ਹੋਇਆ ਸੀ ਕਿਰਾਏ ਦੇ ਉੱਤੇ ਥਾਂ ਲੈ ਕੇ ਉਹਦੇ ਉੱਤੇ ਅਸੀਂ ਲੰਗਰ ਪਾਣੀ ਆ ਸਿਰ ਸੇਵਾ ਦਾ ਕੰਮ ਸ਼ੁਰੂ ਕੀਤਾ ਫਿਰ ਇਹ ਮਹਾਰਾਜ ਨੇ ਕਿਰਪਾ ਕਰਤੀ ਇੱਥੇ ਇਹ ਜਿਹੜਾ ਹੈਗਾ ਲੰਗਰ ਪਾਣੀ ਲੈ ਆਉਂਦਾ ਪੁਲ ਬਣ ਗਿਆ ਜਿਹੜੀ ਜੋ ਚੀਜ਼ ਦੇਖ ਰਹੇ ਹਾਂ
ਤਸਵੀਰਾਂ ਲੱਗੀਆਂ ਸੀ ਜੀ ਕਿ ਬੱਚੇ ਜਿਹੜੇ ਆ ਕੂੜੇ ਕਰਕਟ ਦੇ ਢੇਰ ਦੇ ਵਿੱਚੋਂ ਸਮਾਨ ਇਕੱਠਾ ਕਰਦੇ ਸੀ, ਉੱਥੇ ਸਕੂਲ ਖੋਲ ਦਿੱਤਾ, ਉਹ ਥਾਂ ਕਿੱਥੇ ਕਾ ਜੀ? ਨਹੀਂ ਉਹ ਤਾਂ ਆਪਣੇ ਹੈਗੇ ਝੁੱਗੀ ਝੋਪੜੀਆਂ, ਝੁੱਗੀ ਝੋਪੜੀਆਂ ਵਾਲੇ ਬੱਚੇ ਜਦੋਂ ਇੱਥੇ ਸ਼ੁਰੂ ਕੀਤਾ ਇਹਨਾਂ ਦੇ ਕੰਢੇ ਤੇ ਸੀ ਜੀ, ਤੇ ਸਾਡੀ ਸੋਚ ਸੀ ਵੀ ਇਹ ਗਰੀਬਾਂ ਦੇ ਬੱਚੇ ਆ ਜੀ, ਇਹਨਾਂ ਦੀ ਇਹਨਾਂ ਨੂੰ ਆਪਾਂ ਇਸੋ ਭਜਾ ਤਾ ਪਰੇ ਪੈ ਜਾਣਗੇ ਜੀ, ਇਹਨਾਂ ਲਈ ਕੁਛ ਕੀਤਾ ਜਾਵੇ। ਠੀਕ ਹੈ ਜੀ, ਅਸੀਂ ਉਹਨਾਂ ਵਾਸਤੇ ਸੀ ਇਹਨਾਂ ਨੂੰ ਸਾਰਿਆਂ ਨੂੰ ਸੱਦਿਆ ਜੀ, ਉਹ ਬੰਦੇ ਵੀ ਇੱਥੇ ਹੈਗੇ। ਠੀਕ ਹੈ, ਉਹ ਰਿਕਸ਼ਾ ਰੁਕਸ਼ਾ ਪਾਉਂਦੇ ਸੀ ਕੋਈ, ਅਸੀਂ ਕਿਹਾ ਕੋਈ ਤੁਹਾਡੇ ਚੋਂ ਪੜਿਆ ਹੈਗਾ ਜੀ, ਉਹਨਾਂ ਨੂੰ ਇਕੱਠੇ ਕੀਤੇ ਪਲੱਸ ਵਨ ਪਲੱਸ ਟੂ ਜਾਂ, ਤੇ ਫਿਰ ਇਹਨਾਂ ਨੂੰ ਅਸੀਂ ਵੇਈ ਦੇ ਕੰਢੇ ਅਸੀਂ ਕਿਹਾ ਵੀ ਇਹ ਦੋ ਕੰਮ ਅਸੀਂ ਤੁਹਾਡੇ ਲਈ ਚਾਹੁੰਦੇ, ਇੱਕ ਤਾਂ ਤੁਹਾਡੇ ਬੱਚੇ ਪੜ੍ਹਨ ਜੀ, ਤੇ ਦੂਸਰਾ ਕਿਉਂਕਿ ਇੱਥੇ ਝੁੱਗੀ 'ਚ ਸੜ ਗਏ ਸੀ ਬੱਚੇ ਅੱਗ ਲੱਗਣ ਨਾਲ, ਅੱਗ ਲੱਗਣਾ ਅੱਗ ਲੱਗਣ ਨਾਲ, ਤੋਂ ਅਸੀਂ ਇਲਾਜ ਵੀ ਕਰਾਇਆ ਪਰ ਮਗਰੋਂ ਪੱਕੀ ਕਰ ਸਕਦੇ, ਦੋ ਬੱਚੇ ਜੀ ਖਤਮ ਹੋ ਗਏ ਸੀ। ਠੀਕ ਹੈ, ਸੋ ਉਹ ਅਸੀਂ ਉਹਨਾਂ ਨਾਲ ਗੱਲ ਕੀਤੀ ਵੀ ਇੱਕ ਤਾਂ ਤੁਹਾਡੇ ਵਾਸਤੇ ਜਗ੍ਹਾ ਹੋਵੇ ਜਿਹਦੇ ਵਿੱਚ ਤੁਸੀਂ ਆਈਡੈਂਟੀਫਿਕੇਸ਼ਨ ਤੁਹਾਡੀ ਹੋਵੇ, ਭਾਵੇਂ ਛੋਟੇ ਜਿਹੇ ਹੋਵੇ, ਜਿੱਥੇ ਪਾਣੀ ਦਾ ਬਿਜਲੀ ਦਾ ਜੀ, ਅਤੇ ਨਾਲ ਜਿਹੜੀਆਂ ਲੈਟਰਨ ਬਾਥਰੂਮ ਦਾ ਹਰ ਦਾ ਪ੍ਰਬੰਧ ਹੋਵੇ, ਵੀ ਤੁਸੀਂ ਕਿਸੇ ਨੇ ਆਉਣਾ ਜਾਣਾ ਹੈਗਾ ਉੱਥੇ ਆਪਦਾ ਰਵੇ, ਚਾਬੀ ਲਵੇ ਜੀ, ਅਤੇ ਇੰਨਾ ਕੁ ਪ੍ਰਬੰਧ ਹੋਵੇ। ਪਰ ਉਹ ਪਤਾ ਨਹੀਂ ਆਪਾਂ ਕਦੋਂ ਕਰ ਪਾਈਏ ਜੀ, ਵਾਹਿਗੁਰੂ ਦੇ ਹੱਥ ਆ। ਪਰ ਤੁਹਾਡੇ ਬੱਚੇ ਪੜ੍ਹਨ ਲੱਗਣ, ਉਹ ਅਸੀਂ ਫਿਰ ਬੱਚਿਆਂ ਲਈ ਵੇਈ ਦੇ ਕੰਢੇ ਸ਼ੁਰੂ ਕੀਤਾ। ਠੀਕ ਹੈ ਜੀ, ਅਤੇ ਉਹਨਾਂ ਨੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ, ਚਾਰ ਪੰਜ ਟੀਚਰ ਅਸੀਂ ਰੱਖੇ। ਉਹ ਤੋਂ ਬਾਅਦ ਵਿੱਚ ਕਿ ਇਹਨਾਂ ਦੀ ਕੋਈ ਜਿਹੜੀ ਹੈਗੀ ਆ ਪੜ੍ਹਾਈ ਕਿਸੇ ਸੰਸਥਾ ਨਾਲ ਐਜੂਕੇਸ਼ਨ ਨਾਲ ਜੁੜੀ ਹੋਵੇ, ਫਿਰ ਅਸੀਂ ਇੱਥੇ ਛੋਟਾ ਸਕੂਲ ਸ਼ੁਰੂ ਕੀਤਾ ਜਿਹਦਾ ਉਦਘਾਟਨ ਵੀ APJ ਅਬਦੁਲ ਕਲਾਮ ਨੇ ਕੀਤਾ। ਸੋ ਇਹ ਡਾਕਟਰ ਸਾਹਿਬ ਉਦੋਂ ਰਾਸ਼ਟਰਪਤੀ ਸਨ ਜਦੋਂ ਆਏ? ਹਾਂ, 17 ਅਗਸਤ 2006 ਨੂੰ ਜੀ, ਇਹ ਉਹਨਾਂ ਦੇ ਹੱਥਾਂ ਦਾ ਲਾਇਆ ਹੋਇਆ ਬੂਟਾ। ਕਿਆ ਬਾਤ ਹੈ! ਅਚੀਵਮੈਂਟ ਆਫ ਇੰਡੀਆ, ਠੀਕ ਹੈ ਜੀ, ਭਾਰਤ ਦੀਆਂ 9 ਪ੍ਰਾਪਤੀਆਂ ਦੇ ਵਿੱਚ ਸ਼ੁਮਾਰ ਹੋ ਗਿਆ ਸੀ ਜੀ ਜੀ ਜੀ। ਤੇ ਉਹਨਾਂ ਨੇ ਤਾਂ ਜਾ ਕੇ ਪਤਾ ਨੀ 50 ਤੋਂ ਵੱਧ ਭਾਸ਼ਣਾਂ ਦੇ ਵਿੱਚ ਦੇਸ਼ ਵਿਦੇਸ਼ ਦੇ ਵਿੱਚ ਇਹਦੀ ਗੱਲ ਕੀਤਾ ਜੀ, ਇਹਨੂੰ ਜਿਹੜਾ ਬਹੁਤ ਮਿਸਰ ਦੇ ਵਿੱਚ ਵੀ ਜਾ ਕੇ ਵਿਸ਼ੇਸ਼ ਤੌਰ ਤੇ ਇਹਦਾ ਜ਼ਿਕਰ ਕੀਤਾ। ਅੱਛਾ, ਗੱਲ ਕੀਤੀ ਬਾਬਾ ਜੀ, ਮੈਂ ਜਦੋਂ ਨਾ ਤੁਹਾਡੀਆਂ ਗਤੀਵਿਧੀਆਂ ਚੈੱਕ ਕਰਦਾ ਹੁੰਦਾ ਜੀ, ਉਦੋਂ ਮੈਂ ਦੇਖਦਾ ਸੀ ਕਿ ਦੇਸ਼ ਦਾ ਕਿਹੜਾ ਹਿੱਸਾ ਜਿੱਥੇ ਤੁਹਾਡੇ ਪ੍ਰੋਜੈਕਟ ਦੀ ਗੱਲ ਨਹੀਂ ਚੱਲਦੀ। ਬਹੁਤ ਸਾਰੇ ਦੁਨੀਆ ਦੇ ਵੱਖ ਵੱਖ ਥਾਵਾਂ ਤੋਂ ਲੋਕ ਆਉਂਦੇ ਆ ਕਿ ਭਾਈ ਅਸੀਂ ਵੀ ਇਹ ਸਿਸਟਮ ਜਿਹੜਾ ਉਹ ਆਪਣੇ ਸੂਬੇ ਦੇ ਵਿੱਚ ਲੈ ਕੇ ਜਾਣਾ ਜੀ। ਉਹ ਜਦੋਂ ਆਉਂਦੇ ਆ ਤੇ ਆਣ ਕੇ ਸਾਰਾ ਪ੍ਰੋਜੈਕਟ ਦਿਖਾਲਦੇ ਹੋ, ਲਾਗੂ ਹੁੰਦਾ ਜੀ ਵੱਖ ਵੱਖ ਥਾਵਾਂ ਤੇ ਜਾ ਕੇ ਉਹ ਪ੍ਰੈਕਟੀਕਲੀ? ਨਾ, ਜੇ ਤਾਂ ਕੋਈ ਸਾਨੂੰ ਪੁੱਛੇ ਜੀ ਕੀ ਪ੍ਰੋਬਲਮ ਆ, ਅਸੀਂ ਉਹਨੂੰ ਦੱਸੀਏ ਜੀ। ਜਦੋਂ ਇੱਥੇ ਆ ਜਾਂ ਇੱਥੇ ਕੋਈ ਉਹ ਕਰੇ ਵੀ ਇਹਦੀ ਸਾਨੂੰ ਸਮਝ ਨਹੀਂ ਆਈ ਜੀ, ਬਾਕੀ ਉਹ ਕਿੰਨਾ ਕੁਝ ਮਗਰ ਪੈਰਵਾਈ ਕਰਦਾ ਕੋਈ ਵੀ ਚੀਜ਼ ਆ ਨਿਰਪਰੋਤੇ ਕਰਦਾ, ਉਹਦੇ ਤੇ ਕਰਦਾ ਕਿ ਉਹਨਾਂ ਨੂੰ ਜ਼ਰੂਰਤ ਕਿੰਨੀ ਕੁ ਜੀ, ਜਾਂ ਉਹਨਾਂ ਦਾ ਇੰਟਰਸਟ ਕਿੰਨਾ ਕੁ ਇਹਦੇ ਪ੍ਰਤੀ, ਇਨਵਾਇਰਮੈਂਟ ਪ੍ਰਤੀ। ਬਿਲਕੁਲ, ਉਹਦੇ ਉੱਤੇ ਜਿੱਥੇ ਸਾਨੂੰ ਜੋ ਸੱਦਦੇ ਆ, ਅਸੀਂ ਕੱਲ੍ਹ ਵੀ ਜਮਨਾ ਦੇ ਉੱਤੇ ਪ੍ਰੋਗਰਾਮ ਸੀ, ਉੱਥੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਚੇਅਰਮੈਨ ਵੀ ਆਏ ਸੀ, ਉੱਥੇ ਵੀ ਕੁਛ ਲੋਕ ਯਤਨ ਕਰ ਰਹੇ ਆ। ਇਸੇ ਤਰ੍ਹਾਂ ਹੀ ਵੱਖ ਵੱਖ ਥਾਵਾਂ ਦੇ ਉੱਤੇ ਕੁਛ ਕਰ ਰਹੇ ਆ, ਪਰ ਸਾਰਾ ਕੁਛ ਜਦੋਂ ਕੋਰਟ ਵੀ ਲੱਗੀ ਹੋਈ ਆ ਜੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਸ ਵੀ ਕਰਦੇ ਹਾਂ ਤੇ ਵਿਸ਼ਵਾਸ ਵੀ ਕਰਦੇ ਹਾਂ ਕਿ ਕੰਮ ਵਧੂਗਾ ਅੱਗੇ। ਨਹੀਂ, ਸਭ ਕੁਛ ਕਲੀਨ ਹੋਊਗਾ, ਇਹ ਤਾਂ ਅੱਜ ਨਹੀਂ ਅਸੀਂ ਕਹਿ ਰਹੇ, ਲੰਬੇ ਸਮੇਂ ਤੋਂ ਕਹਿ ਰਹੇ ਹਾਂ। ਬਿਲਕੁਲ, ਪਰ ਹੁਣ ਤਾਂ ਉਹ ਲੱਸਣ ਸਾਰਾ ਕੁਛ ਸਾਹਮਣੇ ਦੱਸ ਰਿਹਾ ਕਿ ਜਿਸ ਤਰ੍ਹਾਂ ਕੋਰਟ ਸਰਕਾਰਾਂ ਨੂੰ ਕਹਿ ਰਹੀ ਹੈ ਕਿ ਤੁਸੀਂ ਡਿਲੇ ਦੇ ਵਿੱਚ ਇਹ ਜਿਹੜਾ ਸਾਡੇ ਇਨਵਾਇਰਮੈਂਟ ਨਾਲ ਜੁੜਿਆ, ਹੁਣ ਕੋਈ ਡਿਲੇ ਨਹੀਂ। ਅੱਛਾ ਬਾਬਾ ਜੀ, ਮੈਂ ਇੱਕ ਬਹੁਤ ਪਾਵਨ ਪਵਿੱਤਰ ਧਰਤੀ 'ਤੇ ਆਪਾਂ ਖੜੇ ਹਾਂ ਇਸ ਵੇਲੇ, ਸਾਰੀ ਦੁਨੀਆ ਮੱਥਾ ਟੇਕਦੀ, ਨਤਮਸਤਕ ਹੁੰਦੀ ਗੁਰੂ ਨਾਨਕ ਜੀ ਦੀ ਬਾਣੀ ਜਿਹੜੀ ਹੈ। ਅਸੀਂ ਆਮ ਲੋਕ ਜਿਹੜੇ ਹਾਂ ਨਾ, ਅਸੀਂ ਸਬਜ਼ੀ ਲੈਣ ਚਾਹੀਦਾ ਰੇਹੜੀ 'ਤੇ, ਅਸੀਂ ਉਹਨੂੰ ਕਹੀਦਾ ਕਿ ਆਹ ਮਿਰਚਾਂ ਦੇ ਪਰ ਵੱਖਰੇ ਲਿਫਾਫੇ 'ਚ ਪਾ ਦੇ, 10 ਲਿਫਾਫੇ ਲੈ ਤੇ 40 ਦੀ ਸਬਜ਼ੀ ਹੁੰਦੀ ਆ, ਮੁੜ ਕੇ ਲਿਫਾਫਾ ਪਾੜ ਕੇ ਜਾ ਕੇ ਤਾਂ ਐਂ ਕਰੀਦਾ ਕਿੱਥੇ ਆ ਜੀ, ਚੋਜ ਸੁੱਟਿਓ ਨਹਿਰ ਦੇ ਕਿਨਾਰੇ 'ਤੇ ਸੁੱਟਿਓ, ਉਹ ਗੰਦਗੀ ਵੀ ਮੁਸ਼ਕਲ ਬਣਦੀ ਆ। ਹਾਂ, ਆਉਂਦੀ ਆ ਉਹ ਜਿੱਦਾਂ ਨਾ ਪੁਲਾਂ ਤੋਂ
जो लोग आ कई बार साढ़े धार्मिक लोग पंडित जी होनी जी वह भी यहोजी कुछ जड़िया है जी हिंदू धर्म के आके आ तार दो आ कर दौ जी या मूर्तियां तार दौ जी वो कुछ ना कुछ ए वैसे इस आम लोग समझ आ गया ये घट करते हैं घट कर पहला बहुत ज्यादा से ठीक है जी क्योंकि चेतनाधारी है पर हजे भी कई बार बहुत साढ़े पुराने कपड़े होंगे वो बोरिया च भर के छिट जाते हैं जी या फिर जो पुराने कोई ग्रंथ होंगे जी भर के छिट जाते हैं जहाँ जेड़े है व्याह शादी खराब हो गया वह समान छिट जाते हैं बहुत 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 महापुरुषों की फोटो लिया के मगरों के छिट जाते हैं जी तो उन्होंने कई बार शीशा भी नाल लगा हों ठीक है जो बड़ी बड़ा जो सेवादार फटते हैं या करते बड़ा चैलेंज हों क्योंकि वह चीज़ा जीडिया कच्च लग के ऐसी ताप बहुत बारी जी है इंजर जख्म लग जाते लग जाते सो ये है ये चीज हौली हौली घट भी रही हौली घट भी रही क्योंकि समाज में चेतना के नाल ही जी हुण वैसे इस एनवायरमेंट प्रति जी विश्व का जिते ध्यान आ उत्थे साडीआं सरकारां साडा हर चीज ने दा ध्यान इहदे उत्ते लियाण दित्ता खास करके जिहड़ा कोर्ट आ जिस तरह वो लगातार प्रशासन नूं ते सरकारां नूं कह रही है कि एनवायरमेंट तो बिना गुजारा जीवन का हक नहीं तुसीं खो सकदे बाबा जी इहनूं की कहिंदे आ जी इहनूं वैसे खूह भी कहिंदे आ हल्ट कहिंदे आ हल्ट इस चलार कहिंदे आ चलार क्योंकि जिहड़ा असीं धरती चों पाणी कढ़दे उहनूं खूह कहिंदे आ जी हल्ट भी कहिंदे आ ते जिहड़ा असीं पाणी जिहदा नदी चों चकदे आ जी इहनूं चलार कहिंदे आ जी जिहनूं औंकड़ लल्ले नूं कन्ना रारा लो जी मैं प्राइम एशिया टीवी दे परिवार दे मैंबरां नूं दस दिंदा मैं उम्मीद करदा कि 99% वालिआं नूं चलार पहली वारी सुणिआ होणा कि हल्ट उह हुंदा जिहड़ा कि खूह चों खूह पट के पाणी कढ़दे आ ते इह चलार उह आ कि नहर नदी वेई वगदी आ उत्थों फिर पानी कढ़िया जांदा तो चलार आ ते पंजाबी दे विच शुद्ध लिखना किदां बाबा जी ने भी दस्सिया जी हाँ जी जी ते इधरले पासे पानी जिहड़ा आ थल्ले भी दिखा दिओ जी कि पवित्र काली बेई दे विचों आ चलार दे राही पानी कढ़िया जा रहा जी बाबा जी जो प्रोजेक्ट शुरू किया उदो लाया जी हाँ नाल ही ये कि साडे बच्चों ये पता लगे कि साडा विरसा की है विरसा की है ये किस तरह इन यूज करते देखोगे मिट्टी दी डंडा वाले भी देखे हो गए हाँ जी पहले मिट्टी दी डंडा लकड़ दे हुण भी पाकिस्तान में है ठीक है आ जड़ी चीजा लकड़ दी अच्छा आ लकड़ दी लकड़ दी ठीक है जी फिर हौली हौली आ जी चीज आ गई आ भी डंडा मिट्टी दी पहला काम चलता रहा ठीक है जड़िया अपने गन्ने दी पछियां जिन्हों कहते हैं हाँ जी अपने लोड़ा अनुसार थोड़ा बहुत खेती करते चलार आले जिहड़े सीगे इन्हां नूं पानी नेड़ियों मिल जांदा सी जी क्योंकि बराबर सी जिहड़े खूह हुंदा सी ओह कई वार दूर मिलदा सी लंबियां मालां जिहनूं आपां कहिंदे इहनूं माल कहिंदे आ जिहनूं माल तरगी कहिंदे आ माल तरगी भाव पानी जिहड़ा हैगा थल्ले चल गया ते फिर खूह गिड़ूगा ते उहदे विच पानी नहीं आऊगा लो जी तीन शब्द जिहड़े आपणे कोले आ गए आ विरसे दे नाल जुड़न दी गल्ल है पहला झलार दूसरा पछियां तीसरा माल तर गई जिन्हां ने नहीं सुने से पहला तुसीं हिसाब किताब अपना ला लिओ बाबा जी आपां थोड़ा जिहा पोला वाले पासे नूं भी जाणा आ मैं नाल दी नाल इक देखदा सी कि बड़ी दूर अंदेशी वाली गल है आ तुसीं इत्थे ना इक निक्के निक्के किश्तियां रखियां वाटर स्पोर्ट्स शब्द लिखिया इह कित्थों मन दे विच आ गया एक तां सीगा कि चलो जी पावन पवित्र बई आपां साफ करनी है पानी शुद्ध करना इह कंसैप्ट मन दे विच कित्थों आया कि नौजवान पीढ़ी नूं इधर लाईए क्योंकि पंजाब दे विच तुसी किते भी नहीं देखोगे जिथे वाटर स्पोर्ट होगा जी सो ये पहला वाटर स्पोर्ट्स आ जिथे कुछ यूनिवर्सिटियां वाले आए जी कहिंदे भी बाबा जी सानू इत्थे सी जे बच्चे नू ट्रेनिंग दे लिए क्योंकि जां तां वो दित्ती जांदी है ट्रेनिंग चंडीगढ़ जिहड़ी हैगी है सुखना झील दे उत्ते जी जां जिहड़ी हैगी आ पौंग डैम दे उत्ते ठीक है जी वो दोनों ही पंजाब च नेगे दोनों पंजाब च ने गए तो फिर इन्हों जाना पैंता उस बच्चों को पैसे चंगे कराया अं क्या भी चलो जी थोड़े काम आ सकती है जी तो साढ़ो की है जी फिर उन्होंने यूनिवर्सिटिया ने कुछ यतन किए फिर इन्होंने कोच सी खहरा साहब उन्हें बड़े यतन किए कैकिंग कनोइंग का ड्रैगन बोर्ड का ठीक है इतने ड्रैगन बोर्ड की इतने ही उन्होंने टीम की जी हुई सी उस वेले बाबा जी मैं रोकना चाहता नहीं सी तुसी इंग्लिश के दो तीन शब्द बोले आ मैनू इस गल की भी गरंटी है कि 95% लोगों को समेत मेरे मन लो मैं अपने आप बिच रख लेना जिद किसी ए ना लगे कि असं ये नहीं कहने थोड़ा ज्ञान घट आ पर दो तीन शब्द इंग्लिश के सी है किश्तियां संबंधित दोबारा दस दौ जी एक तो कैकिंग कनोइंग दो गेम
जिहदे विच एक किश्ती दे विच जिहड़ी किश्ती इहनां दी है ਉਹਦਾ ਬੈਲੈਂਸ ਕਰਨਾ ਹੀ ਸਭ ਤੋਂ ਵੱਡੀ ਜਿਹੜੀ ਹੈਗੀ ਆ ਕਠਿਨ ਆ ਜੀ। ਤੋ ਜਿਹੜਾ ਬੈਲੈਂਸ ਕਰ ਗਿਆ ਸਮਝ ਲਓ ਪਾਰ ਪਾ ਗਿਆ, ਪਾਰ ਪਾ ਗਿਆ। ਤੇ ਉਹ ਉਹ ਜਿਹੜੀ ਹੈਗੀ ਆ ਉਹਦੇ ਵਿੱਚ ਸਿੰਗਲ ਹੁੰਦੇ ਆ ਜੀ, ਫਿਰ ਡਬਲ ਹੁੰਦੇ ਆ ਜੀ, ਫਿਰ ਤਿੰਨ ਹੁੰਦੇ ਆ, ਫਿਰ ਚਾਰ ਹੁੰਦੇ ਆ, ਠੀਕ ਆ ਜੀ, ਫਿਰ 100 meter ਦੋ ਏਦਾਂ ਵੱਖ ਵੱਖਰੀਆਂ, ਠੀਕ ਆ ਜੀ। ਇਸੇ ਇੱਕੋ ਹੀ ਕਿਸ਼ਤੀ ਦੇ ਵਿੱਚ ਹੀ 16 ਤਗਮੇ ਜਿਹੜੇ ਹੈਗੇ ਆ ਜੀ, ਉਹ ਇੰਟਰਨੈਸ਼ਨਲ ਜਿਹੜੀ ਹੈਗੀ ਆ ओलंपिक ਦੇ ਵਿੱਚ ਲੈ ਸਕਦੇ ਆ। ਇਹ ਉੱਤਰੀ ਭਾਰਤ ਵਿੱਚ ਕਿਤੇ ਵੀ ਨਹੀਂ, ਸਾਰੀ ਦੱਖਣ ਚ ਹੀ ਆ। ਹਾਂ, ਇਹ ਕੈਕਿੰਗ ਕਨੋਇੰਗ ਤੇ ਡਰੈਗਨ ਬੋਰਡ ਜਿਹਦੇ ਉੱਤੇ ਢੋਲ ਵਜਾ ਕੇ ਜੀ, ਉਹ ਵੀ ਇੱਥੇ ਆ। ਇਹਨਾਂ ਦੀ ਟ੍ਰੇਨਿੰਗ ਵੀ ਇੱਥੇ ਡਰੈਗਨ ਬੋਰਡ 'ਚ, ਇੱਕ ਟੀਮ ਜਿਹੜੀ ਆ ਉਹ ਚਾਈਨਾ ਗਈ ਸੀ ਜੀ, ਤੇ ਉਹ ਚਾਈਨਾ ਤੋਂ ਤੀਸਰੇ ਨੰਬਰ ਤੇ ਆਈ ਸੀ, ਠੀਕ ਹੈ ਜੀ। ਸੋ ਇਹ ਇੱਕ ਉੱਤਰੀ ਭਾਰਤ ਇੱਥੋਂ ਟ੍ਰੇਨਡ ਹੋ ਕੇ ਗਈ ਸੀ, ਇੱਥੋਂ ਟ੍ਰੇਨਡ ਇੱਥੇ ਹੀ ਇਹਦੇ ਵਿੱਚ, ਕਿਉਂਕਿ ਇਹਦੇ ਕਾਰਨ ਕੀ ਕਿ ਇਹਦੇ ਵਿੱਚ ਜਿਹੜਾ ਪਾਣੀ ਆ ਬੜਾ ਤੇਜ਼ ਨਹੀਂ ਚੱਲਦਾ ਜੀ, ਜੇ ਪਾਣੀ ਤੇਜ਼ ਚੱਲਦਾ ਹੋਵੇ ਫਿਰ ਵੀ ਉਹਦੇ ਵਿੱਚ। ਤੇ ਦੂਸਰਾ ਇਹਦਾ ਇੱਕ ਵੱਡੀ ਹੈ ਕਿ ਇੱਕ ਸ਼ਾਇਦ ਹਰਿਆਣੇ ਜਾ ਕੇ ਤੇ ਉੱਥੇ ਟ੍ਰੇਨਿੰਗ ਦਿੰਦੇ ਆ, ਉਹ ਕਹਿੰਦੇ ਉੱਥੇ ਠੀਕ ਹੈ। ਜਾਂ ਦੂਸਰਾ ਜਦੋਂ ਹੁਣ ਇੱਥੇ ਬੱਚੇ ਟ੍ਰੇਨਿੰਗ ਕਰਦੇ ਆ ਵਿੱਚ, ਤੇ ਜਿਹੜਾ ਕੋਚ ਆ ਉਹ ਤੁਰ ਕੇ ਵੀ ਤਾਂ ਮੋਟਰਸਾਈਕਲ ਤੇ ਵੀ ਸਾਈਕਲ ਤੇ ਵੀ ਇਹਦੇ ਨਾਲ ਜਾ ਸਕਦਾ, ਨਾਲ ਰਸਤਾ ਬਣਿਆ। ਜੇ ਹੁਣ ਜਿੱਦਾਂ ਸੁਖਨਾ ਲੇਖ ਤੇ ਆ ਜੀ, ਉਹਦੇ ਨਾਲ ਨਹੀਂ ਜਾ ਸਕਦਾ, ਬਿਲਕੁਲ ਠੀਕ ਹੈ। ਉਹ ਪਿੱਛੇ ਆ ਜਿਹੜਾ ਹੈਗਾ ਉਹ ਨਾਲ ਇੱਥੇ ਇਹਨਾਂ ਨੂੰ ਦੇਖ ਵੀ ਸਕਦਾ ਕੀ ਕਰਦਾ। ਸੋ ਇਹ ਇੱਕ ਉਹਦੇ ਵਿੱਚ ਹੋਰ ਗੁੱਡ ਪੁਆਇੰਟ ਆ, ਗੁੱਡ ਪੁਆਇੰਟ। ਤੇ ਉਹਦੇ ਵਾਸਤੇ ਸਾਨੂੰ ਇਹ ਸੀਗਾ ਕਿ ਬੱਚੇ ਇੱਥੇ ਰਹਿਣ ਵੀ ਜੀ, ਰੋਟੀ ਪਾਣੀ ਵੀ ਇੱਥੋਂ ਖਾਣ, ਜਿਹੜਾ ਗਰੀਬਾਂ ਦੇ ਬੱਚੇ ਵੀ ਜਿਹੜਾ ਹੈਗਾ ਉਹਨਾਂ ਦੇ ਵਿੱਚ ਬਹੁਤ ਬੱਚਿਆਂ ਨੂੰ ਜਿਹਨਾਂ ਨੂੰ ਨੌਕਰੀਆਂ ਮਿਲ ਗਈਆਂ ਉਹਨਾਂ ਨੂੰ, ਕਿਉਂਕਿ ਇੱਥੋਂ ਟ੍ਰੇਨਡ ਹੋ ਗਏ। ਨਹੀਂ ਹੁਣ ਇਹਦੇ ਵਿੱਚ ਤੁਸੀਂ ਦੇਖੋਗੇ ਨੇ ਪਹਿਲਾਂ ਪੰਜਾਬ ਲੈਵਲ ਤੇ ਚੋਣ ਹੋਣੀ ਆ ਜੀ, ਤੁਹਾਨੂੰ ਦੱਸਿਆ ਜਿਹਨੇ ਤਾਂ ਕਿਸ਼ਤੀ ਸੰਭਾਲ ਲਈ, ਸਮਝ ਲਓ ਸਿੱਧਾ ਸਟੇਟ ਲੈਵਲ ਤੇ ਚੁਣਿਆ ਗਿਆ। ਉਹ ਬੰਦੇ ਬੱਚੇ ਕਿੰਨੇ ਗਏ ਜਿਹਨਾਂ ਦੇ ਮਾਂ ਬਾਪ ਪਤਾ ਇਹਦੀ ਇਹਦਾ ਤੋਂ ਕਰ ਲੈਂਦਾ, ਸਟੇਟ ਚ ਚੁਣਿਆ ਗਿਆ, ਸਿੱਧਾ ਹੀ ਨੈਸ਼ਨਲ ਚ ਚਲੇ ਗਿਆ, ਨੈਸ਼ਨਲ ਚ ਪਾਰਟਿਸਪੇਟ ਹੀ ਕੀਤਾ ਤੇ ਉਹਨੂੰ ਨੈਸ਼ਨਲ ਲੈਵਲ ਦਾ ਜਿਹੜਾ ਹੈਗਾ ਅਵਾਰਡ ਹੋ ਗਿਆ, ਕੰਮ ਮਿਲ ਗਿਆ। ਉਹ ਜਦੋਂ ਇਹ ਨੌਕਰੀ ਮਿਲੂਗੀ ਤੁਹਾਨੂੰ ਇਹਦੇ ਪੁਆਇੰਟ ਮਿਲਣੇ ਆ। ਅੱਛਾ ਬਾਬਾ ਜੀ, ਇਹ ਸਰਕਾਰ ਵੱਲੋਂ ਕੁਛ ਹੁੰਦਾ ਜਾਂ ਕੋਈ ਬੱਚਾ ਟ੍ਰੇਨਿੰਗ ਲੈਣਾ ਚਾਹੇ ਮਾਪੇ ਤੁਹਾਡੇ ਨਾਲ ਸੰਪਰਕ ਕਰ, ਯਾਨੀ ਕੀ ਪ੍ਰੋਸੀਜਰ ਕੀ ਆ ਇਹਦੇ ਵਾਸਤੇ? ਕੁਛ ਵੀ ਪ੍ਰੋਸੀਜਰ ਨਹੀਂ, ਜਿਹੜਾ ਵੀ ਬੱਚਾ ਚਾਹੇ ਉਹ ਸੰਪਰਕ ਇੱਥੇ ਕਰ ਲਵੇ ਉਹਦੇ ਮਾਂ ਬਾਪ ਨੂੰ ਜਿਹੜੇ, ਕਿਉਂਕਿ ਇਹ ਬੱਚੇ ਜਿਹਨਾਂ ਦੇ ਮਾਂ ਬਾਪ ਚਾਹੁੰਦੇ ਆ ਉਹ ਹੀ ਇੱਥੇ ਲੈਂਦੇ, ਆਮ ਨੂੰ ਤਾਂ ਪਤਾ ਹੀ ਨਹੀਂ, ਆਮ ਨੂੰ ਤਾਂ ਪਤਾ ਹੀ ਨਹੀਂ ਜਿਹੜੇ ਹੁਣ ਕਾਫੀ ਇੱਥੇ ਬੱਚੇ ਨਾਲ ਸ਼ੁਰੂ ਹੋ ਗਏ, ਠੀਕ ਹੈ ਜੀ। ਅਸੀਂ ਦੇਖਿਆ ਜੀ ਅੱਜ ਸਵੇਰੇ ਕਰਦੇ ਸੀ, ਜ਼ਿਆਦਾ ਫਿਰੋਜ਼ਪੁਰ ਤੋਂ ਆਉਂਦੇ ਆ। ਅੱਛਾ ਜੀ, ਕਿਉਂਕਿ ਉੱਥੇ ਸ਼ਾਇਦ ਥੋੜਾ ਜਿਹਾ ਦਾ ਕੋਈ ਹੈ ਪੁਰਾਤਨ ਉੱਥੇ ਦਾ ਜੁੜਿਆ ਹੋਇਆ, ਤੇ ਬਾਕੀ ਜਿਹੜੇ ਹੈਗੇ ਇੱਥੋਂ ਵੀ ਹੁਣ ਬੱਚੇ ਸਕੂਲ ਦੇ ਬੱਚੇ ਉਹ ਵੀ ਨਾਲ ਇੰਟਰਸਟਡ ਹੋ ਗਏ। ਖਰਚ ਕਿੰਨਾ ਆਉਂਦਾ ਜੀ ਬੱਚਿਆਂ ਦਾ? ਕਿਉਂਕਿ ਜੇ ਬਾਹਰ ਕਰੋ ਤਾਂ ਬਹੁਤ ਖਰਚ ਆਉਂਦਾ, ਇੱਥੇ ਤਾਂ ਰੋਟੀ ਪਾਣੀ ਵੀ ਗੁਰੂ ਘਰ ਚੋਂ ਲੰਗਰ ਛਕ ਲੈਣਾ, ਤੇ ਪੈਸਾ ਕਿਸੇ ਕੋ ਕੁਛ ਆਪਾਂ ਕੋਈ ਲੈਂਦਾ ਨਹੀਂ ਇੱਥੇ, ਕਿਉਂਕਿ ਉਹ ਸ਼ਰਦਾ ਹੀ ਆ ਫਰੀ ਸੇਵਾ। ਹਾਂ, ਉਹ ਤਾਂ ਜਿਹੜੀ ਹੈਗੀ ਕਾਰਜ ਉਹਨੂੰ ਸੰਗਤਾਂ ਹੀ ਚਲਾ ਰਹੀਆਂ, ਕੋਈ ਨਾ ਕੋਈ ਜਿਹੜਾ ਹੈਗਾ ਕਰਦਾ, ਤੇ ਬਾਕੀ ਜਿਹੜਾ ਹੈਗਾ ਕਿਸੇ ਬੱਚੇ ਦੇ ਨਹੀਂ ਵੀ ਤੁਸੀਂ ਇਹ ਸੇਵਾ ਕਰੋ, ਤੁਸੀਂ ਇਹ ਡੋਨੇਸ਼ਨ ਦਿਓ ਜਾਂ ਕੁਛ ਵੀ ਹੈ, ਕਿਉਂਕਿ ਇੰਨੀ ਕੁ ਤਾਂ ਸੇਵਾ ਸਾਡਾ ਫਰਜ਼ ਬਣਦਾ ਕਿ ਉਹਨਾਂ ਬੱਚਿਆਂ ਨੂੰ ਕਰੀਏ ਜੀ। ਲਓ ਜੀ, ਉਹ ਗੂਗਲ ਕਰ ਲਿਓ ਜੀ, ਜਿਹੜੇ ਦੋ ਤਿੰਨ ਸ਼ਬਦ ਬਾਬਾ ਜੀ ਨੇ ਦੱਸਿਆ, ਗੂਗਲ ਕਰੋ ਜਾ ਕੇ। ਜਿਹੜੇ ਨੌਜਵਾਨ ਕਹਿੰਦੇ ਆ ਕਿ ਭਾਈ ਨਹੀਂ ਲੰਗਰ ਪ੍ਰਸ਼ਾਦਾ ਰਹਿਸ਼ ਟ੍ਰੇਨਿੰਗ ਸਾਰਾ ਕੁਛ ਹੀ ਮਿਲ ਜਾਂਦਾ, ਤੇ ਉਹਦੇ ਵਿੱਚ ਨੌਕਰੀ ਦੀ ਵੀ ਅੱਗੇ ਸੰਭਾਵਨਾ, ਰੁਜ਼ਗਾਰ ਸਭ ਤੋਂ ਵੱਡੀ ਚੀਜ਼ ਹੈ। ਬਾਬਾ ਜੀ, ਮੈਨੂੰ ਅੱਜ ਹੀ ਪਤਾ ਲੱਗਿਆ ਕਿਉਂਕਿ ਖਬਰਾਂ ਤਾਂ ਦੋ ਤਿੰਨ ਵਾਰੀ ਪੜੀਆਂ ਸੀ, ਪਰ ਟ੍ਰੇਨਿੰਗ ਦਾ ਪਤਾ ਅੱਜ ਲੱਗਾ। ਨਹੀਂ, ਅਸੀਂ ਕਾਫੀ ਸਾਲਾਂ ਤੋਂ ਚਲਾ ਰਹੇ ਹਾਂ, ਕਿਉਂਕਿ ਜਿਹੜਾ ਸੀਗਾ ਅਸੀਂ ਉਸ ਵੇਲੇ ਵੀ ਕਿਹਾ ਸੀ ਕਿ ਜਿਹੜਾ ਬੰਦਾ ਇੱਥੇ ਟ੍ਰੇਨਿੰਗ ਦਿੰਦਾ ਸੀ ਮੁੰਡਾ, ਸਾਰਾ ਉਹਦਾ ਸੀਗਾ ਕਿ ਅਸੀਂ ਤਾਂ ਸਪੋਰਟਰ ਹੁੰਦੇ, ਜਿਹੜਾ ਆਪਾਂ ਤਾਂ ਉਹਨੇ ਉਹਦੀ ਮਦਦ ਕਰ ਸਕਦੇ ਹਾਂ, ਉਹਨੂੰ ਉਹਦੀ ਅਸੀਂ ਆਰਥਿਕ ਤੌਰ 'ਤੇ ਕਿਸੇ ਵੀ, ਇਹ ਸਾਰੇ ਟੂਰਨਾਮੈਂਟ ਇੱਥੇ ਹੋਏ ਆ ਜੀ, ਨੈਸ਼ਨਲ ਜਿਹੜੇ ਉੱਤਰੀ ਭਾਰਤ ਦੇ, ਇਹ ਸਾਰੀਆਂ ਇੱਥੇ ਜਿਹੜੀਆਂ ਹੈਗੀਆਂ ਖੇਡਾਂ ਹੋਈਆਂ, ਠੀਕ ਹੈ ਜੀ। ਸੋ ਇਹਦੇ ਨਾਲ ਇਹ ਵੱਖ ਵੱਖ ਜਿਹੜੀਆਂ ਆਪਾਂ ਕੰਮ ਕਰ ਰਹੇ ਹਾਂ। ਅੱਛਾ ਬਾਬਾ ਜੀ, ਐਸਟ੍ਰੋ ਟਰਫੀ ਲੱਗੀ ਆ? ਐਸਟ੍ਰੋ ਟਰਫੀ ਸੀਚੇਵਾਲ ਦੇ ਵਿੱਚ ਲੱਗੀ ਆ, ਐਕਸਾਈਟ ਇੱਥੇ ਜਿਹੜੇ ਬੱਚੇ ਆ ਸਾਡੇ ਜਿਹੜੇ ਹੁਣ ਇਸ ਵੇਲੇ ਓਲੰਪਿਕ ਖੇਡ ਰਹੇ ਆ ਜੀ, ਖੇਡਣ ਗਏ ਸੀ ਤਿੰਨ ਬੱਚੇ, ਉਹਨਾਂ ਦੇ ਵਿੱਚ ਸਮੇਤ ਜਿਹੜਾ ਹੈਗਾ ਕਪਤਾਨ ਉਹ ਇੱਥੇ ਖੇਡਦੇ ਰਹੇ। ਅੱਛਾ, ਮੌਜੂਦਾ ਭਾਰਤੀ ਹਾਕੀ ਟੀਮ, ਮੌਜੂਦਾ ਹਾਕੀ ਟੀਮ ਉਹਨਾਂ ਨਾਲ ਗੱਲ ਵੀ ਕਰ ਲੈਂਦੇ, ਠੀਕ ਹੈ ਜੀ। ਤੇ ਬਾਬਾ ਜੀ, ਆ ਨਵਾਂ ਨਨਕਾਣਾ ਚੈਰੀਟੇਬਲ, ਹਾਂ ਇਹ ਉਹਨਾਂ ਦੇ ਝੁੱਗੀ ਝੌਂਪੜੀ ਵਾਲੇ ਬੱਚਿਆਂ ਦਾ ਜਿਹੜਾ, ਇਹਨਾਂ ਦੀ ਤੁਸੀਂ ਗੱਲ ਕਰਦੇ ਸੀ ਜੀ, ਇਹ ਸਾਰੇ ਉਹਨਾਂ ਦੇ ਵਾਸਤੇ ਫਿਰ ਇਹਨਾਂ ਨੂੰ ਜਗ੍ਹਾ ਬਣਾ ਦਿੱਤੀ, ਠੀਕ ਹੈ ਜੀ। ਇਹਦੇ ਵਾਸਤੇ ਵੱਖ ਅਬਦੁਲ ਕਲਾਮ ਨੇ ਇਹਦਾ 2008 ਦੇ ਵਿੱਚ ਉਦਘਾਟਨ ਕੀਤਾ ਸੀ, ਠੀਕ ਹੈ ਜੀ। ਇਹ ਮੋਸਟਲੀ ਝੁੱਗੀ ਝੌਂਪੜੀ ਵਾਲੇ ਬੱਚੇ ਪੜ੍ਹਦੇ, ਉਹ ਬੱਚੇ ਪੜ੍ਹਦੇ ਜ਼ਿਆਦਾ, ਠੀਕ ਹੈ ਜੀ, ਬਿਲਕੁਲ। ਪਿੰਡਾਂ 'ਚ ਹਾਂ ਬਿਲਕੁਲ ਮੁਫ਼ਤ, ਠੀਕ ਹੈ ਜੀ, ਕਿਸੇ ਕੋਲ ਕੋਈ 5 ਪੈਸੇ ਨਹੀਂ ਲੈ ਜਾਂਦੇ, ਸਗੋਂ ਉਹਨਾਂ ਦੇ ਜਿਹੜੇ ਭੇਜਣੇ ਪੈਂਦੇ ਬੋਰਡ ਨੂੰ, ਹਾਂਜੀ, ਪੈਸੇ ਉਹ ਸਾਰਾ ਕੁਛ, ਦਾਖਲਾ ਫੀਸ ਚੋਂ ਵੀ, ਰੋਟੀ ਪਾਣੀ ਵੀ ਇੱਥੇ ਜਿਹੜੀ ਹੈਗੀ ਸਕਲੇ, ਕੋਈ ਨਾ ਕੋਈ ਪ੍ਰਸ਼ਾਦਾ ਜਿਹੜੇ ਹੈਗੇ ਕੱਪੜੇ ਵੀ ਉਹਨਾਂ ਨੂੰ ਆਣ ਕੇ ਦੇ ਜਾਂਦਾ, ਠੀਕ ਹੈ ਜੀ। ਸਾਰਾ ਕੁਛ ਕੋਸ਼ਿਸ਼ ਕਰਦੇ ਹਾਂ, ਬਾਕੀ ਤਾਂ
ਜਿਹੜੇ ਹੈਗੇ ਆ ਇਹਨਾਂ ਨੂੰ ਕੰਪਿਊਟਰ ਵਗੈਰਾ ਹਰ ਤਰ੍ਹਾਂ ਦਾ ਜੋ ਕੁਛ ਹੈਗਾ ਅਸੀਂ ਸਿਖਾਉਂਦੇ ਹਾਂ। ਇਹ ਵੀ ਇੰਡੀਆ ਨਹੀਂ ਹੈ ਨਹੀਂ, ਇਹ ਗੇਬੇ ਦੇ ਵਿੱਚ ਚੜੀ ਹੋਈ ਸੀ, ਇਹਦਾ ਰੀਚਾਰਜ ਜੀ ਇੰਨਾ ਸਾਰਾ। ਹਾਂ ਹਾਂ, ਇਹ ਉੱਪਰ ਗੰਦਗੀ ਜਿਹੜੀ ਆ ਜਿਹੜਾ ਵੇਸਟੇਜ ਜਿਹੜੀ ਆਈ, ਜਿਹਨੂੰ ਆਪਾਂ ਸੀਵਰੇਜ ਵੇਸਟੇਜ, ਹਾਂ ਗਾਰ ਚੜ ਗਿਆ ਸੀ ਜਿਹੜਾ ਸਾਰਾ, ਇੱਥੇ ਰੇਤਾ ਇੱਥੇ ਫਿਲਟਰ ਨੇ ਕਾਇਦਾ ਕੀਤਾ। ਠੀਕ ਹੈ ਜੀ, ਇਹਦੇ ਨਾਲ ਪਹਿਲੇ ਬੰਦੇ ਆ ਜਿਹੜੇ ਇਹਨਾਂ ਉਸ ਵੇਲੇ ਇਹ ਰਕਸ਼ਾ ਰੁਕਸ਼ਾ ਚਲਾਉਂਦੇ। ਠੀਕ ਹੈ ਜੀ, ਕੀ ਨਾਮ ਕੀ ਜੀ ਤੁਹਾਡਾ? ਮੇਰਾ ਨਾਮ ਸੁਖਨਾਮ ਭੂਸ਼ਨ। ਠੀਕ ਹੈ ਜੀ, ਠੀਕ ਹੈ ਜੀ। ਬਿਹਾਰ ਕੇ ਰਹਿਣ ਵਾਲੇ? ਬਿਹਾਰ ਮੈਂ ਕਹਾਂ ਕਿ ਅਸਥਾਮਾ ਥਾਨਾ। ਅੱਛਾ, ਠੀਕ ਹੈ, ਅਸਥਾਮਾ। ਠੀਕ ਹੈ ਜੀ, ਠੀਕ ਹੈ ਜੀ। ਅਤੇ ਕਿੰਨੇ ਸਾਲ ਹੋ ਗਏ ਯਹਾਂ? ਯਹਾਂ ਬਾਬਾ ਜੀ ਕੇ ਚਰਨਾਂ ਵਿੱਚ ਹਮਕੋ 22 ਸਾਲ ਹੋ ਗਏ। 22 ਸਾਲ ਹੋ ਗਏ, ਅਭੀ ਆਪ ਪੜ੍ਹਾਤੇ ਹੋ ਯਹਾਂ ਪੇ? ਹਾਂ ਜੀ। ਠੀਕ ਹੈ ਜੀ, ਠੀਕ ਹੈ। ਨਾਲ ਸਕੂਲ ਵੀ ਸੰਭਾਲਤੇ ਹੈ। ਸਰ ਸੰਭਾਲਤੇ ਹੋ, ਠੀਕ ਹੈ ਜੀ। ਕਿੰਨੇ ਬੱਚੇ ਆ ਜਾਤੇ ਹੈਂ? ਬੱਚੇ 130 ਹੈ। 130 ਹੈ ਅਭੀ ਯਹਾਂ ਪਰ। ਠੀਕ ਹੈ ਜੀ। ਸੋ ਪਹਿਲੇ ਦਿਨ ਸੇ ਹੀ ਆਪ ਸਾਥ ਮੇਂ ਹੋ, ਜਬ ਸੇ ਸਕੂਲ ਸ਼ੁਰੂ ਹੁਆ? ਹਾਂ, ਸ਼ੁਰੂ ਤੇ। ਸ਼ੁਰੂ ਤੇ। ਔਰ ਕਰੀਬ ਇੱਥੇ ਦੇ 2 ਬੱਚੇ ਇੰਜੀਨੀਅਰਿੰਗ ਵੀ ਕੀਏ ਸਾਡੇ ਆਪਣੇ ਸਕੂਲ। ਯਹਾਂ ਸੇ ਪੜੇ ਹੋਏ ਬੱਚੇ? ਹਾਂ ਜੀ। ਦੋ ਅਭੀ ਬੀਟੈਕ ਕਰ ਰਹੇ ਹੈਂ। ਦੋ ਬੀਟੈਕ ਕਰ ਰਹੇ ਹੈਂ। ਹਾਂ, ਔਰ ਕਰੀਬ 60-70 ਬੀਏ ਕਰ ਚੁੱਕੇ ਹੈਂ। 60-70 ਬੱਚੇ ਜੋ ਗ੍ਰੈਜੂਏਸ਼ਨ ਵੋ ਕਰ ਚੁੱਕੇ ਹੈਂ। ਮੇਰੇ ਬੱਚੇ ਪੁਲਿਸ ਮੇਂ ਵੀ ਭਰਤੀ ਹੋ ਗਏ ਬਿਹਾਰ। ਆਪਕੇ ਬੱਚੇ? ਹਾਂ ਜੀ, ਹਮਾਰੇ ਬੱਚੇ। ਕਿ ਦੋ ਬੱਚੇ? ਨਹੀਂ, ਇੱਕ ਹੀ ਬੱਚੇ ਹਮਾਰਾ। ਇੱਕ ਬੱਚਾ ਪੁਲਿਸ ਮੇਂ ਭਰਤੀ ਹੋ ਗਿਆ। ਯਹਾਂ ਪੜਾ ਥਾ ਵੋ? ਹਾਂ, ਨਹੀਂ ਪੜਾ ਥਾ ਯਹਾਂ 5ਵੀਂ ਤੱਕ, ਬਾਕੀ ਬਿਹਾਰ ਗਏ। ਯਹਾਂ ਸੇ ਬੇਸ ਬਣ ਗਿਆ ਥਾ। ਹਾਂ ਜੀ, ਆਧਾਰਸ਼ਿਲਾ ਅੱਛੀ ਰੱਖੀ ਗਈ। ਅੱਛੀ ਸਰ, ਅੱਛੀ ਰੱਖੀ ਗਈ। ਠੀਕ ਹੈ, ਇਹ ਤਾਂ ਬਾਬਾ ਜੀ ਕੀ ਕਿਰਪਾ ਹੈ। ਨਹੀਂ, ਠੀਕ ਹੈ। ਤੋ ਅਭੀ ਜੋ 120-125 ਬੱਚੇ ਆਪ ਕਹਿ ਰਹੇ ਹੋ ਛਾਤਰ ਯਹਾਂ ਪਰ ਪੜ੍ਹਤੇ ਹੈ, ਉਹ ਸਾਰੇ ਆਰਥਿਕ ਤੌਰ ਸੇ ਕਮਜ਼ੋਰ ਪਰਿਵਾਰੋਂ ਮੇਂ ਸੇ ਹੈ? ਬਹੁਤ ਕਮਜ਼ੋਰ ਹੈ, ਇਨਕੇ ਬੈਕਗ੍ਰਾਉਂਡ ਵੀ ਬਹੁਤ ਮਾੜਾ ਹੈ। ਠੀਕ ਹੈ। ਇਹ ਝੁੱਗੀ ਝੋਪੜੀ ਮੇਂ ਰਹਤੇ ਹੈਗੇ ਜੀ। ਕੁਛ ਬੱਚੇ ਕੇ ਮਾਂ ਬਾਪ ਕਮਾਉਣ ਲੱਗ ਗਏ ਜੀ, ਤੋ ਆਪਣਾ ਮਕਾਨ ਵੀ ਯਹਾਂ ਬਣਾ ਕੇ ਰਹਿ ਰਹੇ ਹੈ। ਠੀਕ ਹੈ ਜੀ। ਕਿਉਂਕਿ ਉਨਕੋ ਚੰਗਾ ਲਗਾ ਬਿਹਾਰ ਸੇ ਬੜੀਆਂ ਇਹ ਸਟੇਟ ਜੀ, ਤੋ ਕਮਾਨੇ ਖਾਣੇ ਕੇ ਲੀਏ ਬਹੁਤ ਬੇਸਿਕ ਹੈ। ਅੱਛਾ, ਇੱਕ ਬਾਤ ਮੈਨੇ ਔਰ ਪੁੱਛਣੀ ਸੀ ਕਿ ਹਰ ਧਰਮ ਕੇ ਬੱਚੇ ਹੈ ਯਹਾਂ ਪੇ? ਜਬ ਦਾਖਲਾ ਦਿਆ ਜਾਤਾ ਹੈ ਤੋ ਕਿਆ ਪੁੱਛਾ ਜਾਤਾ ਹੈ ਹਮਸੇ? ਯਹਾਂ ਪੇ ਹਰੇਕ ਧਰਮ ਕੇ ਹੈਗੇ, ਤੋ ਨਾਲ ਕੁਛ ਪੰਜਾਬੀਆਂ ਕੇ ਵੀ ਬੱਚੇ ਹੈ। ਹਾਂ, ਬਿਹਾਰੀਆਂ ਹੀ ਸਾਲੀ ਨਹੀਂ ਹੈਗੇ, ਯੂਪੀ ਕੇ ਵੀ ਹੈ ਜੀ, ਤੋ ਪੰਜਾਬ ਕੇ ਵੀ ਹੈ, ਤੋ ਕੋਈ ਵੀ ਧਰਮ ਕੇ ਆਏਗੇ ਜੀ। ਜੋ ਸਤਿਗੁਰੂ ਨੇ ਹਮਕੋ ਰਾਸਤੇ ਦਿਖਾਏ ਕਿ ਇਸ ਬੱਚੇ ਕੋਈ ਵੀ ਬੱਚਾ ਹੈ ਉਸਕੋ ਤੁਮਕੋ ਉੱਪਰ ਉਠਾਉਣਾ ਜੀ ਜੀ, ਤੋ ਅਸੀਂ ਉਹ ਕੰਮ ਕਰਤੇ ਹੈ। ਅੱਛਾ, ਇੱਧਰ ਆ ਜਾਈਏ ਆਪ। ਮੈਨੇ ਇੱਕ ਵਾਰ ਫਿਰ ਬਤਾਨਾ ਆਪਕੇ ਜੋ ਬੱਚੇ ਆਪਣੇ ਬੀ ਟੈਕ ਜਾਂ ਬਾਕੀ ਬੋਲੇ ਥੇ ਵੋ ਕੌਣ ਕੌਣ ਸੇ ਥੇ, ਕਿਤਨੇ ਬੱਚੇ ਕਿਆ ਕੁਛ ਕਰ ਗਏ? ਉਹ ਜੋ ਇੱਕ ਵਾਰ ਤੋਂ ਬੱਚੇ ਯਹਾਂ ਸੇ ਪੂਰੇ ਪੰਜਾਬ ਕਾ ਕੰਪਟੀਸ਼ਨ ਹੋਇਆ ਜੀ, ਤੋ ਆਪਣੇ ਬੱਚੇ ਫਸਟ ਸਬਸੇ 5-6 ਹਜ਼ਾਰ ਸਟੂਡੈਂਟ ਮੇਂ ਫਸਟ ਆਇਆ। ਠੀਕ ਹੈ ਜੀ। ਉਸਕੇ ਬਾਅਦ ਦੋ ਤਿੰਨ ਬੱਚੇ ਇੰਜੀਨੀਅਰਿੰਗ ਕੀਏ, ਦੋ ਬੱਚੇ ਇੰਜੀਨੀਅਰਿੰਗ ਕੀਏ, ਇੱਕ ਨਾਮ ਦੀਪਕ ਥਾ। ਅੱਛਾ ਜੀ। ਕੁਦਰਤੀ ਕਿਰਪਾ ਮਾਲਿਕ ਕਾ, ਉਹ ਬੱਚੇ ਕਾ ਜਬ ਕੰਪਲੀਟ ਹੋਣੇ ਕੇ ਬਾਅਦ ਉਹ ਡੈਥ ਕਰ ਗਿਆ ਜੀ। ਦੂਸਰੇ ਬੱਚੇ ਹੈਗੇ ਔਰ ਬਾਕੀ ਰਵੀ ਹੈ, ਅਜੇ ਹੈ, ਉਹ ਯਹਾਂ ਪੇ ਬੀਟੈਕ ਕਰ ਰਹੇ ਹੈ। ਹਾਂ, ਠੀਕ ਹੈ। ਠੀਕ ਹੈ ਜੀ, ਸ਼ੁਕਰੀਆ ਜੀ, ਮਿਹਰਬਾਨੀ, ਬਹੁਤ ਬਹੁਤ ਧੰਨਵਾਦ। ਕੁਛ ਜਿਹੜੇ ਬੱਚੇ ਇੱਥੇ ਜਿੱਦਾਂ 8ਵੀਂ ਕਰ ਲੈਂਦੇ ਆ ਜੀ, ਕਈ ਵਾਰ ਤਾਂ ਇਹਨਾਂ ਦੀ ਉਮਰ ਜ਼ਿਆਦੀਆਂ ਹੁੰਦੀਆਂ, ਤੇ ਉਦੋਂ ਫਿਰ ਇਹਨਾਂ ਨੂੰ ਇੱਥੇ ਤਲਵੰਡੀ ਚੌਧਰੀ ITI ਹੈ। ਹਾਂਜੀ ਹਾਂਜੀ, ਉੱਥੇ ਕਰਵਾ ਦਿੰਦੇ ਆ ਜੀ, ਜਾਂ ਇਹਨਾਂ ਨੂੰ ਸ਼ਾਹਕੋਟ ITI ਹੈ ਜੀ, ਉਹ ਚਾਹੁੰਦਾ ਉੱਥੇ ਭੇਜ ਦਿੰਦੇ ਆ, ਉੱਥੇ ਭੇਜ ਦਿੰਦੇ। ਸੀਚੇਆਲ ਵੀ ਬੱਚੇ ਆ। ਠੀਕ ਹੈ ਜੀ। ਕੋਈ ਪੜ੍ਹਨਾ ਚਾਹੁੰਦਾ ਪੜ੍ਹਨਾ, ਫਿਰ ਸੀਚੇਆਲ ਨਰਸਰੀ ਤੋਂ ਲੈ ਕੇ MA ਤੱਕ ਸਾਰੇ ਆ, ਫਿਰ ਉਹਨਾਂ ਨੂੰ ਉੱਥੇ ਨਾਲ ਉੱਥੇ ਸਿੱਖ ਸਕਦੇ ਆ, ਜਾਂ ਇੱਥੇ ਸਕੂਲ ਜਿਸ ਚ ਲੱਗਣਾ ਚਾਹੁੰਦੇ ਆ ਸਰਕਾਰੀ ਚ, ਉੱਥੇ ਵੀ ਉਹ ਮਦਦ ਕਹਿੰਦੇ, ਫਿਰ ਉਹਨਾਂ ਦੀ ਮਦਦ। ਯਾਨੀ ਜਿਹਦਾ ਇੱਕ ਵਾਰੀ ਹੱਥ ਫੜ ਲਿਆ ਫਿਰ ਜਿੱਥੇ ਤੱਕ ਜਾਣਾ ਚਾਹੁੰਦਾ ਜਾਵੇ, ਅਗਲਾ ਆਉਂਦਾ ਵਾ ਗੱਲ ਕਰਦਾ, ਅਸੀਂ ਉਹਦੀ ਕੋਸ਼ਿਸ਼ ਕਰਦੇ ਆ ਜਿਹੜੇ ਬਾਹਰ ਵੀ ਬੈਠੇ ਜਿਹੜੇ ਸੀਗੇ ਬੱਚੇ, ਤੇ ਇੱਧਰ ਅਸੀਂ ਇਹਨਾਂ ਨੂੰ ਪੂਰਾ ਕੰਪਿਊਟਰ ਵਗੈਰਾ ਸਾਰਾ ਕੁਛ ਬੱਚੇ ਸਿੱਖਦੇ ਆ, ਪਰ ਕੋਸ਼ਿਸ਼ ਆ ਇਹਨਾਂ ਨੂੰ ਜਿਹੜੇ ਹੈਗੇ ਆ ਆਪਣੇ ਕੱਪੜੇ ਵਗੈਰਾ ਇਹਨਾਂ ਨੂੰ ਸਿਖਾਈ ਦਿੰਦੇ ਆ, ਕਿ ਜਿਹੜੀਆਂ ਲੜਕੀਆਂ ਖਾਸ ਕਰਕੇ ਉਹ ਕੱਪੜਿਆਂ ਨੂੰ ਸਿੱਖ ਕੇ ਤੇ ਕੁਛ ਨਾ ਕੁਛ ਜਿਹੜਾ ਹੈਗਾ, ਫਿਰ ਇਹ ਬਾਣੀ ਵੀ ਥੋੜੀ ਬਹੁਤੀ ਪੜ੍ਹਦੇ ਆ, ਇਹਨਾਂ ਨੂੰ ਕੋਸ਼ਿਸ਼ ਕਰਦੇ ਆ ਕਿ ਮੂਲ ਮੰਤਰ ਦਾ ਪਾਠ ਕਰੋ ਜਾਂ ਦੂਸਰੇ, ਕਿਉਂਕਿ ਇਹਦੇ ਨਾਲ ਬੱਚੇ ਕਹਾਂ ਸੇ ਆਏ। ਕਿਆ ਨਾਮ ਹੈ? ਜਸਵਿੰਦਰ। ਜਸਵਿੰਦਰ, ਆਪਕਾ ਕਿਆ ਨਾਮ ਹੈ? ਸਾਜਨ। ਸਾਜਨ, ਕਹਾਂ ਕੇ ਰਹਿਣੇ ਵਾਲੇ ਹੋ? ਸੁਲਤਾਨਪੁਰ ਲੋਧੀ। ਸੁਲਤਾਨਪੁਰ ਲੋਧੀ। ਪਿਤਾ ਜੀ ਕਾ ਕਿਆ ਨਾਮ ਹੈ? ਸੋਨੂ।
ओके ठीक है। अभी क्या कर रहे हैं यहाँ पे? कंप्यूटर चला रहे हैं। कंप्यूटर चला रहे हैं, ठीक है जी। अच्छा लग रहा है? हाँ जी। घर पे चलाया था कभी कंप्यूटर? नहीं। घर पे नहीं है, यहीं आके पहली बार चलाया? हाँ जी। ठीक है, कितनी आयु है आपकी, कितने वर्ष के हो? आठ। आठ, ठीक है। हाँ जी, आपके पिता का नाम? बलविंदर। अच्छा बलविंदर, ठीक। कंप्यूटर घर पे है? नहीं, यहीं आके पहली बार चलाया? हाँ जी। ठीक है, ठीक है। पुत की हाल है? पंजाबी बोलते हैं कि हिंदी बोलते हो? पंजाबी बोलते, बस ठीक है। मेरा पुत्र, डैडी का की नाम है? वरिंदर पास। मम्मी का की नाम है? रिंकू देवी। ठीक है जी, ते कंप्यूटर घर छेगा? नहीं जी। ठीक है, पहली बार कदों चलाया सी कंप्यूटर ते किथे चलाया सी? दाखल करके फिर अठवीं करो, फिर बच्चा पूरा तैयार हो जाता है। कुछ पहला होंगे फिर क्योंकि पांचवी तो करवानी पेगी, तो आप कर नहीं सकते। बिल्कुल ठीक है, बच्चे वे भी होंगे पढ़ने हुशियार है सारे जी, गरीब वर्ग पढ़ा देवांगे तो फिर चोर चक्के जिहड़े हैगे खत्म हो जाणगे, खत्म हो जाणगे। समाज नूं असीं कहिंदे साडे बच्चे शांति नाल रहण, शांति ता ही आऊगी नेड़े झुग्गी वाला भी शांति नाल बैठा होगा, बस फिर कोठी दे नाल झुग्गी वाले को भी रोटी चाहिदी है। हां फिर ही वो शांति रहूगी जी, जी, जे झुग्गी वाले नु आपां दिखांदे रहवांगे भी साडे कोल कोठी हैगी है जी, ते ओ उहनां चिर शांति नाल नहीं जी सकूगा। बाबा जी दिल दी गल कीती अज्ज, क्योंकि यही पाड़ा वा जिहदे करके कोई इत्थे खाण दी जां हर चीज दी घाट नहीं कोई जी, क्योंकि जिहदे कोल हुण इत्थे जिन्ने भी आ मंडी दे विच आ जी, सलसीचे वाले भी जिन्ने भी कम्म करन वाले आ उहनां नूं 24 घंटे प्रसादा जो भी हैगा वो सकदे आ जी। कई बार बहुत कहंदे बाबा जी रोज आ जांदे ओ, असीं कहिंदे किरती आ करके खाण वाले आ, असली बाबे नाल करे किरती, असली 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 तां पौनी इहनां नूं जी जी जी। चलो इहनां नूं चार हैगा वा भी कदों आण के पकाउणगे जी, कदों थोड़े साधन इसे कड़े के इहनां कोल घर आ जी, ते जे ओह प्रसादा सकणगे सवेर नूं उहनां कम्म तों पहलां सक जाणा जी, राज सभा दे मैंबर बन गए, की वातावरण का मुद्दा, पानी का मुद्दा इंपोर्टेंट रहूगा जां कुछ होर मुद्दे भी आउणगे? मेरा सवाल है कि किते मुद्दे भुलता ना जाणगे? नहीं नहीं, राज सभा दा मैंबर ही कोई वड्डा जिहड़ी हैगी नहीं जी, बड़ा मान सम्मान दुनिया भर दे विच जी, क्योंकि साडा मकसद था कि असी इहदी एनवायरमेंट नूं होर जिहड़ी असी इस पंजाब लैवल ते सी हुण पूरे इंडिया लैवल ते नहीं देश दुनिया दे विच उहदी गल कीती जावे। बिल्कुल ठीक, तां कि उहदी वड्डी लोड़ आ जी। चलो हुण जे असी ਉਹ ਰਾਜ ਸਭਾ ਦੇ ਵਿੱਚ ਵੀ ਇਹ ਗੱਲ ਕਰਦੇ ਆ, ਉਹਦੀ ਸਾਰੇ ਭਾਰਤ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਉਹ ਗੱਲ ਜਾਂਦੀ ਹੈ। ਸੋ ਇਹ ਜਿਹੜੀ ਗੱਲ ਆ ਕਿ ਨਾ ਤਾਂ ਕਦੇ ਜੀਵਨ ਦੇ ਵਿੱਚ ਇਹ ਰਾਜ ਮੰਗਿਆ ਸੀ ਕੁਛ ਜੀ, ਅਤੇ ਸਾਨੂੰ ਤਾਂ ਇਉਂ ਲੱਗਦਾ ਵੀ ਰੱਬ ਨੇ ਸਾਨੂੰ ਦਿੱਤਾ ਕਿਉਂ, ਅਤੇ ਅਸੀਂ ਅਸੀਂ ਇਹ ਕੀ ਕਰ ਪਾਵਾਂਗੇ ਕਿ ਨਹੀਂ ਕਰ ਪਾਵਾਂਗੇ, ਨਿਭਾ ਪਾਵਾਂਗੇ। ਹਾਂ ਪਰ ਉਹਦੇ ਵਾਸਤੇ ਅਸੀਂ ਇਹ ਕਿ ਜਿੰਨਾ ਕੁ ਚਿਰ ਜਿੰਨੀ ਕੁ ਸਾਨੂੰ ਵਾਹਿਗੁਰੂ ਨੇ ਸਮਤ ਦਿੱਤੀ ਹੈ, ਸਮਝ ਦਿੱਤੀ ਹੈ, ਜਾਂ ਜਿੰਨੇ ਕੁ ਸਾਨੂੰ ਉਹਨਾਂ ਨੇ ਬਲ ਦਿੱਤਾ ਉਹਨਾਂ ਜ਼ਰੂਰ ਅਸੀਂ ਲਾਵਾਂਗੇ। ਬਾਬਾ ਜੀ ਆਮ ਬੰਦਾ ਜਿਹੜਾ ਕਿ ਪੰਜਾਬ ਦੇ ਵਿੱਚ ਬੈਠਾ ਜਾਂ ਦੁਨੀਆ 'ਚ ਕਿਤੇ ਵੀ ਬੈਠਾ, ਆਪਾਂ ਪੰਜਾਬ 'ਤੇ ਲੈ ਲੈਂਦੇ ਹਾਂ, ਦੋ ਤਿੰਨ ਚੀਜ਼ਾਂ ਵਾਤਾਵਰਣ ਨੂੰ ਬਚਾਉਣ ਦੇ ਲਈ ਜਿਹੜੀਆਂ ਆਪਾਂ ਕਹੀਏ ਕਿ ਉਹ ਫੌਰੀ ਤੌਰ 'ਤੇ ਕਰ ਸਕਦੇ, ਜੇ ਕੋਈ ਪੈਸਾ ਨਹੀਂ ਟਕਾ ਨਹੀਂ, ਪਰ ਮੈਨੂੰ ਲੱਗਦਾ ਹੁੰਦਾ ਕਿ ਕੁਝ ਚੀਜ਼ਾਂ ਹੁੰਦੀਆਂ ਇਹਨੂੰ ਵਰਤੀਏ ਤਾਂ ਸ਼ਾਇਦ ਬਹੁਤ ਸਾਰੀਆਂ ਚੀਜ਼ਾਂ ਆਪ ਹੀ ਠੀਕ ਹੋ ਜਾਣਗੀਆਂ ਜੀ। ਕਿਉਂਕਿ ਬਾਣੀ ਕਹਿੰਦੇ ਆਪਣਾ ਹੱਥੀਂ ਆਪਣਾ ਆਪੇ ਹੀ ਕਾਸ ਵਾਰ ਜੀ, ਸੋ ਬਹੁਤ ਕੁਛ ਅਸੀਂ ਕਈ ਵਾਰ ਹੁਣ ਜਿੱਦਾਂ ਏਅਰ ਪੋਲਿਊਸ਼ਨ ਆ ਜੀ, ਹੁਣ ਤਾਂ ਮੀਂਹ ਪਿਆ ਕਰਕੇ ਸਾਫ਼ ਸੁਥਰਾ ਸਾਹ ਆਉਂਦਾ, ਅਤੇ ਕਈ ਵਾਰ ਇਹ ਕਿਉਂ ਆਈ ਲੈਵਲ ਜਿਹੜਾ ਹੁੰਦਾ ਜੀ ਉਹਦੇ ਵਿੱਚ ਵੀ ਉਹ ਜਿਹੜਾ ਹੈਗਾ 300 ਤੋਂ 400 ਤੋਂ ਪਾਰ ਹੋਇਆ ਹੁੰਦਾ। ਬਿਲਕੁਲ ਠੀਕ ਹੈ, ਸੋ ਉਹ ਕੌਣ ਕਰਦਾ, ਉਹ ਮਨੁੱਖ ਦਾ ਹੀ ਕੀਤਾ ਹੋਇਆ ਜੀ। ਸੋ ਉਹਦੇ ਵਾਸਤੇ ਅਸੀਂ ਕਈ ਵਾਰ ਸੋਚਦੇ ਹਾਂ ਵੀ ਇਹ ਨਹੀਂ ਇਸ ਕਰਕੇ ਅਸੀਂ ਕਰ ਰਹੇ ਹਾਂ, ਪਰ ਅਸੀਂ ਇਹ ਨਹੀਂ ਸੋਚਦੇ ਵੀ ਧੂੰਆਂ ਸਾਡੇ
ਸਾਡੇ ਨਸਾਂ ਵਿੱਚ ਜਾ ਰਿਹਾ, ਸਾਡੇ ਬੱਚਿਆਂ ਦੇ, ਸਾਡੇ ਪਰਿਵਾਰ ਦੇ, ਰਿਸ਼ਤੇਦਾਰਾਂ ਦੇ, ਸਾਕ ਸੰਬੰਧੀਆਂ ਦੇ, ਉਹ ਰਿਸ਼ਤੇਦਾਰਾਂ ਸਾਰਾ ਕੁਛ ਜਾ ਰਿਹਾ। ਅਤੇ ਅਸੀਂ ਉਹਨੂੰ ਗੁਰੂ ਨਾਨਕ ਦੇ ਬਚਨਾਂ ਦਾ ਸਤਿਕਾਰ ਕਰਕੇ ਅਸੀਂ ਉਹਨਾਂ ਨੂੰ ਸੇਵ ਕਰੀਏ ਜੀ। ਫਿਰ ਜੋ ਕੁਛ ਵੀ ਅਸੀਂ ਕਹਿੰਦੇ ਕਿ ਬਾਣੀ ਕਹਿੰਦੀ ਜਿੱਥੇ ਜਾਏ ਬਈ ਇਹ ਭਲਾ ਕਹੀਏ ਜੀ। ਜਿੱਥੇ ਵੀ ਅਸੀਂ ਰਹਿ ਰਹੇ ਹਾਂ, ਚਾਹੇ ਪੰਜਾਬ 'ਚ ਰਹਿ ਰਹੇ ਹਾਂ, ਚਾਹੇ ਕੈਨੇਡਾ 'ਚ ਰਹਿ ਰਹੇ ਹਾਂ, ਚਾਹੇ ਅਮੈਰੀਕਾ 'ਚ ਰਹਿ ਰਹੇ ਹਾਂ, ਚਾਹੇ ਆਸਟ੍ਰੇਲੀਆ 'ਚ ਰਹਿ ਰਹੇ ਹਾਂ ਜੀ, ਪਾਣੀ ਕਹਿੰਦੇ ਜਿੱਥੇ ਜਾਏ ਬਈ ਇਹ ਭਲਾ ਕਹੀ ਉਹਨਾਂ ਨੇ ਇੱਕ ਥਾਂ ਦਾ, ਉਹਨੇ ਵੀ ਫਲਾਣੇ ਸਾਹਿਬ। ਤੋ ਉਹਦੇ ਵਾਸਤੇ ਸਾਨੂੰ ਜਿਹੜਾ ਹੈਗਾ ਵਾ ਇਹ ਇਨਵਾਇਰਮੈਂਟ ਪ੍ਰਤੀ ਜੋ ਸਾਡੇ ਗੁਰੂਆਂ ਦੀ ਸੋਚ ਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਇਹ ਸੋਚ ਨੂੰ ਅਸੀਂ ਲੋਕਾਂ ਤੱਕ ਲੈ ਕੇ ਜਾਈਏ ਕਿ ਸਾਡੇ ਗੁਰੂਆਂ ਨੇ ਵੀ, ਸਾਡੇ ਸੰਵਿਧਾਨ ਨੇ ਵੀ, ਵਿਗਿਆਨ ਨੇ ਵੀ ਇਨਵਾਇਰਮੈਂਟ ਦੀ ਇੰਪੋਰਟੈਂਸ, ਸਾਡਾ ਰੁਪਈਏ ਇਕੱਠੇ ਕਰਨ ਨਾਲ ਅਸੀਂ ਅੱਗੇ ਨਹੀਂ ਜਾਵਾਂਗੇ ਜੀ। ਰੁਪਈਏ ਅੱਗੇ ਜੇ ਵਧਾਂਗੇ ਜਾਂ ਸਾਡਾ ਭਲਾ ਵਾ, ਸਾਡਾ ਸਾਫ਼ ਹਵਾ, ਸਾਫ਼ ਪਾਣੀ ਅਤੇ ਪਵਿੱਤਰ ਧਰਤੀ, ਇਹ ਤਿੰਨ ਚੀਜ਼ਾਂ ਜ਼ਰੂਰੀ ਆ। ਜੇ ਅਸੀਂ ਤਿੰਨਾਂ ਨੂੰ ਰਲ ਕੇ ਜੇ ਕੋਸ਼ਿਸ਼ ਕਰਾਂਗੇ ਤਾਂ ਸਾਰਾ ਕੁਛ ਹੀ, ਆਪਣਾ ਘਰ ਸੈੱਟ ਪਹਿਲਾਂ ਸਾਫ਼ ਕਰੋ, ਫਿਰ ਆਪਣਾ ਵੀ ਵਿਹੜਾ, ਫਿਰ ਆਪਣਾ ਪਿੰਡ ਜੀ। ਅਤੇ ਜੇ ਇੰਨੀ ਕੁ ਸਮਰੱਥਾ ਪਿੰਡ ਲੈਵਲ 'ਤੇ ਘਰ ਤੋਂ ਕਰਨ ਲੱਗ ਪਈ ਹੈ, ਤੁਸੀਂ ਕਹਿੰਦੇ ਸਾਰੀ ਦੁਨੀਆ ਬਦਲ ਸਕਦੀ, ਦੁਨੀਆ ਬਦਲ ਸਕਦੀ ਹੈ, ਕਿਉਂਕਿ ਕਰਨਾ ਸਾਨੂੰ ਆਪਣੇ ਤੋਂ ਪਊ, ਆਪਣੇ ਤੋਂ ਪਊ। ਅਸੀਂ ਵੀ ਆਪਣੇ ਤੋਂ ਸ਼ੁਰੂ ਕੀਤਾ ਜੀ, ਆਪਣੇ ਪਿੰਡ ਤੋਂ ਸ਼ੁਰੂ ਕੀਤਾ, ਆਪਣੇ ਇਲਾਕੇ ਤੋਂ ਸ਼ੁਰੂ ਕੀਤਾ, ਆਪਣੇ ਪਿੰਡ ਇਲਾਕੇ ਦੀਆਂ ਡਰੇਨਾਂ ਤੋਂ, ਦਰਿਆਵਾਂ ਤੋਂ ਸ਼ੁਰੂ ਕੀਤਾ ਜੀ। ਤੋ ਹੁਣ ਦੁਨੀਆ ਤੱਕ ਜਿਹੜੀ ਹੈਗੀ ਆ ਉਹ ਇੱਕ ਉਦਾਹਰਨ ਬਣਿਆ। ਬਾਬਾ ਜੀ, ਕਈ ਲੋਕ ਪੁੱਛੀਦਾ, ਕਈਆਂ ਨੂੰ ਕਹਿੰਦੇ ਜੀ ਅਸੀਂ ਪਿੰਡ 'ਚ ਕੁਛ ਕਰਨਾ ਤਾਂ ਚਾਹੁੰਦੇ ਹਾਂ ਪਰ ਲੋਕ ਵਿਰੋਧ ਬੜਾ ਕਰਦੇ ਆ ਜੀ, ਥਾਂ ਥੂੰ ਕਈਆਂ ਨੇ ਦੱਬੇ ਦੁੱਬੇ ਹੁੰਦੇ ਆ ਜਾਂ ਹੋਰ ਕਈ ਕੁਛ ਆ ਜੀ, ਕਿਤੇ ਬੂਟਾ ਲਾਤਾ ਉਹਨੂੰ ਐਂ ਕਰਕੇ ਤੋੜ ਗਏ, ਲੋਕ ਨਿਰਾਸ਼ ਹੋ ਜਾਂਦੇ ਆ। ਘਟਨਾਵਾਂ ਤਾਂ ਵਾਪਰੀਆਂ ਹੀ ਹੋਣੀਆਂ ਬਹੁਤ ਕੁਛ, ਬਹੁਤ ਕੁਛ ਤੁਹਾਨੂੰ ਇੱਕ ਵਾਰ ਦੱਸੀਏ ਜੀ। ਸੋ ਤੁਸੀਂ ਇਮੈਜਿਨ ਨਹੀਂ ਕਰ ਸਕਦੇ ਇਹੋ ਜਿਹੇ ਹਾਲਾਤਾਂ 'ਚ ਬਾਬਾ ਜੀ ਨੇ ਜੀ, ਅਸੀਂ ਪਿੰਡ ਦੇ ਵਿੱਚ ਯੂਨੀਵਰਸਿਟੀ ਤੋਂ ਬੂਟੇ ਮੰਗਵਾਏ ਅੰਬਾਂ ਦੇ ਜੀ, ਤਾਂ ਅਸੀਂ ਪਿੰਡ ਦੇ ਸਕੂਲ ਦੇ ਵਿੱਚ ਲਾ ਤੇ, ਪ੍ਰਾਇਮਰੀ ਸਕੂਲ 'ਚ ਜਿਹਦੇ 'ਚ ਅਸੀਂ ਪੜ੍ਹਦੇ ਵੀ ਰਹੇ। ਠੀਕ ਹੈ ਜੀ। ਅਤੇ ਕਈ ਵਾਰ ਹੁੰਦਾ ਹਜੇ ਉਦੋਂ ਬਹੁਤ ਸ਼ੁਰੂਆਤ ਦੀ ਗੱਲ ਆ, ਅਤੇ ਉਹ ਜਿਹੜੇ ਕੁਛ ਬੰਦੇ ਇਹੋ ਜਿਹੇ ਹੁੰਦੇ ਜਿਹਨਾਂ ਨੂੰ ਚੰਗਾ ਨਹੀਂ ਲੱਗਦਾ ਜੀ, ਉਹਨਾਂ ਨੇ ਕੀ ਕੀਤਾ, ਉਹ ਬੂਟੇ ਪੱਟ ਕੇ ਨਾ ਕੰਧ 'ਤੇ ਰੱਖ ਕੇ ਨਾਲ ਸਾਨੂੰ ਸੁਨੇਹਾ ਘਲਾ ਤਾ ਵੀ ਉਹ ਤੁਹਾਡੇ ਬੂਟੇ ਜੀ ਉਹ ਪਏ ਹੋਏ ਆ ਕੰਧ 'ਤੇ, ਲੈ ਲਓ। ਹਾਂ, ਅਤੇ ਸਾਨੂੰ ਪਤਾ ਸੀਗਾ ਵੀ ਇਹ ਕੁਛ ਇੱਥੇ ਕੋਈ ਕਰ ਰਿਹਾ ਜਾਂ ਕੁਛ, ਇੱਕ ਕੋਈ ਗੱਲ ਨਹੀਂ ਆਪਾਂ ਹੋਰ ਲੈ ਆਵਾਂਗੇ ਜੀ, ਆਪਾਂ ਹੁਣ ਕਿਸੇ ਨਾਲ ਲੜਨਾ ਥੋੜ੍ਹਾ ਥੋੜ੍ਹਾ ਸਿਰ ਪਾੜਾ ਥੋੜ੍ਹਾ ਜਾਣਾ ਹੁਣ ਆਪਾਂ ਵੀ ਉਹਨੇ ਕਿਉਂ ਪੱਟੇ, ਆਪਾਂ ਉਸ ਬੰਨੇ ਲੱਗ ਪਈ ਆਪਣੀ એનર્ਜੀ ਨੂੰ ਜੀ। ਤੁਸੀਂ ਦੇਖ ਲਓ ਅੱਜ ਸਾਰਾ ਇਲਾਕਾ ਹਰਾ ਭਰਾ, ਜਿੱਧਰ ਨੂੰ ਤੁਸੀਂ ਮਾਰੋਗੇ ਜੀ, ਜੇ ਸਾਰਾ ਪੱਟਿਆ ਤੇ ਉੱਥੇ ਹੋਰ ਲੱਗ ਜਾਣਗੇ, 10 ਲੱਗ ਜਾਣਗੇ, 20 ਲੱਗ ਜਾਣਗੇ। ਸਾਨੂੰ ਕਲਪਨਾ ਨਹੀਂ ਚਾਹੀਦਾ ਜੀ, ਜੇ ਉਹ ਕੁਛ ਕਹਿ ਰਿਹਾ, ਜੇ ਤੁਸੀਂ ਐਕਸ਼ਨ ਕਰਦੇ ਆ ਤਾਂ ਉਹਦਾ ਰਿਐਕਸ਼ਨ ਹੁੰਦਾ ਹੀ ਆ, ਤੇ ਕਿਤੇ ਵੀ ਤੁਸੀਂ ਕਰੋਗੇ, ਕਿਉਂਕਿ ਸਾਰੀ ਚੀਜ਼ ਤੁਹਾਡੀ ਗੱਲ ਸਾਰਿਆਂ ਨੂੰ ਚੰਗੀ ਨਹੀਂ ਲੱਗਦੀ ਜੀ, ਤੇ ਜੇ ਰਿਐਕਸ਼ਨ ਹੋਇਆ ਸਮਝ ਲਓ ਤੁਸੀਂ ਚੋਟ ਜ਼ਰੂਰ ਮਾਰੀ, ਚੋਟ ਜ਼ਰੂਰ ਮਾਰੀ ਆ, ਇਹ ਕਰੇ ਪਾਣੀ 'ਚ ਲਹਿਰ ਪੈਦਾ ਕਰਤੀ ਆ, ਕਰ ਦਿੱਤੀ ਆ ਜੀ। ਸੋ ਇਸੇ ਤਰ੍ਹਾਂ ਬਹੁਤ ਕੁਛ ਜੀਵਨ ਦੇ ਵਿੱਚ ਹੁੰਦਾ ਰਹਿੰਦਾ ਜੀ, ਹਮੇਸ਼ਾ ਹੁੰਦਾ, ਪਰ ਮਹਾਰਾਜ ਦੇ ਅਰਦਾਸ ਕਰੇ ਦੀ ਪਾਤਸ਼ਾਹ ਜਿੰਨੀ ਕੁ ਜੋਗੇ ਆ, ਤੇਰੇ ਚਰਨਾਂ ਦੀ ਧੂੜ ਆ, ਅਤੇ ਸਾਨੂੰ ਇਹ ਸੇਵਾ ਲਾਈ ਰੱਖ, ਸਾਨੂੰ ਹੋਰ ਕੁਛ ਨਹੀਂ ਚਾਹੀਦਾ, ਕਿਉਂਕਿ ਸਵਾਸ ਸਾਰਿਆਂ ਦੇ ਸੀਮਤ ਆ ਜੀ, ਜਾਣਿਆ ਜਾਣਾ ਇਸ ਦੁਨੀਆਂ ਤੋਂ ਸਾਰਿਆਂ ਨੇ ਜੀ, ਅਤੇ ਨਾਲ ਕਿਸੇ ਦੇ ਕੁਛ ਨਹੀਂ ਗਿਆ, ਸਿਕੰਦਰ ਵਰਗੇ ਵੀ ਕਹਿੰਦੇ ਵੀ ਹੱਥ ਖਾਲੀ, ਨਾਲੇ ਕਹਿੰਦੇ ਜੀ ਜਿਹੜੀ ਕਫਨ ਨੂੰ ਜੇਬ ਨਹੀਂ ਹੁੰਦੀ ਜੀ, ਤੇ ਇਹਦਾ ਮਤਲਬ ਆ ਕੋਈ ਨਾਲ ਲੈ ਕੇ ਨਹੀਂ ਗਿਆ, ਸੱਕ ਵਾਲੀ ਗੱਲ ਕਿਸੇ ਤੇ ਕਰਨੀ ਨਹੀਂ ਚਾਹੀਦੀ। ਸੋ ਕਰਨਾ ਕੀ ਚਾਹੀਦਾ, ਜਿੰਨੇ ਕੁ ਸਾਡੇ ਸਵਾਸ ਬੱਚੇ ਆ ਉਹਦੇ ਵਿੱਚ ਕੁਛ ਚੰਗੇ ਕੰਮ ਕਰ ਲਈਏ ਜੀ, ਚੰਗੇ ਪਾਸੇ ਧਿਆਨ ਲਾ ਲਈਏ, ਚੰਗੀ ਸੋਚ ਦੇ ਨਾਲ ਚੰਗਾ ਜੀਵਨ ਜੀ ਲਈਏ ਜੀ, ਚੰਗੇ ਸੁਪਨੇ ਲੈ ਲਈਏ, ਚੰਗੇ ਫੁਰਨੇ ਲੈ ਲਈਏ, ਅਤੇ ਜੇ ਉਹ ਪੂਰੇ ਹੋ ਜਾਣਗੇ ਤੇ ਧੰਨ ਤਾਂ ਨਾ, ਤੇ ਨਹੀਂ ਆ ਰਾਤ ਨੂੰ ਨੀਂਦ ਚੰਗੀ ਆਊਗੀ, ਆਪਾਂ ਕਿਸੇ ਦਾ ਮਾੜਾ ਸੋਚਿਆ, ਮਾੜਾ ਸੋਚਿਆ ਨਹੀਂ। ਬਾਬਾ ਜੀ, ਆਖਰੀ ਸਵਾਲ, ਰਾਜਸੀ ਲੀਡਰ ਅਤੇ ਅਫਸਰਸ਼ਾਹੀ, ਰਾਜਸੀ ਲੀਡਰਾਂ ਨੇ ਕਾਨੂੰਨ ਬਣਾਉਣੇ ਆ, ਅਫਸਰਸ਼ਾਹੀ ਨੇ ਲਾਗੂ ਕਰਨੇ ਆ, ਕੀ ਇਹ ਸੁਹਿਰਦ ਨਹੀਂ ਜਿਹੜੇ ਆਹ ਕੁਛ ਹੋ ਗਿਆ, ਜੇ ਸਾਨੂੰ ਤੁਹਾਨੂੰ ਦੀਦਾ ਤਾਂ ਇਹਨਾਂ ਨੂੰ ਵੀ ਦੱਸਣਾ ਚਾਹੀਦਾ? ਨਹੀਂ, ਦਿਸ ਰਿਹਾ ਸਾਰਾ ਕੁਛ, ਜਾਣ ਬੁੱਝ ਕੇ ਹੁਣ ਤੱਕ ਇਗਨੋਰ ਹੋਇਆ ਜੀ, ਜਾਣ ਬੁੱਝ ਤੇ ਜਿੱਦਾਂ ਹੁਣ ਉਦੋਂ ਤੋਂ ਲੈ ਕੇ ਅਸੀਂ ਸੰਘਰਸ਼ ਲੜਿਆ ਜੀ, ਤੇ ਸਾਨੂੰ ਪਤਾ ਨਹੀਂ ਕਿੰਨੀ ਕੁ ਵਾਰੀ ਇਹਨਾਂ ਨੇ ਹਾਂ ਕੀਤਾ, ਕਿੰਨੀ ਕੁ ਵਾਰੀ ਨਾ ਕੀਤਾ, ਕਿੰਨੀ ਕੁ ਵਾਰੀ ਕੀ ਹੈਗਾ ਜੀ, ਉਹ ਚੀਜ਼ ਨੂੰ ਹੁਣ ਜੇ ਉਹ ਨਹੀਂ ਹੋ ਰਿਹਾ ਤਾਂ ਮਤਲਬ ਇਹ ਥੋੜੋ ਕਿ ਆਪਾਂ ਪਿੱਛੇ ਹਟ ਜਾਵਾਂਗੇ ਜੀ, ਸਮਾਂ ਆਉਂਦਾ ਬਦਲਦਾ ਜੀ, ਬਹੁਤ ਕੁਛ ਬਦਲ ਜਾਂਦਾ ਬਿਲਕੁਲ। ਸੋ ਉਹ ਜਿਹੜੀ ਹੈਗੀ ਹੈ ਲੜਾਈ ਨੂੰ ਸਾਨੂੰ ਜਿੱਥੇ ਵੀ ਅਸੀਂ ਜਦੋਂ ਜਹਿਦ 'ਚ ਲੱਗੇ ਹੋਏ ਹਾਂ ਉਹ ਸਾਨੂੰ ਜਾਰੀ ਰੱਖਣੀ ਚਾਹੀਦੀ ਹੈ ਜੀ, ਜਿਹਨਾਂ 'ਤੇ ਚੋਟ ਵੱਜਦੀ ਹੈ ਉਹਨਾਂ ਨੇ ਰੌਲਾ ਵੀ ਪਾਉਣਾ, ਜਿਹਨਾਂ ਦੇ ਜਿਹੜੇ ਹੈਗੇ ਆ ਉਹ ਸਮਾਜ ਦੇ ਵਿੱਚ ਭ੍ਰਿਸ਼ਟਾਚਾਰ ਜਾਂ ਹੋਰ ਚੀਜ਼ਾਂ ਦੇ ਵਿੱਚ ਲਿਪਤ ਸੀ, ਜੇ ਉਹਨਾਂ ਨੂੰ ਨਹੀਂ ਚੀਜ਼ ਮਿਲਦੀ ਉਹਨਾਂ ਨੇ ਵੀ ਦੁਖੀ ਹੋਣਾ। ਸੋ ਬਹੁਤ ਕੁਛ, ਜਦੋਂ ਅਸੀਂ ਕੋਈ ਚੰਗੀ ਗੱਲ ਸੋਚਦੇ ਹਾਂ ਵੀ ਚੰਗਾ ਕਿਉਂ ਨਹੀਂ ਹੁੰਦਾ,
तो उहदे विच माड़ा तबका जिहड़ा जां कुछ उह लोक आ पावरफुल आ जां किते वी आ चाहे पोलीटिशन आ चाहे साडे सिस्टम दे विच आ जी उहनां दा बहुत वड्डा हत्थ हुंदा जी ते जिस करके उह जिहड़ा हैगा सारे कुछ लोकां दे रौला पाउण दे बावजूद भी लोकां दे मजारे करन दे बावजूद भी लोकां दे आवाज़ उठाउण दे उत्ते क्योंकि बहुत वड्डियां इहो जिहियां लोबियां बणियां जिहड़ियां सारे सिस्टम नूं ते सरकारां नूं कंट्रोल करके रखदियां क्योंकि सारा उधरों उधर देखते हैं भी की चाहते हैं। सो ये वास्ते बहुत जिस तरह सानू अज बहुत वड्डी लोड़ आ कि अगे तो वो अंग्रेजों की गल सी बाहरों बचाने वाले सानू इतों जिहड़ा हैगा जो कुछ भी साडा कुदरत ने सानू दिता उहनू बचा लईए उहदे वास्ते सानू सारिआं नू सिर दो के जिहड़ा हैगा जतन करने चाहीदे आ जो जे असीं इस धरती ते रहिंदे आ जिथे दा पाणी पीने आ साडा इहदे प्रति ड्यूटी आ साडा इहदे प्रति जिहड़ा हैगा फर्ज आ कि असीं उत्थे दे जिहड़े हैगे आ कहिंदे जिहदा जिहदा अन्न खाईए जी उहदे गुण गाईए वाहिगुरू दा अन्न खाने उहने दित्ता जिस का दित्ता खावणा ते इस कहीए ਸਵਾਸ ਜੀ ਉਹਦੀ ਉਸਤਤ ਕਰੋ ਉਹਦੀ ਸਿਫਤ ਕਰੋ ਜਿਹੜਾ ਕੋਈ ਨਹੀਂ ਵੀ ਕਰਦੇ ਉਹਨਾਂ ਦੇ ਵੀ ਮੂੰਹ ਵਿੱਚ ਪਾਉਂਦਾ ਸੋ ਐਡਾ ਪਰਮੇਸ਼ਰ ਆ ਅਤੇ ਜੇ ਉਹਦੇ ਅਸੀਂ ਹੁਕਮ ਵਿੱਚ ਰਵਾਂਗੇ ਭਾਣੇ ਵਿੱਚ ਰਵਾਂਗੇ ਤਾਂ ਪਾਤਸ਼ਾਹ ਬਾਣੀ 'ਚ ਬਣਾਉਂਦੇ ਭਾਣੇ ਵਿੱਚ ਵੱਡੀ ਵਡਿਆਈ ਭਾਣਾ ਕਿਸ ਕਰਾਇੰਦਾ ਸਤਿਗੁਰ ਭਾਣੇ ਵਿੱਚ ਰੱਖੇ ਹੁਕਮ 'ਚ ਰੱਖੇ ਅਤੇ ਜਿੰਨੇ ਵੀ ਕਾਰਜ ਆਰੰਭ ਕੀਤੇ ਹੋਰ ਇਹਨੂੰ ਅੱਗੇ ਵਧਾਈਏ ਬਾਬਾ ਜੀ ਗਰਮੀ ਕਾਫੀ ਸੀ ਫਿਰ ਵੀ ਤੁਸੀਂ ਲੰਬਾ ਸਮਾਂ ਦਿੱਤਾ ਤੁਹਾਡਾ ਬਹੁਤ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਤੁਹਾਡਾ ਸਾਰਿਆਂ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿੱਥੇ ਵੀ ਤੁਸੀਂ ਵਸਦੇ ਆ ਰਾਜੀ ਬਾਜੀ ਰਹੋ ਅਤੇ ਮਹਾਰਾਜ ਤੁਹਾਨੂੰ ਤੰਦਰੁਸਤ ਰੱਖੇ ਸਾਡੇ ਦੇਸ਼ ਵਿਦੇਸ਼ ਵਿੱਚ ਵਸਣ ਵਾਲੇ NRI ਵੀਰਾਂ ਦਾ ਬਹੁਤ ਵੱਡਾ ਇਸ ਪੰਜਾਬ ਦੀ ਧਰਤੀ ਦੇ ਉੱਤੇ ਨੇ ਦੁਨੀਆਂ ਦੇ ਵਿੱਚ ਜਿਹੜਾ ਹੈਗਾ ਵਿਦੇਸ਼ਾਂ ਵਿੱਚ ਜਾ ਕੇ ਵੀ ਉਹਨਾਂ ਨੇ ਆਪਣੇ ਹਵਾ ਪਾਣੀ ਧਰਤੀ ਨੂੰ ਬਚਾਉਣ ਵਾਸਤੇ ਆਵਾਜ਼ ਵੀ ਉਠਾਈ ਆ ਜਿੱਦਣ ਵੀ ਕੀਤੇ ਆ ਇਹ ਜੋ ਵੀ ਕਾਰਜ ਆਏ ਇਹਨਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਅਸੀਂ ਸਭ ਦਾ ਹਿਰਦੇ 'ਚੋਂ ਧੰਨਵਾਦ ਕਰਦੇ ਹਾਂ ਅਤੇ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਪਾਤਸ਼ਾਹ ਸਾਰਿਆਂ ਨੂੰ ਪਿਆਰ ਸਤਿਕਾਰ ਸਨਮਾਨ ਜਿੱਥੇ ਵੀ ਬੈਠੇ ਹਾਂ ਵਾਹਿਗੁਰੂ ਚੜ੍ਹਦੀਆਂ ਕਲਾ 'ਚ ਰੱਖੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਮੈਂਬਰ ਰਾਜ ਸਭਾ ਅਤੇ ਬਹੁਤ ਸਾਰੇ ਅਵਾਰਡ ਜਿਹੜੇ ਹੈ ਉਹ ਉਹਨਾਂ ਨੇ ਪ੍ਰਾਪਤ ਕੀਤੇ ਆ ਪਿਛਲੇ ਸਮੇਂ 'ਚ ਬਾਬੇ ਨਾਨਕ ਦੀ ਧਰਤੀ 'ਤੇ ਆ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਆ ਪਵਿੱਤਰ ਕਾਲੀ ਬਾਈ ਸਾਡੇ ਪਿੱਛੇ ਆ ਅਤੇ ਇਹਦਾ ਪੁਰਾਣਾ ਰੂਪ ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਵੀ ਪਤਾ ਕਿ ਸੀ ਅਤੇ ਅੱਜ ਨਵਾਂ ਰੂਪ ਕੀ ਹੈ ਉਹ ਵੀ ਪਤਾ ਉਹਨਾਂ ਨੇ ਇਹ ਵੀ ਕਿਹਾ ਕਿ ਕਾਨੂੰਨ ਅਮਰੀਕਾ ਕੈਨੇਡਾ ਵਾਲਾ ਹੀ ਹੈ ਇੱਥੇ ਲਾਗੂ ਨਹੀਂ ਹੁੰਦੇ ਉਹਨਾਂ ਨੇ ਇਹ ਵੀ ਕਿਹਾ ਕਿ ਬਹੁਤ ਥੋੜ੍ਹੇ ਲੋਕ ਨੇ ਜਿਹੜੇ ਕਰਪਟ ਨੇ ਪਰ ਜਿਹੜੇ ਚੰਗੇ ਲੋਕ ਨੇ ਉਹ ਚੁੱਪ ਨੇ ਉਹ ਸੰਗਠਿਤ ਹੋ ਕੇ ਇਸ ਮੁੱਦੇ 'ਤੇ ਕੰਮ ਨਹੀਂ ਕਰਦੇ ਅਤੇ ਉਹਨਾਂ ਨੇ ਇੱਕ ਸਭ ਤੋਂ ਵੱਡੀ ਆਸ ਪ੍ਰਗਟ ਕੀਤੀ ਹੈ ਕਿ ਬਸ ਹੁਣ ਤਾਂ ਕੰਮ ਸ਼ੁਰੂ ਹੋ ਗਿਆ ਹੁਣ ਲੋਕ ਇਕੱਠੇ ਹੋਣ ਲੱਗ ਪਏ ਹੁਣ ਦੁਨੀਆ ਭਰ ਦੇ ਵਿੱਚ ਇਸ ਮੁੱਦੇ ਦੀ ਚਰਚਾ ਚੱਲਣ ਲੱਗ ਪਈ ਹੈ ਅਤੇ ਹੁਣ ਇਨਵਾਇਰਨਮੈਂਟ ਵਾਤਾਵਰਣ ਦੇ ਮੁੱਦੇ ਦੇ ਉੱਤੇ ਕੰਮ ਜਿਹੜਾ ਉਹ ਜੰਗੀ ਪੱਧਰ ਦੇ ਉੱਤੇ ਹੋਊਗਾ ਸੋ ਬਾਬੇ ਨਾਨਕ ਦੀ ਧਰਤੀ ਤੋਂ ਪਰਮਵੀਰ ਸਿੰਘ ਬਾਠ ਨੂੰ ਇੱਥੇ ਦਿਓ ਆ ਗਿਆ ਦੇਖ ਲੈਣਾ ਪ੍ਰਾਈਮੇਸ਼ੀਆ TV ਤੁਹਾਡਾ ਆਪਣਾ ਤੁਹਾਡੇ ਲਈ।